ਦਰਹਰ چشم نور ਦਰਹਰ ਚਸ਼ਮ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਮਜਸਮਾ ਜ਼ੁਰਤੋ ਜ਼ਮਾਲੋ ਜ਼ਲਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਕद्दस ਗੋਦ ਦੇ ਵਿੱਚ ਜੁੜ ਬੈਠੇ ਬਹੁਤ ਹੀ ਸਤਕਾਰਯੋਗ ਅਜ਼ੀਜ਼ ਹਾਜ਼ਰੀਨ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਮਕद्दस ਫਤਿਹ ਬੁਲੰਦ ਕਰੀਏ ਕੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੀਸੇ ਦਿਨ ਪ੍ਰਕਰਨ ਦੀ ਲੜੀ ਤਕਰੀਬਨ ਉਹੀ ਰਹੇਗੀ ਅੱਜ ਫਿਰ ਆਪਣੀ ਸੁਰਤ ਨੂੰ ਕਲਕੀਤਰ ਪਾਸ਼ਾ ਦੇ ਦਰਬਾਰ ਦੇ ਵਿੱਚ ਲੈ ਕੇ ਜਾਈਏ ਔਰ ਆਪਣੀ ਮਾਨਸਿਕਤਾ ਦੇ ਵਿੱਚ ਆਪ ਮੁਸਵਰ ਬਣ ਕੇ ਇੱਕ ਤਸਵਰ ਨੂੰ ਜਨਮ ਦਈਏ ਆਪਣੀ ਮਾਨਸਿਕਤਾ ਦੇ ਵਿੱਚ ਇੱਕ ਇਮੇਜ ਦੀ ਕ੍ਰिएशन ਕਰੀਏ ਇੱਕ ਇਮੇਜ ਕ੍ਰੀਏਟ ਕਰੀਏ ਜਿਵੇਂ ਆਪਣੀ ਸੁਰਤ ਨੂੰ ਅਨੰਦਪੁਰ ਸਾਹਿਬ ਲੈ ਕੇ ਜਾਓ ਤੇ ਮੈਸੂਦ ਕਰੀਏ ਕੱਲ੍ਹ ਕੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੈ ਮਨੁੱਖ ਦਾ ਇੱਕ ਸੁਭਾਅ ਹੁੰਦਾ ਹੈ ਆਪਣੇ ਕਾਰਜ ਦੀ ਆਪਣੇ ਕੰਮ ਦੀ ਜਾਂ ਆਪਣੀ ਕੀਤੀ ਜਾ ਰਹੀ ਕਿਰਿਆ ਦੀ ਸਿਫਤ ਕਰਦਾ ਵੀ ਹੈ ਤੇ ਕਿਸੇ ਦੇ ਮੂੰਹ ਤੋਂ ਸੁਣਨਾ ਵੀ ਚਾਹੁੰਦਾ ਹੈ ਇਹ ਮਨੁੱਖ ਦਾ ਸੁਭਾਅ ਹੈ ਬੜੇ ਸਿੱਖ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬੈਠੇ ਨੇ ਔਰ ਹਰ ਸਿੱਖ ਆਪਣੇ ਆਪਣੇ ਕਾਰਜ ਦੀ ਉਸਤਤ ਕਰ ਰਿਹਾ ਹੈ ਆਪਣੇ ਆਪਣੇ ਕਾਰਜ ਦੀ ਉਸਤਤ ਗੱਲ ਲੰਗਰਾਂ ਦੀ ਚੱਲ ਪਈ ਕਿਉਂਕਿ ਅਨੰਦਪੁਰ ਸਾਹਿਬ ਸਾਰੇ ਸਿੱਖਾਂ ਸਾਂਝੇ ਲੰਗਰ ਦੇ ਵਿੱਚ ਪ੍ਰਸ਼ਾਦਾ ਸ਼ਕਦੇ ਸੀ ਕਿਸੇ ਵੀ ਸਿੱਖ ਦੇ ਘਰ ਪ੍ਰਸ਼ਾਦਾ ਨਹੀਂ ਸੀ ਪੜਦਾ ਆਪਣੀ ਕਾਰ ਪੇਟਾ ਆਪਣੀ ਕਾਰ ਕਮਾਈ ਆਪਣਾ ਦਸਵੰਦ ਇੱਕ ਜਗ੍ਹਾ ਤੇ ਇਕੱਠੇ ਕਰ ਦੇ ਤੇ ਜਰਾ ਖਿਆਲ ਕਰੋ ਅਸੀਂ ਤੇ ਸਾਲ ਦੇ ਵਿੱਚ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਇਕੱਠੇ ਹੁੰਨੇ ਆ ਉਹ ਰਹਿਮਤਾਂ ਦਾ ਆਨੰਦ ਕਿੰਨਾ ਹੋਵੇਗਾ ਜਦੋਂ ਰੋਜ਼ ਹੀ ਕੌਮ ਦੇ ਬਚਿੰਦੇ ਇਕੱਠੇ ਹੁੰਦੇ ਹੋਣਗੇ ਰੋਜ਼ ਨਿਤਨੇਮ ਇਕੱਠਾ ਹੁੰਦਾ ਹੋਵੇਗਾ ਤੇ ਰੋਜ਼ ਲੰਗਰ ਇਕੱਠਾ ਛਕਿਆ ਜਾਂਦਾ ਹੋਵੇਗਾ ਵੱਖ-ਵੱਖ ਲੰਗਰਾਂ ਦੇ ਵੱਖ-ਵੱਖ ਜਥੇਦਾਰ ਨੇ ਹਰ ਇੱਕ ਆਪਣੀ ਲੰਗਰ ਦੀ ਸਿਫਤ ਕਰ ਰਿਹਾ ਹੈ ਹਰੇ ਕਾਪੜੇ ਲੰਗਰ ਦੀ ਸਿਫਤ ਕਰ ਰਿਹਾ ਹੈ। ਪਾਤਸ਼ਾਹ ਮੇਰਾ ਲੰਗਰ ਬਹੁਤ ਵਧੀਆ ਹੈ। ਦੂਸਰਾ ਕਹਿੰਦਾ ਪਾਤਸ਼ਾਹ ਜਿਹੜੇ ਲੰਗਰ ਦੇ ਵਿੱਚ ਮੈਂ ਪਕਵਾਨ ਤਿਆਰ ਕਰਦਾ ਬਹੁਤ ਵਧੀਆ ਹੈ। ਤੀਸਰਾ ਕਹਿੰਦਾ ਪਾਤਸ਼ਾਹ ਕਿਤੇ ਮੇਰੇ ਲੰਗਰ ਦੇ ਵਿੱਚ ਆ ਕੇ ਤੁਸੀਂ ਛੱਕੇ ਤਾਂ ਵੇਖਿਓ ਪਕਵਾਨ ਕਿੰਨੇ ਸੁਆਦੀਸ਼ਟ ਨੇ। ਨੰਦ ਲਾਲ ਚੁੱਪ ਬੈਠੇ ਨੇ ਬਿਲਕੁਲ ਚੁੱਪ। ਕਈ ਦਿਨ ਬੀਤ ਗਏ। ਕੱਲ੍ਹ ਕੀ ਤਰ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਕਥਕ ਕੀਤਾ ਅੱਧੀ ਰਾਤ ਨੂੰ ਉੱਠੇ ਨੇ। ਆਪਣੇ ਸ਼ਾਹੀ ਲਿਬਾਸ ਨੂੰ ਉਤਾਰਿਆ ਹੈ ਤੇ ਬਿਲਕੁਲ ਇੱਕ ਆਮ ਅਨਪੜ ਪਿੰਡੂ ਤੇ ਗਵਾਰ ਸਿੱਖ ਦੇ ਕੱਪੜੇ ਪਹਿਨੇ ਨੇ ਤੇ ਆਪਣੇ ਚਿਹਰੇ ਨੂੰ ਇੱਕ ਖੇਸ ਦੇ ਨਾਲ ਇੱਕ ਕੱਪੜੇ ਦੇ ਨਾਲ ਅੱਧਾ ਟੱਕਿਆ ਹੋਇਆ ਹੈ ਪਹਿਲੇ ਲੰਗਰ ਦੇ ਵਿੱਚ ਗਏ ਤੇ ਜਾ ਕੇ ਕਹਿੰਦੇ ਨੇ ਮੈਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਅਭਿਆਗਤ ਹਾਂ ਬੜੀ ਦੂਰ ਤੋਂ ਆਇਆ ਐ ਸਿੱਖਾਂ ਮੈਨੂੰ ਲੰਗਰ ਸ਼ਿਕਾ ਦੇ ਤੇ ਕਹਿੰਦਾ ਸਿੱਖਾ ਤੂੰ ਬਹੁਤ ਲੇਟ ਹੋ ਗਿਆ ਹੈ ਹੁਣ ਸ਼ਾਮ ਦਾ ਲੰਗਰ ਤਾਂ ਸਮਾਪਤ ਹੋ ਚੁੱਕਾ ਹੈ ਇੰਤਜ਼ਾਰ ਕਰ ਸੇਰੇ ਬਣੇਗਾ ਤਾਂ ਤੈਨੂੰ ਛਕਾ ਦੇਵਾਂਗੇ ਸਮਾ ਲੰਗਰ ਦੇ ਦੂਸਰੇ ਲੰਗਰ ਦੇ ਵਿੱਚ ਗਏ ਜਾ ਕੇ ਫਿਰ ਇਹੀ ਬੇਨਤੀ ਹੈ ਕਿ ਬਹੁਤ ਦੂਰ ਤੋਂ ਆਇਆ ਬਹੁਤ ਭੁੱਖ ਲੱਗੀ ਹੈ ਮੈਨੂੰ ਲੰਗਰ ਛਕਾ ਦਿਓ ਉਸ ਨੇ ਕਿਹਾ ਸ਼ਾਮ ਦਾ ਲੰਗਰ ਤਾਂ ਖਤਮ ਹੋ ਚੁੱਕਾ ਹੈ ਅੰਮ੍ਰਿਤ ਵੇਲੇ ਵਾਸਤੇ ਲੰਗਰ ਦੀ ਤਿਆਰੀ ਹੋ ਰਹੀ ਹੈ ਉਹ ਵੀ ਅਰਦਾਸ ਹੋਵੇਗੀ ਭੋਗ ਲੱਗੇਗਾ ਫਿਰ ਤੈਨੂੰ ਸ਼ਕਾ ਸਕਦੇ ਹੁਣ ਚਲੇ ਕੇ ਜਿਹੜਾ ਭਾਈ ਨੰਦ ਲਾਲ ਦਾ ਲੰਗਰ ਸੀ ਜਦੋਂ ਭਾਈ ਨੰਦ ਲਾਲ ਨੂੰ ਜਾ ਕੇ ਕਹਿੰਦੇ ਨੇ ਉਹ ਸਿੱਖਾਂ ਬੜੀ ਦੂਰ ਤੋਂ ਆਏ ਬਹੁਤ ਦੂਰ ਤੋਂ ਆਇਆ ਬੜੀ ਭੁੱਖ ਲੱਗੀ ਹੈ ਤੇ ਨੰਦ ਲਾਲ ਕਹਿੰਦਾ ਇੰਨੀ ਦੂਰ ਤੋਂ ਚੱਲ ਕੇ ਆਏ ਹੋ ਜੂਰ ਚ ਤੁਹਾਡੇ ਚਰਨ ਵੀ ਥੱਕ ਗਏ ਹੋਣਗੇ ਪਹਿਲਾਂ ਮੈਂ ਤੁਹਾਡੇ ਚਰਨਾਂ ਨੂੰ ਗਰਮ ਪਾਣੀ ਦੇ ਨਾਲ ਧੋਣਾ ਗਰਮ ਪਾਣੀ ਦੇ ਨਾਲ ਚਰਨ ਧੋਤੇ ਫਿਰ ਪ੍ਰਸ਼ਾਦਾ ਤਿਆਰ ਕਰਕੇ ਰੱਖਿਆ ਤੇ ਹੱਥ ਜੋੜ ਕੇ ਕਹਿੰਦਾ ਸਿੱਖਾ ਮੈਂ ਤਾਂ ਲੰਗਰ ਦੇ ਵਿੱਚ ਬੈਠਾ ਸੀ ਤੇ ਤੂੰ ਇੰਨੀ ਦੂਰ ਤੂੰ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਆਇਆ ਮੈਂ ਤੇਰੇ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਪਰ ਖਿਆਲ ਕਰੀ ਮੈਂ ਤੇਰੇ ਵਾਸਤੇ ਬੜੀ ਕਾਲੀ ਦੇ ਵਿੱਚ ਪ੍ਰਸ਼ਾਦਾ ਤਿਆਰ ਕੀਤਾ ਕਿਤੇ ਪ੍ਰਸ਼ਾਦਾ ਤਿਆਰ ਕਰਦਿਆਂ ਕੋਈ ਗਲਤੀ ਕੋਈ ਖੁਨਾਮੀ ਰਹਿ ਗਈ ਹੋਵੇ ਤੇ ਮੈਨੂੰ ਗੁਰੂ ਦਾ ਸਿੱਖ ਜਾਣ ਕੇ ਮਾਫ ਕਰੀ ਪ੍ਰਸ਼ਾਦਾ ਅੱਗੇ ਰੱਖ ਦਿੱਤਾ ਤੇ ਕਲਗੀਧਰ ਪਾਤਸ਼ਾਹ ਨੇ ਚਿਹਰੇ ਤੋਂ ਕੱਪੜਾ ਉਤਾਰ ਦਿੱਤਾ। ਹੁਣ ਨੰਦ ਲਾਲ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਪਾਤਸ਼ਾਹ ਨੇ ਥੋੜਾ ਜਿਹਾ ਪ੍ਰਸ਼ਾਦਾ ਛਕਿਆ। ਉੱਠ ਕੇ ਤੁਰ ਪੇ ਤੇ ਨੰਦ ਲਾਲ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਇੱਕ ਸਿੱਖ ਪੁੱਛਦਾ ਹੈ ਨੰਦ ਲਾਲ ਕਿਉਂ ਰੋ ਰਿਹਾ ਹੈ? ਰੋ ਕਿਉਂ ਰਿਹਾ ਹੈ? ਕਹਿੰਦਾ ਅੱਜ ਮੇਰਾ ਕੁਝ ਕੁਰਬਾਨ ਕਰਨ ਨੂੰ ਜੀ ਕਰ ਰਿਹਾ ਹੈ। ਕਹਿੰਦਾ ਕੀ ਕੁਰਬਾਨ ਕਰੇਗਾ? ਨੰਦ ਲਾਲ ਆਪਣੀ ਨਜ਼ਮ ਚ ਕਹਿੰਦਾ ਰੋਜ਼ਾਏ ਬਾਗੇ ਇਰਮ ਕੁਰਬਾ ਕੁਨਤ ਅੱਜ ਮੇਰਾ ਜੀ ਕਰਦਾ ਮੈਂ ਹੁਣੇ ਮਰ ਜਾਵਾਂ ਅੱਜ ਮੇਰਾ ਜੀ ਕਰਦਾ ਮੈਂ ਹੁਣੇ ਮਰ ਜਾਵਾਂ ਤੇ ਮਰ ਕੇ ਮੈਨੂੰ ਇਹ ਵੀ ਪਤਾ ਮੈਂ ਸਵਰਗ ਚ ਜਾਣਾ ਕਿਉਂਕਿ ਮਰਨ ਤੋਂ ਪਹਿਲਾਂ ਮੈਂ ਕਲਗੀਧਰ ਦੇ ਦਰਸ਼ਨ ਕੀਤੇ ਨੇ ਤੇ ਮੇਰਾ ਦਿਲ ਕਰਦਾ ਰੋਜ਼ਾਏ ਬਾਗੇ ਇਰਮ ਇਰਮ ਕਹਿੰਦੇ ਨੇ ਸਵਰਗ ਨੂੰ ਬਾਗ ਰੋਜ਼ਾ ਜਿਹੜਾ ਸਵਰਗ ਦੇ ਵਿੱਚ ਬਾਗ ਦੇ ਵਿੱਚ ਸਭ ਤੋਂ ਸ਼ਾਹੀ ਫੁੱਲ ਹੈ ਮੈਂ ਉਸ ਜਗ੍ਹਾ ਦੇ ਉੱਪਰ ਅਰਪਿਤ ਕਰ ਦੇਵਾਂ ਜਿੱਥੇ ਕਲਕੀ ਤਰਪਾਦਸ਼ਾ ਦੇ ਅਜ ਚਰਨ ਪਏ ਨੇ ਰੋਜ਼ਾਏ ਬਾਗੇਰਮ ਕੁਰਪਾ ਕੁਨਤ ਬਸ ਕੇ ਮਾਰਾਇ ਕੁਏ ਆਜ਼ਜ਼ ਲਾਜ਼ੀਜ਼ ਤੇ ਹੁਣ ਸਾਰੇ ਸਿੱਖਾਂ ਦਾ ਆਪਸ ਵਿੱਚ ਭਰਾਵਾਂ ਵਰਗਾ ਪਿਆਰ ਸੀ ਇੱਕ ਸਿੱਖ ਹੱਸ ਕੇ ਕਹਿੰਦਾ ਫਿਰ ਮਰਦਾ ਕਿਉਂ ਨਹੀਂ ਕਹਿ ਤੇ ਰਿਹਾ ਕਿ ਮੈਂ ਮਰ ਕੇ ਸਵਰਗ ਦੇ ਬਾਗ ਦੇ ਫੁੱਲ ਕਰਗੀ ਤਰਪਾਦਸ਼ਾ ਦੇ ਪੈਰਾਂ ਦੇ ਚਿਨ੍ਹਾਂ ਦੇ ਉੱਪਰ ਅਰਪਿਤ ਕਰ ਦੇਵਾਂ ਮਰਦਾ ਕਿਉਂ ਨਹੀਂ ਤੇ ਕਿੰਦਾ ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕਦਮਸ਼ ਬਸ ਕੇ ਮਾਰਾ ਏ ਬੂਏ ਆਜ਼ਲ ਅਜ਼ੀਜ਼ ਕਹਿੰਦਾ ਕੀ ਦਸਾਂ ਹੁਣ ਮੌਤ ਵੀ ਨਹੀਂ ਆ ਸਕਦੀ ਕਿਉਂਕਿ ਕਲਗੀਧਰ ਦੇ ਪੈਰਾਂ ਦੀ ਸੁਗੰਧ ਇੱਥੇ ਆ ਰਹੀ ਏ ਤੇ ਜਿੱਥੇ ਕਲਗੀਧਰ ਦੇ ਪੈਰਾਂ ਦੀ ਸੁਗੰਧ ਹੋਵੇ ਉੱਥੇ ਮੌਤ ਕਿੱਥੇ ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕਦਮਸ਼ ਬਸ ਕੇ ਮਾਰਾ ਏ ਬੂਏ ਆਜ਼ਲ ਅਜ਼ੀਜ਼ ਹੁਣ ਮੌਤ ਕਿੱਥੇ ਹੁਣ ਤਾਂ ਕਲਗੀਧਰ ਦੇ ਚਰਨਾਂ ਦੀ ਸੁਗੰਧ ਹੈ ਸੋ ਅਸੀਂ ਇਸ ਗੱਲ ਤੋਂ ਸ਼ੁਰੂ ਕਰੀ ਅੱਜ ਦੇ ਪ੍ਰਕਰਣ ਨੂੰ ਕਿ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੀ ਸੁਗੰਧ ਦੇ ਵਿੱਚ ਜੀਵਨ ਕਿਵੇਂ ਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਦੂਸਰੇ ਆਪਣੀ ਰਚਨਾ ਦੇ ਵਿੱਚ ਇੱਕ ਗੱਲ ਕਹਿੰਦੇ ਨੇ ਕਹਿੰਦੇ ਨੇ ਪ੍ਰਾਨ ਮੀਤ ਪਰਮਾਤਮਾ ਪਰਖੋਤਮ ਪੂਰਾ ਵਾ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰੂ ਗੋਬਿੰਦ ਸੂਰਾ ਤੇ ਸੂਰੇ ਦੀਆਂ ਬਹੁਤ ਵਿਆਖਿਆਵਾਂ ਤੇ ਬਹੁਤ ਪਰਿਭਾਸ਼ਾਵਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਏ ਦੇ ਵਿੱਚ ਦਰਜ ਨੇ ਸੂਰ ਉਹਨੂੰ ਵੀ ਕਿਹਾ ਜਾਂਦਾ ਜਿਸਨੇ ਆਪਣੇ ਵਿਕਾਰਾਂ ਦੇ ਉੱਪਰ ਕਾਬੂ ਪਾ ਲਿਆ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀਰੇ ਜਿਸਨੇ ਕਾਮ ਦੇ ਉੱਪਰ ਜਿਸਨੇ ਕ੍ਰੋਧ ਦੇ ਉੱਪਰ ਜਿਸਨੇ ਹੰਕਾਰ ਦੇ ਉੱਪਰ ਜਿਸਨੇ ਵਿਕਾਰਾਂ ਦੇ ਉੱਪਰ ਆਪਣੇ ਮਨ ਨੂੰ ਵਸਦੇ ਵਿੱਚ ਕਰ ਲਿਆ ਉਹ ਵੀ ਸੂਰਮਾ ਹੈ ਤੇ ਸੂਰਮਾ ਉਹ ਵੀ ਹੈ ਰਣ ਰਤਿਓ ਭਾਜਿਓ ਨਹੀਂ ਸੂਰੋ ਥਾਰੋ ਨਾਉ ਜਿਹੜਾ ਮੈਦਾਨੇ ਜੰਗ ਨੂੰ ਛੱਡ ਕੇ ਨਹੀਂ ਭਜਦਾ ਉਹ ਵੀ ਸੂਰਮਾ ਹੈ ਤੇ ਸੂਰਮਾ ਉਹ ਵੀ ਹੈ ਰਣ ਦੇਖ ਸੂਰੇ ਚਿੱਤ ਉਲਾਸ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਤੇ ਆਪਣਾ ਆਪਾ ਸਮਰਪਿਤ ਕਰਨ ਦਾ ਚਾਹ ਪੈਦਾ ਹੋ ਜਾਵੇ ਸੂਰਮਾ ਉਹ ਵੀ ਹੈ ਤੇ ਜਾਕੋ ਹਰ ਰੰਗ ਲਾਗੋ ਇਸ ਯੁੱਗ ਵਿੱਚ ਸੋ ਕਹੀਅਤ ਹੈ ਆਤਮ ਜਿਨੇ ਸਗਲ ਵਸਤਾ ਕੇ ਜਾਕਾ ਸਤਗੁਰ ਪੂਰੇ ਗੁਰੂ ਦੀ ਕਿਰਪਾ ਹੋਵੇ ਤੇ ਸਿੱਖ ਦੀ ਆਤਮਾ ਦੇ ਉੱਪਰ ਰੋਹਾਨੀਅਤ ਦਾ ਰੰਗ ਲੱਗ ਜਾਵੇ ਸੂਰਮਾ ਉਹ ਵੀ ਹੈ ਤੇ ਸੂਰਮਾ ਉਹ ਵੀ ਐ ਗਗਨ ਦਵਾਮਾ ਬਾਜਿਓ ਪਰਿਓ ਨਿਸਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਚਨ ਕੋ ਦਾਓ ਸੂਰਮਾ ਉਹ ਵੀ ਐ ਤੇ ਸੂਰਮਾ ਉਹ ਵੀ ਐ ਜਿਸਨੇ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾਡੇ ਖੇਤ ਸੋ ਸੂਰਮਾ ਸ਼ਬਦ ਦੀਆਂ ਬਹੁਤ ਜ਼ਿਆਦਾ ਵਿਆਖਿਆਵਾਂ ਨੇ ਬਹੁਤ ਜ਼ਿਆਦਾ ਪ੍ਰਭਾਸ਼ਾਵਾਂ ਨੇ ਪਰ ਅਜੀਬ ਗੱਲ ਹੈ ਕਿ ਇਹਨਾਂ ਸਾਰੇ ਸੂਰਮੇ ਸ਼ਬਦ ਦੀਆਂ ਪ੍ਰਭਾਸ਼ਾਵਾਂ ਨੂੰ ਕਿਸੇ ਇੱਕ ਸ਼ਖਸੀਅਤ ਦੇ ਵਿੱਚ ਵੇਖਣਾ ਹੋਵੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਇਹ ਸਾਰੀਆਂ ਇਹ ਸਾਰੀਆਂ ਹੀ ਪ੍ਰਭਾਸ਼ਾਵਾਂ ਕਿਸੇ ਇੱਕ ਸ਼ਖਸੀਅਤ ਦੇ ਵਿੱਚ ਵੇਖਣੀਆਂ ਹੋਣ ਜਿਹੜਾ ਮੈਦਾਨੇ ਜੰਗ ਦਾ ਸੂਰਮਾ ਵੀ ਹੈ ਜਿਹੜਾ त्यागी ਵੀ ਹੈ ਜਿਹੜਾ ਬਾਣੀ ਦਾ ਰਸੀਆ ਵੀ ਹੈ ਜਿਸ ਨੇ ਵਿਕਾਰਾਂ ਦੇ ਉੱਪਰ ਕਾਬੂ ਵੀ ਪਾ ਲਿਆ ਜਿਹੜਾ ਮੈਦਾਨੇ ਜੰਗ ਚੋਂ ਕਦੀ ਨਹੀਂ ਭੱਜਿਆ ਤੇ ਜਿਸ ਨੇ ਮੈਦਾਨੇ ਜੰਗ ਦੇ ਵਿੱਚ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ ਸੂਰਮਾ ਸ਼ਬਦ ਦੀਆਂ ਸਾਰੀਆਂ ਵਿਆਖਿਆਵਾਂ ਗੁਰੂ ਦੇ ਵਿੱਚ ਨੇ ਤੇ ਗੁਰੂ ਨੇ ਉਹ ਸੂਰਮਤਾਈ ਵਿਸਾਖੀ ਵਾਲੇ ਦਿਨ ਕਿਹਨੂੰ ਬਖਸ਼ ਦਿੱਤੀ ਖਾਲਸਾ ਮੇਰੋ ਖਾਲਸੇ ਮੇਹੋ ਕਰੋ ਨਿਵਾਸ ਖਉ ਖਾਲਸੇ ਕੋ ਖਾਲਸਾ ਮੇਰੋ ਓਤਪੋਤ ਸਾਗਰ ਬੰਦੇ ਰੋ ਖਾਲਸਾ ਮੇਰੇ ਵਿੱਚ ਇਸ ਤਰ੍ਹਾਂ ਅਪੇਧ ਹੋ ਗਿਆ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਇੱਕ ਪਾਣੀ ਦੀ ਬੂੰਦ ਪਾ ਦਿੱਤੀ ਜਾਵੇ ਇਸ ਸਮੁੰਦਰ ਦੇ ਵਿੱਚ ਪਾਈ ਹੋਈ ਪਾਣੀ ਦੀ ਬੂੰਦ ਨੂੰ ਦੁਬਾਰਾ ਕੱਢਿਆ ਜਾ ਸਕਦਾ ਨਹੀਂ ਅਪੇਧ ਹੋ ਜਾਂਦੀ ਹੈ ਹਉ ਖਾਲਸੇ ਕੋ ਖਾਲਸਾ ਮੇਰੂ ਉਤਪਉਤ ਸਾਗਰ ਬੰਦੇਰੋ ਖਾਲਸਾ ਮੇਰੇ ਵਿੱਚ ਇਸ ਤਰ੍ਹਾਂ ਮਿਲ ਗਿਆ ਇਸ ਤਰ੍ਹਾਂ ਅਪੇਧ ਹੋ ਗਿਆ ਕਿ ਹੁਣ ਉਸ ਖਾਲਸੇ ਨੂੰ ਮੇਰੇ ਤੋਂ ਵੱਖ ਕੀਤਾ ਹੀ ਨਹੀਂ ਜਾ ਸਕਦਾ ਤੇ ਸਾਡੀ ਗੁਰਮਤ ਦਾ ਇੱਕ ਫੈਸਲਾ ਹੈ ਗੁਰਪਰਮੇਸ਼ਰ ਜਿਹੜੇ ਸ਼ਬਦ ਪਰਮੇਸ਼ਰ ਦੇ ਨੇ ਜਿਹੜੇ ਗੁਣ ਪਰਮੇਸ਼ਰ ਦੇ ਨੇ ਉਹ ਗੁਣ ਗੁਰੂ ਦੇ ਨੇ ਤੇ ਗੁਰੂ ਨੇ ਆਪਣੇ ਸਾਰੇ ਹੀ ਗੁਣ ਖਾਲਸੇ ਦੇ ਵਿੱਚ ਰੱਖ ਦਿੱਤੇ ਨੇ ਤੇ ਇਸੇ ਕਰਕੇ ਜਿਹੜੇ ਸੂਰਮਤਾਈ ਦੇ ਗੁਣ ਸੀ ਗੁਰੂ ਪਾਸ਼ਾ ਨੇ ਖਾਲਸੇ ਦੇ ਵਿੱਚ ਰੱਖ ਕੇ ਕਹਿ ਦਿੱਤਾ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਸੱਜਣ ਸੂਰਾ ਔਰ ਦੋ ਸ਼ਬਦ ਨੇ ਜਿਨ੍ਹਾਂ ਦਾ ਇਸਤਰੀ ਲਿੰਗ ਨਹੀਂ ਹੈ ਦੋ ਸ਼ਬਦ ਖਾਲਸਾ ਸ਼ਬਦ ਦਾ ਇਸਤਰੀ ਲਿੰਗ ਵੀ ਨਹੀਂ ਹੈ ਔਰ ਸੂਰਮਾ ਸ਼ਬਦ ਦਾ ਇਸਤਰੀ ਲਿੰਗ ਵੀ ਨਹੀਂ ਹੈ ਕੋਈ ਔਰਤ ਵੀ ਮੈਦਾਨੇ ਜੰਗ ਚ ਜੂਝਦੀ ਆ ਤੇ ਉਹ ਸੂਰਮਾ ਐ ਕੋਈ ਔਰਤ ਵੀ ਖੰਡੇ ਬਾਟੇ ਦੀ ਪਾਹਲ ਸਕਦੀ ਐ ਤੇ ਖਾਲਸਾ ਐ ਖਾਲਸੀ ਨੇ ਇਹ ਦੋ ਸ਼ਬਦ ਨੇ ਅੱਜ ਅਸੀਂ ਕੇਵਲ ਆਪਣਾ ਧਿਆਨ ਇਹਨਾਂ ਦੋਹਾਂ ਸ਼ਬਦਾਂ ਦੇ ਉੱਪਰ ਹੀ ਕੇਂਦਰਿਤ ਕਰਾਂਗੇ ਕਿ ਗੁਰੂ ਪਾਤਸ਼ਾਹ ਨੇ ਮਰਦ ਕਿਵੇਂ ਬਣਾ ਦਿੱਤਾ ਮਾਈ ਭਾਗੂ ਸੂਰਮਾ ਕਿਵੇਂ ਐ ਉਹ ਮਾਤਾਵਾਂ ਕਿਵੇਂ ਸੂਰਮਾ ਨੇ ਜਿਹੜੀਆਂ ਖੰਨੇ ਖੰਨੇ ਪ੍ਰਸ਼ਾਦੇ ਦੇ ਉੱਪਰ ਗੁਜ਼ਾਰਾ ਕਰਦੀਆਂ ਨੇ ਤੇ ਆਪਣੀ ਝੋਲੀ 'ਚ ਆਪਣੇ ਬੱਚਿਆਂ ਦੇ ਟੁਕੜੇ ਪਾਉਂਦੀਆਂ ਨੇ ਹੈ ਕੌਣ ਸੀ ਸਾਡੀਆਂ ਬਢੇਰੀਆਂ ਅਸੀਂ ਉਹਨਾਂ ਦੇ ਵਾਰਸ ਹਾਂ ਅਸੀਂ ਉਹਨਾਂ ਦੀ ਔਲਾਦ ਹਾਂ ਅੱਜ ਇਸ ਸ਼ਬਦ ਦੀ ਵਿਆਖਿਆ ਕਰਾਂਗੇ ਅਸੀਂ ਸਾਰੇ ਕਿ ਸੂਰਮਤਾਈ ਦੇ ਗੁਣ ਪਰ ਉਹਦੇ ਤੋਂ ਪਹਿਲਾਂ ਇਹ ਸੂਰਮਤਾਈ ਆਵੇਗੀ ਕਿਵੇਂ ਸਭ ਤੋਂ ਪਹਿਲਾਂ ਆਪਣਾ ਧਿਆਨ ਦਸ਼ਮ ਪਾਤਸ਼ਾਹ ਦੀ ਇਸ ਗੱਲ ਦੇ ਉੱਪਰ ਕੇਂਦਰਿਤ ਕਰਨਾ ਪਵੇਗਾ ਧੰਨ ਜੀਓ ਹੇ ਕੋ ਜਗ ਤੇ ਮੁਖ ਤੇ ਹਰ ਚਿੱਤ ਮੇ ਜੁੱਧ ਵਿਚਾਰ ਅੱਜ ਤੀਸਰਾ ਦਿਨ ਹੈ ਬੇਸ਼ੱਕ ਮੈਂ ਆਪਣੇ ਸਾਰੇ ਇਤਿਹਾਸ ਦੇ ਪ੍ਰਕਰਣ ਨੂੰ ਗੁਰਬਾਣੀ ਦੇ ਹਵਾਲਿਆਂ ਦੇ ਨਾਲ ਤੁਹਾਡੇ ਤੱਕ ਲੈ ਕੇ ਜਾ ਰਿਹਾ ਪਰ ਇੱਕ ਬਹੁਤ ਹੀ ਸੰਵੇਦਨਸ਼ੀਲ ਔਰ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਸਾਡੇ ਕੁਝ ਪ੍ਰਚਾਰ ਕਰਨੇ ਕੁਝ ਵੀਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਤਿਹਾਸ ਦੀ ਲੋੜ ਦੀ ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਕੋਈ ਇਤਿਹਾਸਕ ਹਵਾਲਾ ਨਹੀਂ ਨਹੀਂ ਬਹੁਤ ਨੇ ਮੈਂ ਕੱਲ ਸਾਂਝੇ ਕਰੂੰਗਾ ਤੁਹਾਡੇ ਨਾਲ ਕਿਉਂਕਿ ਕੱਲ ਸ਼ਸਤਰ ਪਰੰਪਰਾ ਸ਼ਾਸਤਰ ਪਰੰਪਰਾ ਤੇ ਸੂਰਮਤਾਈ ਦੀ ਗੱਲ ਕਰਨੀ ਹੈ ਕਿਹੜੇ ਹਵਾਲੇ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਵੇ ਨੇ ਉਹ ਕਰਾਂਗੇ ਪਰ ਅੱਜ ਜਦੋਂ ਸਾਡੇ ਆਪਣੇ ਸਿੱਖ ਵੀਰ ਅੰਮ੍ਰਿਤ ਸੰਸਕਾਰ ਤੇ ਅੰਮ੍ਰਿਤ ਦੀਆਂ ਬਾਣੀਆਂ ਤੇ ਸਾਡੀ ਅਰਦਾਸ ਦੇ ਉੱਪਰ ਔਰ ਸਿੱਖਾਂ ਦੇ ਆਪਣੇ ਨਿਤਨੇਮ ਦੇ ਉੱਪਰ ਕਿੰਤੂ ਕਰਦੇ ਨੇ ਤਾਂ ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਗੱਲ ਚਾਹਤ ਆ ਜਾਂਦੀ ਹੈ ਉਹ ਕਹਿੰਦੇ ਨੇ ਕਿ ਜਾਣਤ ਹੈ ਉਸਤਤ ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂੜ ਆਪਣੇ ਆਪ ਨੂੰ ਸਟੇਜ ਤੇ ਬਹਿ ਕੇ ਸਿੱਖ ਸਮਝ ਰਿਹਾ ਮੈਂ ਗੁਰੂ ਦੀ ਉਸਤਤ ਕਰ ਰਿਹਾ ਪਰ ਕਰ ਨਿੰਦਾ ਰਿਹਾ ਜਾਣਤ ਹੈ ਉਸਤਤ ਔਰ ਕਰਤ ਹੈ ਨਿੰਦਾ ਮੂੜ ਐਸੇ ਬਿ ਉਰਾਦ ਬੇਕੋ ਮੂੜ ਤੇ ਮੋਨ ਸੁਖਦਾਈ ਹੈ ਇਹੋ ਜੀ ਅਰਾਧਨਾ ਦੇ ਨਾਲੋਂ ਤੇ ਚੁੱਪ ਰਹਿਣਾ ਚੰਗਾ ਐਵੇਂ ਦੇ ਪ੍ਰਚਾਰ ਦੇ ਨਾਲੋਂ ਚੁੱਪ ਬਹੁਤ ਭਲਾ ਹੈ ਕਿਉਂਕਿ ਸੱਚ ਜਾਣਿਓ ਪ੍ਰਚਾਰ ਕਦੀ ਵੀ ਸ਼ਬਦਾਂ ਦੇ ਵਿਸਤਾਰ ਪਰਵਾਹ ਨਾਲ ਨਹੀਂ ਹੁੰਦਾ ਪ੍ਰਚਾਰ ਕਿਰਦਾਰ ਦੇ ਨਾਲ ਹੁੰਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਕੀਰਤਨ ਦਰਬਾਰ ਨਹੀਂ ਸੀ ਹੁੰਦੇ ਪੁਰਾਣੇ ਸਮਿਆਂ 'ਚ ਸਾਡੇ ਵਰਗੇ ਅਖੋਤੀ ਵਿਦਵਾਨ ਨਹੀਂ ਸੀ ਪੁਰਾਣੇ ਸਮਿਆਂ 'ਚ ਸਾਡੇ ਵਰਗੇ ਬੁਲਾਰੇ ਨਹੀਂ ਸੀ ਸਿੱਖ ਨੂੰ ਵੇਖ ਕੇ ਲੋਕ ਸਿੱਖ ਬਣ ਜਾਂਦੇ ਸੀ ਉਹਦਾ ਕਿਰਦਾਰ ਵੇਖਦੇ ਸੀ ਉਹਦਾ ਆਚਾਰ ਵੇਖਦੇ ਸੀ ਉਹਦਾ ਮਨੁੱਖਤਾ ਨਾਲ ਪਿਆਰ ਵੇਖਦੇ ਸੀ ਉਹਦੇ ਜੀਵਨ ਦਾ ਆਧਾਰ ਵੇਖਦੇ ਸੀ ਤੇ ਉਹਦੇ ਜ਼ਿੰਦਗੀ 'ਚੋਂ ਗਏ ਹੋਏ ਵਿਕਾਰ ਵੇਖਦੇ ਸੀ ਆਪੇ ਸਿੱਖ ਬਣ ਜਾਂਦੇ ਸੀ ਤੇ ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿੰਨੇ ਜੇਕਰ ਸਿੱਖਾ ਤੂੰ ਖੰਡੇ ਬਾਟੇ ਦੀ ਪਾਹੂ ਲੈ ਕੇ ਸਿੱਖ ਬਣ ਜਾਣਾ ਬਸ਼ਰਤੇ ਪੇਕੀ ਨਾ ਬਣੀ ਜਿਸ ਤਰ੍ਹਾਂ ਤਾਂ ਤੂੰ ਬਣੇਗਾ ਕਲਗੀਧਰ ਪਾਸ਼ਾ ਕਹਿੰਦੇ ਨੇ ਕਿ ਇੱਕ ਬਿਨਾ ਮਨ ਨੈਕ ਨਾ ਆਨੇ ਵੇਖੀ ਸਿੱਖਾ ਫਿਰ ਕਿਤੇ ਤੇਰੇ ਮਨ ਦੇ ਵਿੱਚ ਇੱਕ ਤੋਂ ਬਿਨਾ ਦੂਸਰਾ ਨਾ ਆ ਜਾਵੇ ਕਲਗੀਧਰ ਪਾਸ਼ਾ ਦਾ ਦਰਬਾਰ ਲੱਗਾ ਹੋਇਆ ਹੈ ਨੰਦ ਲਾਲ ਜੀ ਇੱਕ ਸੁਨੇਹਾ ਲੈ ਕੇ ਆਏ ਨੇ ਉਹ ਸੁਨੇਹਾ ਕੀ ਹੈ ਪਾਸ਼ਾ ਬਹਾਦਰ ਸ਼ਾਹ ਨੂੰ ਤੁਹਾਡੀ ਮਦਦ ਦੀ ਲੋੜ ਹੈ ਹੁਣ ਖਿਆਲ ਕਰਿਓ ਇਹ ਬਹਾਦਰ ਸ਼ਾ ਉਹੀ ਸੀ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ ਔਰੰਗਜ਼ੇਬ ਤਾਂ ਕਲਗੀਧਰ ਪਾਤਸ਼ਾਹ ਦੇ ਉੱਪਰ ਹਮਲੇ ਕਰਾਵੇ ਤੇ ਉਹਦਾ ਪੁੱਤਰ ਗੁਰੂ ਦੇ ਕੋਲੋਂ ਮਦਦ ਲੈਣ ਵਾਸਤੇ ਆਵੇ ਤੇ ਪਾਤਸ਼ਾਹ ਕਹਿੰਦੇ ਨੇ ਮੇਰਾ ਵੈਰ ਕਿਸੇ ਨਾਲ ਨਹੀਂ ਮਾਨਸ ਕੀ ਜਾਤ ਸਭ ਹੈ ਕਿਸੇ ਨਾਲ ਵੈਰ ਨਹੀਂ ਕਿਸੇ ਧਰਮ ਦੇ ਨਾਲ ਵੈਰ ਨਹੀਂ ਕਿਸੇ ਵੀ ਅਕੀਦੇ ਦੇ ਧਾਰਨੀਆਂ ਦੇ ਨਾਲ ਕੋਈ ਵੈਰ ਨਹੀਂ ਕਿਸੇ ਮਸਜਬ ਦੇ ਨਾਲ ਕੋਈ ਵੈਰ ਨਹੀਂ ਕਹਿੰਦੇ ਮੈਂ ਉਸ ਦੀ ਮਦਦ ਕਰੂੰਗਾ ਮਦਦ ਕੀਤੀ ਆਗਰੇ ਦੇ ਨੇੜੇ ਜੱਜੋਂ ਦੇ ਸਥਾਨ ਦੇ ਉੱਪਰ ਜੰਗ ਹੋਈ। ਬਹਾਦਰ ਸ਼ਾਹ ਦਾ ਪ੍ਰਤਾਰਾ ਤਾਰਾ ਆਜ਼ਮ ਮਾਰਿਆ ਗਿਆ। ਜਦੋਂ ਤਾਰਾ ਆਜ਼ਮ ਦੇ ਇੱਕ ਤੀਰ ਵੱਜਾ ਤਾਰਾ ਆਜ਼ਮ ਹਾਥੀ ਤੋਂ ਥੱਲੇ ਡਿੱਗਾ ਤੇ ਕੁਦਰਤ ਨੇ ਜਦੋਂ ਰਾਜਾ ਮਰ ਜਾਵੇ ਤੇ ਫੌਜ ਦੇ ਪੈਰ ਉਖੜ ਜਾਂਦੇ ਨੇ ਫੌਜ ਵੀ ਭੱਜ ਗਈ। ਹੁਣ ਹੈਰਾਨਗੀ ਦੀ ਗੱਲ ਸੀ ਤਾਰਾ ਆਜ਼ਮ ਦੇ ਤੀਰ ਵੱਜਾ ਤਾਰਾ ਆਜ਼ਮ ਜ਼ਮੀਨ ਤੇ ਡਿੱਗਾ ਪਰ ਇਹ ਪਤਾ ਨਹੀਂ ਲੱਗ ਰਿਹਾ ਤੀਰ ਕਿਸ ਦਾ ਵੱਜਿਆ। ਕਿਉਂਕਿ ਅੱਜ ਵੀ ਮੈਂ ਸ਼ਸਤਰਾਂ ਦੇ ਉੱਪਰ ਮੈਨੂੰ ਬਹੁਤ ਜ਼ਿਆਦਾ ਅਧਿਨ ਕਰਨ ਦਾ ਮੌਕਾ ਮਿਲਿਆ ਹੈ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਦੇ ਵਿੱਚ ਜਿੰਨੇ ਕ ਸ਼ਸਤਰ ਵੱਖ-ਵੱਖ ਮਿਊਜ਼ੀਅਮ ਦੇ ਵਿੱਚ ਪਏ ਨੇ ਮੈਂ ਉਹਨਾਂ ਦਾ ਅਧਿਨ ਕੀਤਾ ਹੈ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਵਾਇਤ ਰਹੀ ਹੈ ਕਿ ਹਰ ਜੋਧਾ ਆਪਣੇ ਤੀਰ ਦੇ ਉੱਪਰ ਆਪਣੀ ਨਿਸ਼ਾਨੀ ਲਾਉਂਦਾ ਸੀ ਹਰ ਜੋਧਾ ਆਪਣੇ ਤੀਰ ਦੇ ਉੱਪਰ ਆਪਣੀ ਨਿਸ਼ਾਨੀ ਲਾਉਂਦਾ ਸੀ ਕਿ ਮੇਰੇ ਤੀਰ ਦੇ ਨਾਲ ਜੇ ਦੁਸ਼ਮਣ ਮਰੇ ਤੇ ਮੇਰੇ ਤੀਰ ਦੀ ਪਛਾਣ ਦੇ ਕਰਕੇ ਉਹ ਜਿਹੜਾ ਇਨਾਮ ਹੈ ਮੈਨੂੰ ਮਿਲੇ ਪਤਾ ਲੱਗੇ ਕਿ ਇਹ ਮੇਰਾ ਤੀਰ ਹੈ ਹੁਣ ਤੀਰ ਨਹੀਂ ਪਛਾਣਿਆ ਜਾ ਰਿਹਾ ਤੇ ਜਦੋਂ ਮਰੇ ਪਏ ਤਾਰਾ ਆਜ਼ਮ ਲਾਸ਼ ਤਾਰਾ ਆਜ਼ਮ ਦੀ ਲਾਸ਼ ਦੇ ਕੋਲ ਬਹਾਦਰ ਸ਼ਾਹ ਆਉਂਦਾ ਹੈ ਉਹਦੇ ਜਿਸਮ ਨੂੰ ਤੀਰ ਚੋਂ ਪੁੱਟਦਾ ਤੇ ਉੱਚੀ ਜਿਹੀ ਇੱਕ ਗੱਲ ਕਹਿੰਦਾ ਹਮ ਜਾਨਤ ਤਹ ਮਰਦ ਕੋ ਜਹ ਤਰਕਸ਼ ਕਾ ਇਹ ਤੀਰ ਮੈਂ ਉਸ ਮਰਦ ਸੂਰਮੇ ਨੂੰ ਜਾਣਦਾ ਜਿਹਦੇ ਤਰਕਸ਼ ਦਾ ਜਿਹਦੇ ਪੱਥੇ ਦਾ ਇਹ ਤੀਰ ਹੈ ਇਹਦੇ ਪਿੱਛੇ ਸੋਨਾ ਲੱਗਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ। ਬਹਾਦਰ ਸ਼ਾਹ ਦੇ ਸ਼ਬਦ ਨੇ ਹਮ ਜਾਨਤ ਤਹ ਮਰਦ ਕੋ ਜਹ ਤਰਕਿਸ਼ ਕਾ ਇਹ ਤੀਰ ਕਿਸ ਕਰਕੇ ਸੋਨਾ ਲਾਇਆ ਜਾਂਦਾ ਸੀ? ਲੜਨਾ ਤੇ ਮੈਦਾਨੇ ਜੰਗ ਦੇ ਵਿੱਚ ਜੇ ਦੁਸ਼ਮਣ ਜ਼ਖਮੀ ਹੋ ਜਾਵੇ ਆਪਣਾ ਇਲਾਜ ਕਰਾ ਸਕੇ ਸੋਨੇ ਦੇ ਨਾਲ ਤੇ ਜੇ ਕਿਤੇ ਉਸ ਦੀ ਮੌਤ ਹੋ ਜਾਵੇ ਤੇ ਉਹਦਾ ਕਫਨ ਤੇ ਦਫਨ ਹੋ ਸਕੇ ਕਿਵੇਂ ਦੀ ਰਹਿਮਤ। ਹੁਣ ਜਦੋਂ ਕਲਗੀਧਰ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਉਹ ਜੰਗ ਜਿੱਤੀ ਗਈ। ਬਹਾਦਰ ਸ਼ਾ ਤੇ ਕਲਗੀਧਰ ਪਾਤਸ਼ਾਹ ਦਾ murid ਬਣ ਗਿਆ ਪਾਤਸ਼ਾਹ ਨੇ ਜਿਹੜੇ ਮਾਲਵੇ ਦੀ ਸੰਗਤ ਵਾਲ ਹੁਕਮਨਾਮੇ ਲਿਖੇ ਨੇ ਉਹਨਾਂ ਨੂੰ ਪੜ੍ਹ ਕੇ ਵੇਖੋ ਉਹਨਾਂ ਦੇ ਚ ਸਪਸ਼ਟ ਹੁੰਦਾ ਹੈ ਕਿ ਬਹਾਦਰ ਸ਼ਾ ਗੁਰੂ ਪਾਸ਼ਾ ਨੂੰ ਆਪਣਾ ਰੋਹਾਨੀयत ਆਗੂ ਮੰਨ ਚੁੱਕਾ ਸੀ ਪਰ ਜਿਹੜੇ ਉਹਦੇ ਮੁਲਾਣੇ ਸੀ ਜਿਹੜੇ ਕੱਟੜ ਲੋਕ ਸੀ ਜਿਹੜੇ ਉਹਦੇ ਸੈਨਾਪਤੀ ਸੀ ਉਹ ਬੜੇ ਦੁਖੀ ਹੋਏ ਉਹਨਾਂ ਨੇ ਸੋਚਿਆ ਬਹਾਦਰ ਸ਼ਾ ਇੱਕ ਸਿੱਖ ਨੂੰ ਆਪਣਾ ਸ਼ੈਖੁਲ ਹਿੰਦ ਦਾ ਰਤਬਾ ਦੇ ਰਿਹਾ ਹੈ ਆਪਣੇ ਧਾਰਮਿਕ ਆਗੂ ਦਾ ਰਤਬਾ ਦੇ ਰਿਹਾ ਇਹਨੂੰ ਮਰੋਣਾ ਚਾਹੀਦਾ ਕਲਗੀਧਰ ਪਾਤਸ਼ਾਹ ਦੇ ਬਾਰੇ ਉਹਨਾਂ ਦੀ ਸੋਚ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਾਉਣਾ ਚਾਹੀਦਾ ਹੈ। ਕਈ ਤਜ਼ਵੀਜ਼ਾਂ, ਕਈ ਸੋਚਾਂ, ਕਈ ਵਿਉਤਾਂ ਅਲਿਕੀਆਂ ਗਈਆਂ। ਅਖੀਰ ਉਸ ਦੇ ਇੱਕ ਜਰਨੈਲ ਬਲੰਦ ਖਾਨ ਨੇ ਇੱਕ ਤਜ਼ਵੀਜ਼ ਸੋਚੀ। ਉਸ ਨੂੰ ਪਤਾ ਲੱਗਾ ਕਿ ਜੈਜੋਂ ਦੇ ਜੰਗਲ ਦੇ ਵਿੱਚ ਇੱਕ ਆਦਮ ਖੋਰ ਸ਼ੇਰ ਹੈ। ਬੜੇ ਸੂਰਮੇ ਉਸ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਗਏ। ਪਰ ਕੋਈ ਵੀ ਸ਼ਿਕਾਰ ਨਾ ਕਰ ਸਕਿਆ। ਸਾਰੇ ਸ਼ੇਰ ਦੇ ਹੱਥੋਂ ਸ਼ਿਕਾਰ ਹੋ ਗਏ। ਬਹਾਦਰ ਸ਼ਾਹ ਨੂੰ ਜਾ ਕੇ ਕਹਿੰਦਾ ਹੈ ਬਹਾਦਰ ਸ਼ਾਹ ਜਿਸ ਗੁਰੂ ਨੂੰ ਤੂੰ ਆਪਣਾ ਰੋਹਾਨੀਅਤ ਦਾ ਆਗੂ ਮੰਨ ਰਿਹਾ ਹੈ ਮੈਂ ਸੁਣਿਆ ਹੈ ਕਿ ਇਸ ਗੁਰੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ ਤੇ ਜੇ ਤੇਰਾ ਗੁਰੂ ਇੰਨਾ ਹੀ ਬਹਾਦਰ ਹੈ ਤੇ ਕਿਉਂ ਨਹੀਂ ਜੱਜੋਂ ਦੇ ਜੰਗਲ ਦੇ ਵਿੱਚ ਜਿਹੜਾ ਆਦਮ ਖੋਰ ਜਿਸ ਨੂੰ ਅਸੀਂ ਮੈਨਿਟਰ ਕਹਿ ਦਿੰਨੇ ਆ ਜਿਹੜਾ ਆਦਮ ਖੋਰ ਸ਼ੇਰ ਹੈ ਉਹਨੇ ਕਈ ਲੋਕਾਂ ਨੂੰ ਕਤਲ ਕਰ ਦਿੱਤਾ ਹੈ ਕਿਉਂ ਨਹੀਂ ਗੁਰਗੋਬਿੰਦ ਸਿੰਘ ਦੇ ਕੋਲੋਂ ਉਸ ਸ਼ੇਰ ਨੂੰ ਮਰਵਾਇਆ ਜਾਂਦਾ ਸਵੇਰੇ ਦਰਬਾਰ ਲੱਗਾ ਕਲਗੀਧਰ ਪਾਤਸ਼ਾਹ ਉਸ ਦਰਬਾਰ ਦੇ ਵਿੱਚ ਪਹੁੰਚੇ ਤੇ ਸਰ ਬੁਲੰਦ ਖਾਨ ਨੇ ਇਸ਼ਾਰਾ ਕੀਤਾ ਬਹਾਦਰ ਸ਼ਾਹ ਨੂੰ ਕਿ ਗੁਰਗੋਬਿੰਦ ਸਿੰਘ ਮਹਾਰਾਜ ਤੋਂ ਪੁੱਛੋ ਕਿ ਉਹ ਸ਼ੇਰ ਦਾ ਸ਼ਿਕਾਰ ਕਰਨਾ ਹੈ ਜਦੋਂ ਬਹਾਦਰ ਸ਼ਾਹ ਨੇ ਕਿਹਾ ਪਾਤਸ਼ਾਹ ਮੀਰਾ ਜਰਨੈਲ ਕਹਿ ਰਿਹਾ ਹੈ ਕਿ ਤੁਸੀਂ ਕਈ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਹੈ ਤੇ ਸਾਡੇ ਨੇੜੇ ਜੰਗਲ ਦੇ ਵਿੱਚ ਵੀ ਸ਼ੇਰ ਆਇਆ ਹੈ ਤੁਸੀਂ ਉਸ ਦਾ ਸ਼ਿਕਾਰ ਕਰੋ ਤੇ ਗੁਰੂ ਪਾਤਸ਼ਾਹ ਕਹਿੰਦੇ ਬਿਲਕੁਲ ਬਹਾਦਰ ਸ਼ਾਹ ਕੱਲ ਚੱਲਾਂਗੇ ਜਦੋਂ ਘੋੜੇ ਤੇ ਸੇਰੇ ਸਵਾਰ ਹੋਏ ਤੁਰਨ ਹੋਏ ਤੇ ਬਹਾਦਰ ਸ਼ਾਹ ਕਹਿੰਦਾ ਬਾਦਸ਼ਾਹ ਤੁਸੀਂ ਸ਼ੇਰ ਦਾ ਸ਼ਿਕਾਰ ਕਰਨਾ ਹੈ ਤੇ ਪਾਦਸ਼ਾਹ ਦੇ ਨਾਲ ਗੁਰੂ ਦਾ ਸਿੱਖ ਸਿਪਾਹੀ ਰੌਸ਼ਨ ਸਿੰਘ ਕਹਿੰਦਾ ਬਹਾਦਰ ਸ਼ਾਹ ਇਹ ਕਿਵੇਂ ਹੋ ਸਕਦਾ ਇੱਕ ਸਿੱਖ ਕੋਲ ਹੋਵੇ ਤੇ ਗੁਰੂ ਸ਼ੇਰ ਦਾ ਸ਼ਿਕਾਰ ਕਰੇ ਇਹ ਕਿਵੇਂ ਹੋ ਸਕਦਾ ਹੁਣ ਕਲਗੀਧਰ ਪਾਦਸ਼ਾਹ ਨੇ ਆਪਣਾ ਆਪਾ ਤੇ ਖਾਸੇ ਚ ਰੱਖ ਦਿੱਤਾ ਨਾ ਖਾਲਸਾ ਮੇਰੋ ਸੱਜਣ ਸੂਰਾ ਇਹ ਕਿਵੇਂ ਹੋ ਸਕਦਾ ਇੱਕ ਸਿੱਖ ਦੇ ਹੁੰਦਿਆਂ ਗੁਰੂ ਸ਼ਿਕਾਰ ਕਰੇ ਸ਼ੇਰ ਦਾ ਮੈਂ ਸ਼ਿਕਾਰ ਕਰਾਂਗਾ ਜਦੋਂ ਇਹ ਗੱਲ ਸੁਣੀ ਤੇ ਬਹਾਦਰ ਸ਼ਾਹ ਦਾ ਜਰਨੈਲ ਬਲੰਦ ਖਾਨ ਬੜਾ ਹੈਰਾਨ ਹੋਇਆ ਕਹਿੰਦਾ ਜੇਕਰ ਇਹ ਸਿੱਖ ਸ਼ਿਕਾਰ ਕਰੇਗਾ ਗੁਰੂ ਦਾ ਸਿੱਖ ਤੇ ਮੈਂ ਇਸ ਦਾ ਮੁਖ ਸੈਨਾਪਤੀ ਤੇ ਮੇਰੀ ਕੀ ਅਹਿਮੀਅਤ ਰਹੇਗੀ ਉਸ ਨੇ ਬਹਾਦਰ ਸ਼ਾਹ ਨੂੰ ਕਿਹਾ ਜੇ ਇਹ ਸ਼ਿਕਾਰ ਕਰ ਸਕਦਾ ਹੈ ਤੇ ਸ਼ੇਰ ਦਾ ਸ਼ਿਕਾਰ ਮੈਂ ਕਰੂੰਗਾ ਚਲੇ ਗਏ ਜੰਗਲ ਦੇ ਵਿੱਚ ਜਦੋਂ ਉਸ ਜਗ੍ਹਾ ਤੋਂ ਉਸ ਗਾਰ ਦੇ ਵਿੱਚੋਂ ਆਵਾਜ਼ ਆਈ ਜਿੱਥੇ ਸ਼ੇਰ ਸੀ ਉਹਦੇ ਦਹਾੜਨ ਦੀ ਆਵਾਜ਼ ਆਈ ਤੇ ਸਾਰੇ ਉਧਰ ਨੂੰ ਗਏ ਨੇ ਸਰਬਲੰਦ ਆਪਣੀ ਕਿਰਪਾਨ ਨੂੰ ਬੇਮਿਆਨ ਕਰਕੇ ਸ਼ੇਰ ਵੱਲ ਗਿਆ ਸ਼ੇਰ ਨੇ ਐਵੇਂ ਦਾ ਝਟਕਾ ਮਾਰਿਆ ਕਿ ਸਰਬਲੰਦ ਖਾਨ ਨੂੰ ਦੋ ਹਿੱਸੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਬਹਾਦਰ ਸ਼ਾਹ ਵੀ ਪਿੱਛੇ ਆ ਗਿਆ ਤੇ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ ਹੈ ਪਾਤਸ਼ਾਹ ਹੁਣ ਤੇ ਕਰੋ ਸ਼ਿਕਾਰ ਸ਼ੇਰ ਸਾਹਮਣੇ ਹੈ ਤੇ ਪਾਤਸ਼ਾਹ ਚੱਲਣ ਲੱਗੇ ਤੇ ਰੋਸ਼ਨ ਸਿੰਘ ਕਹਿੰਦਾ ਹੈ ਪਾਤਸ਼ਾਹ ਨਹੀਂ ਜਿੰਨਾ ਚਿਰ ਸਿੱਖ ਹੈ ਉਹਨਾਂ ਚਿਰ ਤੁਸੀਂ ਸ਼ਿਕਾਰਵਾਲ ਨਹੀਂ ਜਾਓਗੇ ਸ਼ਿਕਾਰਵਾਲ ਤੁਰ ਲੱਗਾ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਹੈ ਰੋਸ਼ਨ ਸਿੰਘ ਤੇਰੇ ਗਲ ਦੇ ਵਿੱਚ ਤਾਂ ਛੋਟੀ ਸਰੀ ਸਾਹਿਬ ਹੈ ਵੱਡੀ ਸ਼ਮਸ਼ੀਰ ਵੀ ਤੇਰੇ ਹੱਥ ਦੇ ਵਿੱਚ ਨਹੀਂ ਸ਼ਿਕਾਰ ਕਿਸ ਦੇ ਨਾਲ ਕਰਾਂਗਾ ਹੱਥ ਦੇ ਵਿੱਚ ਡੰਡਾ ਫੜਿਆ ਸੀ ਕਹਿੰਦਾ ਪਾਤਸ਼ਾਹ ਬਸ ਇੱਕ ਵਾਰੀ ਸਿਰ ਤੇ ਹੱਥ ਰੱਖ ਦੇ ਮੈਂ ਇਸ ਡੰਡੇ ਦੇ ਨਾਲ ਸ਼ਿਕਾਰ ਕਰਾਂਗਾ ਪਾਤਸ਼ਾਹ ਕਹਿੰਦੇ ਨਹੀਂ ਰੌਸ਼ਨ ਸਿੰਘ ਮੇਰੀ ਸ਼ਮਸ਼ੀਰ ਲੈ ਜਾ ਮੇਰੀ ਕਿਰਪਾਨ ਲੈ ਜਾ ਕਹਿੰਦਾ ਪਾਤਸ਼ਾਹ ਲੈ ਤੇ ਜਾਵਾਂ ਜੇ ਮੈਂ ਤੇਰੀ ਸ਼ਮਸ਼ੀਰ ਦੇ ਨਾਲ ਸ਼ਿਕਾਰ ਕੀਤਾ ਤੇ ਇਹ ਬਹਾਦਰ ਸ਼ਾ ਸਮਝੇਗਾ ਸ਼ਾਇਦ ਗੁਰੂ ਦੀ ਤਲਵਾਰ ਦੇ ਵਿੱਚ ਕੋਈ ਅਜ਼ਮਤ ਹੈ ਬਾਦਸ਼ਾਹ ਨੇ ਮੈਂ ਡੰਡੇ ਦੇ ਨਾਲ ਹੀ ਸ਼ਿਕਾਰ ਕਰਾਂਗਾ ਚਲਾ ਗਿਆ ਹੁਣ ਗੁਰੂ ਵੀ ਤੱਕ ਰਿਹਾ ਹੈ ਬਹਾਦਰ ਸ਼ਾਹ ਵੀ ਤੱਕ ਰਿਹਾ ਹੈ ਗੁਰੂ ਦਾ ਸਿੱਖ ਡੰਡੇ ਦੇ ਨਾਲ ਸ਼ੇਰ ਦੇ ਨਾਲ ਗੁੱਥਮ ਗੁੱਥਾ ਹੋਇਆ ਲਉ ਲਹਾਨ ਹੋਏ ਨੇ ਦੋਏ ਅਖੀਰ ਇੱਕ ਐਵੇਂ ਦਾ ਵਾਰ ਸ਼ੇਰ ਦੇ ਸਿਰ ਦੇ ਉੱਪਰ ਡੰਡੇ ਦਾ ਕੀਤਾ ਸ਼ੇਰ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਇੱਕ ਵਾਰ ਹੋਰ ਕੀਤਾ ਸ਼ੇਰ ਮਾਰ ਦਿੱਤਾ ਆਪਣਾ ਕਮਰਕੱਸਾ ਖੋਲ੍ਹਿਆ ਤੇ ਸ਼ੇਰ ਦੀਆਂ ਲੱਤਾਂ ਨੂੰ ਬੰਨ੍ਹ ਕੇ ਮੋਢੇ ਨਾਲ ਧੁੰਦਾ ਹੋਇਆ ਬਹਾਦਰ ਸ਼ਾ ਦੇ ਪੈਰਾਂ ਤੇ ਪਰ ਸ਼ੇਰ ਨੂੰ ਰੱਖ ਦਿੱਤਾ ਕਹਿੰਦਾ ਲੈ ਬਹਾਦਰ ਸ਼ਾ ਤੂੰ ਚਾਹੁੰਦਾ ਸੀ ਨਾ ਸ਼ੇਰ ਦਾ ਸ਼ਿਕਾਰ ਕਰਉਣਾ ਮੈਂ ਕਰ ਦਿੱਤਾ ਬਹਾਦਰ ਸ਼ਾ ਨੇ ਜ਼ਮੀਨ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਏ ਕਹਿੰਦਾ ਲਾਹੌਲ ਕੁਵਤਲਾ ਆਪਣੇ ਗਲਨ ਦੇ ਵਿੱਚੋਂ ਸੁਨਹਿਰੀ ਮੋਤੀਆਂ ਦੀ ਮਾਲਾ ਲਾ ਕੇ ਰੋਸ਼ਨ ਸਿੰਘ ਦੇ ਝੋਲੀ 'ਚ ਪਾਉਣ ਲੱਗਾ ਰੋਸ਼ਨ ਸਿੰਘ ਪਿੱਛੇ हट ਗਿਆ ਕਹਿੰਦਾ ਰੌਸ਼ਨ ਸਿੰਘ ਮੈਂ ਤੈਨੂੰ ਇਨਾਮ ਦੇਣ ਲੱਗਾ ਤੂੰ ਪਿੱਛੇ ਕਿਉਂ ਹਟ ਗਿਆ ਕਹਿੰਦਾ ਬਹਾਦਰ ਸ਼ਾ ਆਪਣਾ ਮੋਤੀਆਂ ਦਾ ਹਾਰ ਪਿੱਛੇ ਕਰ ਲਾ ਇਸ ਝੋਲੀ ਦੇ ਵਿੱਚ ਜੋ ਕੋਈ ਰਹਿਮਤ ਪਾ ਸਕਦਾ ਹੈ ਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਇਹ ਇਹ ਝੋਲੀ ਕਿਸੇ ਹੋਰ ਦੀ ਰਹਿਮਤ ਸਵੀਕਾਰ ਨਹੀਂ ਕਰ ਸਕਦੀ ਜਿੰਨਾ ਚਿਰ ਤੱਕ ਸਾਡੀ ਮਾਨਸਿਕਤਾ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਕਿ ਏਕ ਬਿਨਾ ਮਨ ਨੈਕ ਨਾ ਆਨੇ ਕਿਤੇ ਸਾਡੀ ਝੋਲੀ ਕਿਸੇ ਹੋਰ ਦੇ ਅੱਗੇ ਨਾ ਢੀ ਜਾਵੇ ਕਿਤੇ ਸਾਡੀ ਝੋਲੀ ਦੇ ਵਿੱਚ ਕਿਸੇ ਹੋਰ ਤੋਂ ਰਹਿਮਤਾਂ ਪਾਉਣ ਦੀ ਇੱਛਾ ਨਾ ਪੈਦਾ ਹੋ ਜਾਵੇ ਸੱਚ ਜਾਣੋ ਜਿਸ ਦਿਨ ਅਸੀਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦੇਵਾਂਗੇ ਤੇ ਗੁਰੂ ਨੂੰ ਇੰਨੇ ਪਿਆਰੇ ਲੱਖਾਂਗੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਸਿੱਖ ਗੁਰੂ ਨੂੰ ਪਿਆਰਾ ਲੱਗਦਾ ਹੈ ਤੇ ਪਤਾ ਕਿੰਨਾ ਲੱਗਦਾ ਚੰਨ ਮੁਮਾਰਕ ਈਦ ਪੁੱਗ ਖਲੋਵਣਾ ਕਿਸੇ ਮੁਸਲਮਾਨ ਨੂੰ ਪੁੱਛੀ ਹੈ ਨਾ ਤੈਨੂੰ ਸਭ ਤੋਂ ਪਿਆਰਾ ਇਸ ਭੌਤਕ ਸੰਸਾਰ 'ਚ ਕੀ ਲੱਗਦਾ ਤੇ ਕਹਿੰਦਾ ਚੰਦਰਮਾ ਪਰ ਉਹ ਵੀ ਈਦ ਦਾ ਈਦ ਦਾ ਚੰਦ ਤੇ ਪਾਤਸ਼ਾਹ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਸਿੱਖ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦੇਵੇ ਤੇ ਸਿੱਖ ਗੁਰੂ ਨੂੰ ਇੰਨਾ ਚੰਗਾ ਲੱਗਦਾ ਜਿੰਨਾ ਮੁਸਲਮਾਨ ਨੂੰ ਈਦ ਦਾ ਚੰਦ ਚੰਗਾ ਲੱਗਦਾ ਚੰਨ ਮੁਮਾਰਕ ਈਦ ਪੁਗ ਖਲੋਵਣਾ ਸੂਰਮੇ ਦਾ ਅਗਲਾ ਗੁਣ ਹੈ ਰਾਣ ਰਤਿਓ ਭਾਜਿਓ ਨਹੀਂ ਸੂਰੋ ਥਾਰੋ ਨਾਉ ਕਲਗੀ ਧਰ ਪਾਸ਼ਾ ਨੇ ਇਹ ਵੀ ਗੁਣ ਜਿਹੜਾ ਹੈ ਉਹ ਸਿੱਖ ਨੂੰ ਬਖਸ਼ਿਸ਼ ਕਰ ਦਿੱਤਾ ਜੱਸਾ ਸਿੰਘ ਆਲੂ ਵਾਲੀਆ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਦਿੱਲੀ ਫਤਿਹ ਦੇ ਵਿੱਚ ਉਹ ਇੱਥੇ ਰਹੇ ਔਰ ਉਹਨਾਂ ਨੇ ਆਪਣਾ ਬਚਪਨ ਵੀ ਮਾਤਾ ਸੁੰਦਰ ਕੌਰ ਜੀ ਦੇ ਕੋਲ ਇੱਥੇ ਗੁਜ਼ਾਰਿਆ ਵੱਡਾ ਖੱਲੂ ਘਾਰੇ ਦਾ ਸਮਾਂ ਮੈਦਾਨੇ ਜੰਗ ਦੇ ਵਿੱਚ ਅਬਦਾਲੀ ਦੀਆਂ ਬੌਛਾਂ ਸਿੱਖਾਂ ਦੇ ਆਹੂ ਲਾ ਰਹੀਆਂ ਨੇ ਔਰ ਸੱਚ ਜਾਣਿਓ ਵੱਡਾ ਖੱਲੂ ਘਾਰਾ ਉਹ ਦਿਨ ਸੀ ਜਿਸ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇੱਕ ਦਿਨ ਦੇ ਵਿੱਚ 50 ਹਜ਼ਾਰ ਸਿੱਖ ਸ਼ਹੀਦ ਹੋਇਆ ਮੈਦਾਨੇ ਜੰਗ ਦੇ ਵਿੱਚ 50 ਹਜ਼ਾਰ ਸਿੱਖ ਦੀ ਬੀਬੀਆਂ ਦੀ ਬੱਚਿਆਂ ਦੀ ਲਾਸ਼ ਪਈ ਸੀ ਤੇ ਸਿੱਖਾਂ ਦਾ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਆਪਣੇ ਗਲ ਦੇ ਵਿੱਚ ਪੱਲਾ ਪਾ ਕੇ ਰਹਿਰਾਸ ਦਾ ਪਾਠ ਕਰਕੇ ਅਰਦਾਸ ਪਤਾ ਕੀ ਕਹਿ ਰਿਹਾ ਸੀ ਇਹ ਗੁਰੂ ਪਾਤਸ਼ਾ ਤਤ ਖਾਲਸਾ ਛੱਡ ਗਿਓ ਰਹਿਓ ਸੁਖ ਖੋਟ ਗਵਾਏ ਪਾਤਸ਼ਾ ਜਿਹੜਾ ਜਿਹੜਾ ਕੱਚਾ ਸੀ ਨਾ ਉਹ ਛੜ ਗਿਆ ਜਿੰਨੇ ਅਸੀਂ ਰਹਿ ਗਏ ਆ ਨਾ ਸਾਡੇ ਤੇ ਕਿਰਪਾ ਕਰੀ ਸਵੇਰੇ ਮੈਦਾਨੇ ਜੰਗ ਚ ਜੂਝ ਸਕੀਏ ਖਿਆਲ ਕਰੋ ਛੋਟੀ ਗੱਲ ਨਹੀਂ ਹੁੰਦੀ ਇਤਿਹਾਸਕਾਰ ਕਹਿੰਦੇ ਨੇ ਲੋਕ ਕਹੇ ਸਿੱਖ ਸਭ ਗਿਆ ਮਾਰਾ ਬਚਿਓ 50 ਔਰ ਖਾਪ ਗਿਓ ਸਾਰਾ ਰਤਨ ਸਿੰਘ ਪੰਗੂ ਉਪਰਚੀਨ ਪੰਥ ਪ੍ਰਕਾਸ਼ ਚ ਲਿਖਦੇ ਨੇ ਕਿ ਕੇਵਲ ਉਸ ਲੜਾਈ ਦੇ ਵਿੱਚ 50 ਸਿੱਖ ਜਿੰਦੇ ਬਚੇ ਬਾਕੀ ਸਾਰੇ ਹੀ ਇੱਕ ਦਿਨ ਦੇ ਵਿੱਚ ਸ਼ਹੀਦ ਹੋ ਗਏ ਹੁਣ ਸਾਡੀ ਗੁਰਬਾਣੀ ਕਹਿ ਰਹੀ ਹੈ ਰਣ ਰਤਿਓ ਭੱਜਿਓ ਨਹੀਂ ਸੂਰੋ ਥਾਰੋ ਨਾਓ ਸੂਰਮਾ ਉਹ ਹੁੰਦਾ ਜਿਹੜਾ ਮੈਦਾਨੇ ਜੰਗ ਦੇ ਵਿੱਚੋਂ ਨਹੀਂ ਭੱਜਦਾ ਇਹ ਗੁਣ ਕਲਗੀਧਰ ਪਾਤਸ਼ਾਹ ਦੇ ਵਿੱਚ ਸੀ ਇਹੀ ਗੁਣ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦੇ ਦਿੱਤਾ ਤੇ ਜਦੋਂ ਮੈਦਾਨੇ ਜੰਗ ਪੂਰਾ ਭਖਿਆ ਹੋਇਆ ਸੀ ਤੇ ਕੌਮ ਦਾ ਜ਼ਰਰੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੁਸ਼ਮਣ ਦੇ ਘੇਰੇ ਦੇ ਵਿੱਚ ਆ ਗਿਆ ਸਾਰੇ ਪਾਸੇ ਦੁਸ਼ਮਣ ਦੇ ਘੇਰੇ ਤੁਸੀਂ ਹੈਰਾਨ ਹੋਵੋਗੇ ਉਸ ਮੈਦਾਨੇ ਜੰਗ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਸਰਦਾਰ ਕਰਮ ਸਿੰਘ ਨੇ ਸਰਦਾਰ ਹਰੀ ਸਿੰਘ ਨੇ ਸਰਦਾਰ ਚੜਤ ਸਿੰਘ ਨੇ ਇਤਿਹਾਸ ਕਰ ਮੈਂ ਸਿੱਖ ਇਤਿਹਾਸ ਕਰ ਦੀ ਗੱਲ ਨਹੀਂ ਕਰਦਾ ਡਾਕਟਰ ਹਰੀਰਾਮ ਗੁਪਤਾ ਹਿਸਟਰੀ ਆਫ ਦਾ ਸਿੱਖਸ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਰਾਤ ਨੂੰ ਜੰਗ ਖਤਮ ਹੋਈ ਤੇ ਕੋਈ ਵੀ ਸਿੱਖ ਐਵੇਂ ਦਾ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 18 ਤੋਂ ਘੱਟ ਫੱਟਾਂ ਦੇ ਨਿਸ਼ਾਨ ਹੋਣ ਹਰ ਸਿੱਖ ਜ਼ਖਮੀ ਹੋਇਆ ਸੀ ਹਰ ਸਿੱਖ ਲਹੂ ਲਹਾਨ ਹੋਇਆ ਸੀ ਲਹੂ ਲਹਾਨ ਹੋਇਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੁਸ਼ਮਣ ਦੇ ਘੇਰੇ ਦੇ ਵਿੱਚ ਫਸ ਗਿਆ ਤੇ ਇਹਦਾ ਜਿਹੜਾ ਅੰਗਪਾਲ ਅੰਗ ਰਖਿਕ ਬਾਡੀਗਾਰਡ ਸੀ ਸਰਦਾਰ ਗੁਰਮਖ ਸਿੰਘ ਸਰਦਾਰ ਗੁਰਮਖ ਸਿੰਘ ਨੇ ਸੋਚਿਆ ਕਿ ਸਰਦਾਰ ਜੱਸਾ ਸਿੰਘ ਇੰਨਾ ਜ਼ਖਮੀ ਹੋ ਚੁੱਕਾ ਹੈ ਜੇਕਰ ਇਸ ਘੇਰੇ ਦੇ ਵਿੱਚ ਇਹਦੇ ਉੱਪਰ ਇੱਕ ਦੋ ਵਾਰ ਹੋਰ ਹੋਗੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਸ਼ਹੀਦ ਹੋ ਜਾਵੇਗਾ ਤੇ ਜੇ ਕੌਮ ਦਾ ਜਰਨੈਲ ਸ਼ਹੀਦ ਹੋ ਗਿਆ ਕੌਮ ਦੇ ਪੈਰ ਹਿੱਲ ਜਾਣਗੇ ਉਸਨੇ ਇੱਕ ਕੋਸ਼ਿਸ਼ ਕੀਤੀ ਕਿ ਆਪਣੇ ਮੀਆਂ ਦੇ ਨਾਲ ਜੱਸਾ ਸਿੰਘ ਆਲੂ ਵਾਲੀਏ ਦੇ ਘੋੜੇ ਦੇ ਉੱਪਰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਘੋੜਾ ਘੇਰੇ ਚੋਂ ਬਾਹਰ ਹੋ ਜਾਵੇ ਜਦੋਂ ਉਸਨੇ ਆਪਣਾ ਮਿਆਂ ਜੱਸਾ ਸਿੰਘ ਆਲੂ ਵਾਲੀਏ ਦੇ ਘੋੜੇ ਨੂੰ ਮਾਰਨ ਦੇ ਵਾਸਤੇ ਅੱਗੇ ਕੀਤਾ ਤੇ ਸਰਦਾਰ ਜੱਸਾ ਸਿੰਘ ਨੇ ਹੱਥ ਕਰ ਦਿੱਤਾ ਕਹਿੰਦਾ ਗੁਰਮਖਸਿਆਂ ਮੇਰੇ ਘੋੜੇ ਨੂੰ ਘੇਰੇ ਚੋਂ ਬਾਹਰ ਨਾ ਕੱਢੀਂ ਵੇਖੋ ਸਿੱਖ ਮੌਤ ਸਾਹਮਣੀ ਆ ਗੁਰਮਖਸਿਆਂ ਮੇਰੇ ਘੋੜੇ ਨੂੰ ਇਸ ਮੈਦਾਨੇ ਜੰਗ ਦੇ ਘੇਰੇ ਚੋਂ ਬਾਹਰ ਨਾ ਕੱਢੀ ਉਹ ਕਹਿੰਦਾ ਕਿਉਂ ਤੇ ਰਤਨ ਸਿੰਘ ਪੰਗੂ ਪਰਚੀਨ ਪੰਥ ਪ੍ਰਕਾਸ਼ ਚ ਲਿਖਦੇ ਨੇ ਕਹਿੰਦੇ ਸਿੰਘ ਸੁਨੇ ਹਮ ਕੋ ਕਰੇ ਠੱਠਾ ਘੋੜਾ ਕੁਦਾਏ ਜੱਸਾ ਸਿੰਘ ਨੱਠਾ ਉਹ ਅੱਜ ਮੈਂ ਆਪਣੀ ਜਾਨ ਬਚਾ ਕੇ ਨੱਠ ਜਾਵਾਂ ਤੇ ਕੱਲ ਨੂੰ ਆਪਣੇ ਪੰਥ ਦੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗਾ ਕਿ ਇਹ ਕੌਮ ਦਾ ਉਹ ਜ਼ਰਨੈਲ ਹੈ ਜਿਹੜਾ ਮੈਦਾਨੇ ਜੰਗ ਚੋਂ ਜਾਨ ਬਚਾਉਣ ਲਈ ਘੋੜਾ ਭਜਾ ਕੇ ਨਸ ਗਿਆ ਸੀ ਸਿੰਘ ਸੁਨੇ ਹਮ ਕੋ ਕਰੇ ਠੱਠਾ ਘੋੜਾ ਕੁਦਾਏ ਜੱਸਾ ਸਿੰਘ ਨੱਠਾ ਕਿਆ ਮੁਖ ਲਖੇ ਬੈਠੇ ਦੀਵਾਨ ਕਰੇ ਸਿੱਖ ਮਸਕਰੀ ਆਨ ਮੈਨੂੰ ਤਾਂ ਕੌਮ ਨੇ ਆਪਣਾ ਸੁਲਤਾਨੁਲ ਕੌਮ ਬਾਦਸ਼ਾਹ ਬਣਾਇਆ ਹੈ ਤੇ ਮੈਂ ਕਿਹੜੇ ਮੂੰਹ ਦੇ ਨਾਲ دیਵਾਨ ਲਾ ਕੇ ਬੈਠਾਂਗਾ ਜਦੋਂ ਸਿੱਖ ਮੈਨੂੰ ਮਜ਼ਾਕ ਕਰਨਗੇ ਕਿ ਆਹ ਸਿੱਖਾਂ ਦਾ ਜਰਨੈਲ ਹੈ ਜਿਹੜਾ ਮੈਦਾਨੇ ਜੰਗ ਚ ਘੋੜਾਂ ਨੂੰ ਉਠਾ ਕੇ ਨਸ ਗਿਆ ਸੀ ਪੰਥ ਹਮ ਕੋ ਪਾਤਸ਼ਾਹ ਬਨਾਇਓ ਤੁਮ ਚਾਹਤ ਗੀਦੀ ਅਖਵਾਇਓ ਪੰਥ ਨੇ ਤੇ ਮੈਨੂੰ ਆਪਣਾ ਬਾਦਸ਼ਾਹ ਬਣਾਇਆ ਤੇ ਤੂੰ ਕੀ ਚਾਹੁੰਦਾ ਕਿ ਮੈਂ ਮੈਦਾਨੇ ਜੰਗ ਦੇ ਵਿੱਚੋਂ ਗਿੱਦੜਾ ਵਾਂਗੂ ਭੱਜ ਜਾਵਾਂ ਸੋ ਕਲਗੀਧਰ ਪਾਤਸ਼ਾਹ ਨੇ ਖਾਸ ਇਹਨੂੰ ਇਹ ਗੁਣ ਦਿੱਤਾ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਰਣ ਰਤਿਓ ਭਾਜਿਓ ਨਹੀਂ ਸੂਰੋ ਥਾਰੋ ਨਾਓ ਸੂਰਮਾ ਉਹ ਹੁੰਦਾ ਹੈ ਜਿਹੜਾ ਮੈਦਾਨੇ ਜੰਗ 'ਚੋਂ ਨਹੀਂ ਭੱਜਦਾ ਵੈਸੇ ਤਾਂ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਵੇਖੀਏ ਤੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਮੰਦਰ ਬਣੇ ਨੇ ਮੰਦਰ ਦਾ ਨਾਮ ਵੀ ਰਣ ਛੋੜ ਮੰਦਰ ਹੈ ਮੈਦਾਨੇ ਜੰਗ ਚੋਂ ਭੱਜਣ ਵਾਲਿਆਂ ਦੀ ਵੀ ਪੂਜਾ ਕੀਤੀ ਜਾਂਦੀ ਹੈ ਪਰ ਕਲਗੀਧਰ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਖਾਲਸਾ ਸੀ ਉਹਦੇ ਸਾਹਮਣੇ ਜਿਹੜਾ ਆਦਰਸ਼ ਸੀ ਉਹ ਕੀ ਸੀ ਜੋ ਸੂਰਾ ਤਿਸ ਹੀ ਹੋਏ ਮਰਨਾ ਜੋ ਭੱਗੈ ਤਿਸ ਜੋਨੀ ਫਿਰਨਾ ਜਿਹੜਾ ਸੂਰਮਾ ਉਹ ਮੈਦਾਨੇ ਜੰਗ ਦੇ ਵਿੱਚ ਜਾਣ ਤੋਂ ਕਦੀ ਪਿੱਛੇ ਨਹੀਂ ਹਟੇਗਾ ਕਲਗੀਧਰ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਹੈ ਸਰਦਾਰ ਚਤਰ ਸਿੰਘ ਬਰਾੜ ਆ ਕੇ ਸੂਚਨਾ ਦਿੰਦੇ ਨੇ ਪਾਤਸ਼ਾਹ ਰਾਜਾ ਕੇਸਰੀ ਚੰਦ ਇੱਕ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਲੋਹ ਗੜ ਦਾ ਕਿਲਾ ਤੋੜਨ ਵਾਸਤੇ ਆ ਰਿਹਾ ਹੈ ਤੇ ਪਾਤਸ਼ਾਹ ਸੈਜ ਸੁਭਾਏ ਆਪਣੇ ਸਾਹਮਣੇ ਬੈਠੇ ਦੁਨੀ ਚੰਦ ਵੱਲ ਤੱਕਦੇ ਨੇ ਕਹਿੰਦੇ ਫਿਰ ਕੀ ਹੋਇਆ ਜੇ ਕੇਸਰੀ ਚੰਦ ਹਾਥੀ ਲੈ ਕੇ ਆ ਰਿਹਾ ਤੇ ਸਾਡੇ ਕੋਲ ਵੀ ਦੁਨੀ ਚੰਦ ਹੈ ਸਾਡੇ ਕੋਲ ਵੀ ਓਵੇਂ ਦਾ ਹਾਥੀ ਹੈ ਬੜਾ ਮੋਟਾ ਬੜਾ ਖਾਣ ਵਾਲਾ ਤੇ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਸੇਰੇ ਮੇਰਾ ਮੁਕਾਬਲਾ ਹਾਥੀ ਨਾਲ ਕਰਾਉਣਾ ਹੈ ਅੱਧੀ ਰਾਤ ਨੂੰ ਕੰਧ ਟੱਪ ਕੇ ਪੱਜਿਆ ਸਰਦਾਰ ਸ਼ੇਰ ਸਿੰਘ ਮਜੀਠੇ ਵਾਲਿਆਂ ਨੇ ਇਸ ਨੂੰ ਬੜਾ ਸਮਝਾਇਆ ਦੁਨੀਜੰਦ ਨਾ ਜਾ ਗੱਲ ਮੈਦਾਨੇ ਜੰਗ ਚ ਜੂਝਣ ਦੀ ਨਹੀਂ ਹੈ ਗੱਲ ਤੇ ਇਹ ਹੈ ਕਿ ਜਿਸ ਦੇ ਹੱਥ ਦੇ ਉੱਪਰ ਕਲਗੀਧਰ ਪਾਤਸ਼ਾਹ ਜਿਸ ਦੇ ਉੱਪਰ ਹੱਥ ਰੱਖ ਕੇ ਮੈਦਾਨੇ ਜੰਗ ਚ ਭੇਜੇਗਾ ਉਹ ਕਦੀ ਹਾਰ ਨਹੀਂ ਸਕਦਾ ਨਾ ਡਰ ਪਰ ਡਰ ਜਾਂਦਾ ਹੈ ਮਨੁੱਖ ਭੱਜ ਗਿਆ ਕਿਲੇ ਤੋਂ ਉੱਤਰਿਆ ਰੱਸਾ ਟੁੱਟ ਗਿਆ ਲੱਤ ਟੁੱਟ ਗਈ ਆਪਣੇ ਪਿੰਡ ਮਜੀਠੇ ਆ ਗਿਆ ਰਾਤ ਨੂੰ ਘਰ ਆ ਕੇ ਸੁੱਤਾ ਤੇ ਸੱਪ ਲੜ ਕੇ ਮੌਤ ਹੋ ਗਈ ਮੌਤ ਤਾਂ ਹੋਈ ਪਰ ਸ਼ਹੀਦ ਨਹੀਂ ਬਣ ਸਕਿਆ ਜੋ ਸੂਰਤ ਇਸ ਹੀ ਹੋਈ ਮਰਨਾ ਜੋ ਭਾਗੇ ਇਸ ਜੋਨੀ ਫਿਰਨਾ ਆਉਣ ਵਾਲੀਆਂ ਜੁਨਾ ਦੇ ਵਿੱਚ ਆਉਣ ਵਾਲੇ ਇਤਿਹਾਸ ਦੇ ਵਿੱਚ ਅਸੀਂ ਦੁਨੀ ਚੰਦ ਨੂੰ ਸ਼ਹੀਦ ਨਹੀਂ ਕਹਿ ਸਕਾਂਗੇ ਕਦੀ ਵੀ ਕਿਉਂ ਮੈਦਾਨੇ ਜੰਗ ਛੱਡ ਕੇ ਭੱਜ ਗਿਆ ਹੁਣ ਸਵੇਰ ਦਾ ਦਿਨ ਚੜਿਆ ਤੇ ਕਲਗੀਧਰ ਪਾਤਸ਼ਾਹ ਜਦੋਂ ਦਰਬਾਰ ਲਾ ਕੇ ਬੈਠੇ ਨੇ ਤਾਂ ਉਸ ਵੇਲੇ ਸ਼ੇਰ ਸਿੰਘ ਨੇ ਦੱਸਿਆ ਪਾਤਸ਼ਾਹ ਜਿਸ ਆਪਣੇ ਹਾਥੀ ਤੇ ਤੁਸੀਂ ਮਾਣ ਕਰਦੇ ਸੀ ਉਹ ਹਾਥੀ ਤਾਂ ਭੱਜ ਗਿਆ ਤੇ ਹੁਣ ਕੇਸਰੀ ਚੰਦ ਦਾ ਹਾਥੀ ਆ ਰਿਹਾ ਤੇ ਸਾਹਮਣੇ ਬੈਠਾ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਨੂੰ ਕਹਿਣਾ ਨਹੀਂ ਪਿਆ ਬਚਿੱਤਰ ਸਿੰਘ ਉਠ ਬਚਿੱਤਰ ਸਿੰਘ ਦੇ ਬਾਰੇ ਸਾਡੇ ਪੰਥ ਪ੍ਰਕਾਸ਼ ਦੇ ਸ਼ਬਦ ਨੇ ਬਚਿੱਤਰ ਸਿੰਘ ਤਬ ਰਿਧੇ ਵਿਚਾਰਿਓ ਇਹ ਔਸਰ ਅਬ ਮੇਰਾ ਬਚਿੱਤਰ ਸਿੰਘ ਸੋਚ ਰਿਹਾ ਕਿਤੇ ਕਲਗੀਧਰ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਵੇਨਾ ਕਿਤੇ ਕਲਗੀਧਰ ਪਾਤਸ਼ਾਹ ਮੈਨੂੰ ਮੈਦਾਨੇ ਜੰਗ ਦੇ ਵਿੱਚ ਭੇਜ ਦੇਵੇ ਨਾ ਗੁਰੂ ਪਾਤਸ਼ਾਹ ਕਿਤੇ ਇਹ ਸੇਵਾ ਮੇਰੇ ਕੋਲ ਲਵੇ ਨਾ ਤੇ ਫਿਰ ਹੁੱਤੋ ਮਤੰਗ ਅੰਗ ਵਿੱਚ ਵਰਸ਼ਾ ਕਰਕੇ ਉਹ ਜਿ ਘਨੇਰਾ ਫਿਰ ਮੈਂ ਦੱਸਾਂਗਾ ਕਿ ਗੁਰੂ ਦਾ ਸਿੱਖ ਹਾਥੀ ਨੂੰ ਖਤਮ ਕਰਕੇ ਕਿਵੇਂ ਆਉਂਦਾ ਗਿਆ ਭਾਈ ਉਦੇ ਸਿੰਘ ਗਏ ਭਾਈ ਖੁਸ਼ਹਾਲ ਸਿੰਘ ਗਏ ਭਾਈ ਬਜਿੱਤਰ ਸਿੰਘ ਗਏ ਉਤੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਬਚਿੱਤਰ ਸਿੰਘ ਨੇ ਗੁਰੂ ਦੇ ਨਾਗਨੀ ਬਖਸ਼ੇ ਦੇ ਨਾਲ ਵਰਸ਼ੇ ਹੋਏ ਦੇ ਨਾਲ ਉਸ ਹਾਥੀ ਨੂੰ ਪਿੱਛੇ ਪੁਚਾ ਦਿੱਤਾ ਤੇ ਇਸ ਮੈਦਾਨੇ ਜੰਗ ਦੇ ਵਿੱਚ ਇੱਕ ਸਿੱਖ ਸ਼ਹੀਦ ਹੋਇਆ ਭਾਈ ਖੁਸ਼ਾਲ ਸਿੰਘ ਇਹ ਖੁਸ਼ਾਲ ਸਿੰਘ ਬਾਬਾ ਮੱਖਣਸ਼ਾ ਲੁਬਾਣਾ ਦਾ ਬੇਟਾ ਸੀ 1 ਸਤੰਬਰ 1700 ਨੂੰ ਇਹ ਜੰਗ ਹੋਈ ਤੇ ਸਰਦਾਰ ਖੁਸ਼ਾਲ ਸਿੰਘ ਦੀ ਸ਼ਹਾਦਤ ਹੋਈ ਮੱਖਣਸ਼ਾ ਲੁਬਾਣਾ ਦਾ ਬੇਟਾ ਸੀ ਸੋ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਨਾਮ ਤਾਂ ਅੱਜ ਵੀ ਸੰਸਾਰ ਦੇ ਵਿੱਚ ਹੈ ਪਰ ਜੋ ਸੂਰਾ ਤਿਸ ਹੀ ਹੋਏ ਮਰਨਾ ਜਿਹੜੇ ਸੂਰਮੇ ਸੀ ਉਹ ਤਾਂ ਸ਼ਹਾਦਤ ਦੀ ਅਵਸਥਾ ਦੇ ਵਿੱਚ ਪਹੁੰਚ ਗਏ ਤੇ ਜੋ ਭਾਗੇ ਤਿਸ ਜੋਨੀ ਫਿਰਦਾ ਜਿਹੜੇ ਮੈਦਾਨੇ ਜੰਗ ਦੇ ਵਿੱਚੋਂ ਭੱਜ ਗਏ ਅੱਜ ਤੱਕ ਉਹ ਮਰ ਵੀ ਗਏ ਨੇ ਪਰ ਸ਼ਹਾਦਤ ਦਾ ਰੁਤਬਾ ਨਹੀਂ ਲੈ ਸਕੇ ਇਹ ਗੱਲ ਵੱਖਰੀ ਹੈ ਸ਼ਹੀਦ ਸ਼ਬਦ ਅਰਬੀ ਭਾਸ਼ਾ ਦੇ ਵਿੱਚੋਂ ਆਇਆ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਕਲਮਾ ਸ਼ਹਾਦਤ ਤਾਂ ਹੈ ਸ਼ਹੀਦ ਸ਼ਬਦ ਨਹੀਂ ਹੈ ਹਦੀਸ ਦੇ ਵਿੱਚ ਸ਼ਹੀਦ ਸ਼ਬਦ ਹੈ ਔਰ ਸ਼ਹੀਦ ਸ਼ਬਦ ਦਾ ਪੈਰਾਮੀਟਰ ਇਸਲਾਮ 'ਚ ਬਹੁਤ ਛੋਟਾ ਹੈ ਇਸ ਗੱਲ ਨੂੰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਸ਼ਹੀਦ ਸ਼ਬਦ ਨੂੰ ਜਨਮ ਇਸਲਾਮ ਨੇ ਦਿੱਤਾ ਹੈ ਪਰ ਭਾਸ਼ਾ ਸਿੱਖਾਂ ਨੇ ਦਿੱਤੀ ਹੈ ਸ਼ਹੀਦ ਸ਼ਬਦ ਨੂੰ ਪੈਦਾ ਇਸਲਾਮ ਨੇ ਕੀਤਾ ਪਰ ਸ਼ਹੀਦ ਸ਼ਬਦ ਨੂੰ ਡਿਫਾਈਨ ਸਿੱਖਾਂ ਨੇ ਕੀਤਾ ਕਿਸ ਤਰ੍ਹਾਂ ਜੰਗੇ ਉਹਦ ਦੇ ਵਿੱਚ ਇਸਲਾਮ ਧਰਮ ਦੇ ਬਾਨੀ حضرت ਮੁਹੰਮਦ ਸਾਹਿਬ ਘੋੜੇ ਤੇ ਚੜ ਕੇ ਲੜ ਰਹੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਇੱਕ ਜਰਨੈਲ ਸੀ ਉਮੈਦ ਬਿਨ ਕਮਈਆ ਉਮੈਦ ਬਿਨ ਕਮਈਆ ਨੇ ਵਾਰ ਕੀਤਾ ਮੁਹੰਮਦ ਸਾਹਿਬ ਦੇ ਚਿਹਰੇ ਤੇ ਵਾਰ ਲੱਗਾ ਮੁਹੰਮਦ ਸਾਹਿਬ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਸੱਲੱਲਾਹੁ ਅਲੈਹਿ ਵ ਅਲੈਹਿ ਹਜ਼ਰਤ ਮੁਹੰਮਦ ਸਾਹਿਬ ਇਸਲਾਮ ਧਰਮ ਦੇ ਬਾਨੀ ਜ਼ਮੀਨ ਤੇ ਡਿੱਗ ਪਏ ਉਹਨਾਂ ਸਮਿਆਂ ਦੇ ਵਿੱਚ ਕੁਝ ਲੋਕ ਜਿਹੜੇ ਮੌਤ ਤੋਂ ਡਰਿਆ ਕਰਦੇ ਸੀ ਨਾ ਉਹ ਮੈਦਾਨੇ ਜੰਗ 'ਚ ਮੌਤ ਦਾ ਨਾਟਕ ਕਰ ਲੈਂਦੇ ਸੀ ਕਈ ਵਾਰੀ ਚੁੱਪ ਕਰਕੇ ਸਾਰ ਰੋਕ ਕੇ ਲੰਮੇ ਪੈ ਜਾਣਾ ਕਿ ਦੁਸ਼ਮਣ ਸਾਨੂੰ ਮਰਿਆ ਨੂੰ ਸਮਝ ਕੇ ਛੱਡ ਦੇਵੇ ਮੁਹੰਮਦ ਸਾਹਿਬ ਨੇ ਵੀ ਅੰਜੀ ਕੀਤਾ ਵਾਰ ਹੋਇਆ ਜ਼ਮੀਨ ਤੇ ਡਿੱਗੇ ਤੇ ਸਾਰ ਰੋਕ ਕੇ ਲੇਟ ਗਏ ਦੁਸ਼ਮਣ ਵੀ ਬੜਾ ਚਲਾਕ ਹੁੰਦਾ ਸੀ ਦੁਸ਼ਮਣ ਜਿਹੜਾ ਦੁਸ਼ਮਣ ਮੈਦਾਨੇ ਜੰਗ ਦੇ ਵਿੱਚ ਇਸ ਤਰ੍ਹਾਂ ਦਾ ਨਾਟਕ ਕਰਦਾ ਸੀ ਨਾ ਉਹਦੇ ਪੱਥਰ ਦੇ ਨਾਲ ਦੰਦ ਤੋੜ ਕੇ ਵੇਖਦਾ ਸੀ ਕਿ ਜੇ ਇਹ ਜੀਉਂਦਾ ਹੋਇਆ ਜ਼ਰੂਰ ਹਿੱਲੇਗਾ ਉਹ ਮੈਤ ਬਿਨ ਕਮਈਆ ਨੇ ਮੁਹੰਮਦ ਸਾਹਿਬ ਦਾ ਦੰਦ ਤੋੜਿਆ ਇਹ ਜੰਗੇ ਉਹ ਅੱਧ ਦੀ ਗੱਲ ਹੈ ਮੁਹੰਮਦ ਸਾਹਿਬ ਹਿੱਲੇ ਨਹੀਂ ਕਿਉਂਕਿ ਜੇ ਹਿੱਲਦੇ ਤੇ ਫਿਰ ਮੌਤ ਇਸੇ ਕਰਕੇ ਵਾਰਿਸ ਨੂੰ ਹੀਰ ਚ ਲਿਖਣਾ ਪਿਆ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟਦੀ ਹੈ ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ ਤਕਦੀਰ ਨਾ ਕਿਸੇ ਤੋਂ ਹਟਦੀ ਹੈ ਉਹ ਟੁੱਟੇ ਦੰਦ ਨੂੰ ਵੀ ਕਹਿੰਦੇ ਸ਼ਹੀਦ ਹੋਇਆ ਪਰ ਸ਼ਹੀਦ ਸ਼ਬਦ ਨੂੰ ਜਨਮ ਦਿੱਤਾ ਸਿੱਖਾਂ ਨੇ ਕਲਗੀਧਰ ਪਾਤਸ਼ਾਹ ਦੇ ਸੁਖਾਲਸੇ ਨੇ ਕਲਗੀਧਰ ਪਾਤਸ਼ਾਹ ਦੇ ਸੂਰਮਿਆਂ ਨੇ ਜਿਹੜਾ ਸ਼ਹਾਦਤ ਨੂੰ ਜਨਮ ਦਿੱਤਾ ਉਹ ਐਵੇਂ ਦਾ ਹੈ ਜਿਹਨੂੰ ਅਸੀਂ ਕਿੰਨੇ ਰਣ ਦੇਖ ਸੂਰੇ ਚਿੱਤ ਉਲਾਸ ਸ਼ਹਾਦਤ ਦੇ ਵਾਸਤੇ ਭੱਜ ਆਉਣਾ ਸ਼ਹਾਦਤ ਦੇ ਵਾਸਤੇ ਆਪਣਾ ਆਪਾ ਕੁਰਬਾਨ ਕਰ ਦੇਣਾ ਉਹ ਸ਼ੂਰਮਤਾਈ ਜਿਹਨੂੰ ਅਸੀਂ ਕਹਿੰਨੇ ਆਂ ਕਿ ਰਣ ਰਤਿਓ ਭਾਜਿਓ ਨਹੀਂ ਸੂਰੋ ਥਾਰੋ ਨਾਓ ਇਹ ਜਿਹੜੀ ਸ਼ਹਾਦਤ ਦੀ ਗੁੜਤੀ ਹੈ ਇਹ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦਿੱਤੀ ਹੈ ਔਰ ਹੈਰਾਨ ਹੋਵਗੇ ਤੁਸੀਂ ਮਲਤਾਨ ਦਾ ਕਿਲਾ ਮਲਤਾਨ ਦੇ ਕਿਲੇ ਦੇ ਉੱਪਰ ਉਸ ਕਿਲੇ ਨੂੰ ਫਤਿਹ ਕਰਨ ਦੇ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਚਾਰ ਵਾਰੀ ਹਮਲਾ ਕੀਤਾ ਹੈ ਤਿੰਨਵਰੀ ਹਮਲੇ ਦੇ ਵਿੱਚ ਉਸ ਨੂੰ ਮੈਦਾਨੇ ਜੰਗ 'ਚ ਲੜਨਾ ਨਹੀਂ ਪਿਆ ਕਿਉਂਕਿ ਉੱਥੋਂ ਦੇ ਬਾਦਸ਼ਾਹ ਮੁਜ਼ਫਰ ਖਾਨ ਨੇ ਅਧੀਨਗੀ ਸਵੀਕਾਰ ਕਰ ਲਈ ਪਰ ਚੌਥੀ ਵਰੀ ਉਸ ਨੇ ਕਿਲੇ ਦੀ ਕਿਲੇਬੰਦੀ ਕਰ ਲਈ ਬੜਾ ਚੜਘੇੜਾ ਪਿਆ ਰਿਆ ਇਸ ਘੇਰੇ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜ਼ਖਮੀ ਹੋਏ ਇਸ ਘੇਰੇ ਦੇ ਵਿੱਚ ਨਿਧਾਨ ਸਿੰਘ ਜ਼ਖਮੀ ਹੋਏ ਇਸ ਘੇਰੇ ਦੇ ਵਿੱਚ ਸਰਦਾਰ ਨਿਹਾਲ ਸਿੰਘ ਪੰਜ ਹੱਥਾ ਜ਼ਖਮੀ ਹੋਏ ਸਰਦਾਰ ਨਿਹਾਲ ਸਿੰਘ 8 ਟਾਰੀ ਜ਼ਖਮੀ ਹੋਏ ਬੜੇ ਸਿੰਘ ਜ਼ਖਮੀ ਹੋਏ ਕਿਉਂਕਿ ਕਿਲਾ ਬੜੀ ਉੱਚੀ ਜਗ੍ਹਾ ਤੇ ਸੀ ਔਰ ਉਸ ਕਿਲੇ ਦੇ ਉੱਪਰ 32 ਤੋਪਾਂ ਫਿਟ ਕੀਤੀਆਂ ਹੋਈਆਂ ਸੀ 32 ਤੋਪਾਂ ਉੱਚੀ ਜਗ੍ਹਾ ਤੋਂ 32 ਟੋਪਾਂ ਜਿੱਥੋਂ ਇੱਕ ਪੱਥਰ ਸੁੱਟਣ ਦੇ ਨਾਲ ਵੀ ਕੋਈ ਮਰ ਸਕਦਾ ਹੈ ਉੱਥੋਂ ਤੋਪਾਂ ਦੇ ਗੋਲੇ ਵਰਸਾਏ ਜਾ ਰਹੇ ਸੀ ਤਿੰਨ ਮਹੀਨੇ ਲੰਘੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪ ਜਾ ਰਿਹਾ ਮੈਂ ਇੱਕ ਇੱਥੇ ਹੋਰ ਬੇਨਤੀ ਕਰ ਦੇਵਾਂ ਕਲਗੀ ਤਰਪਾਸ਼ ਨੇ ਜਿਹੜੀ ਸਿੱਖ ਨੂੰ ਜ਼ਰੂਰਤ ਤੋਂ ਜ਼ਮਾਲ ਬਖਸ਼ਿਆ ਉਹ ਕਿਵੇਂ ਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਲਤਾਨ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਮਲਤਾਨ ਨੂੰ ਫਤਿਹ ਕਰਨ ਜਾਂਦੇ ਆ ਰਸਤੇ 'ਚ ਰੁਕਿਆ ਹਨੇਰਾ ਹੋ ਗਿਆ 50 ਕ ਅੰਗ ਰਖਿਖ ਉਸਦੇ ਬਾਡੀਗਾਰਡ ਨਾਲ ਸੀ ਦੂਰ ਵੇਖਦਾ ਇੱਕ ਕਮਰੇ ਦੇ ਵਿੱਚੋਂ ਬੱਤੀ ਜਗਣ ਦੀ ਥੋੜੀ ਜੀ ਰੋਸ਼ਨੀ ਨਜ਼ਰ ਆ ਰਹੀ ਹੈ ਪੈਦਲ ਤੁਰਦਾ ਤੁਰਦਾ ਉੱਥੇ ਗਿਆ ਜਾ ਕੇ ਦਰਵਾਜ਼ਾ ਖੋਲਦਾ ਹੈ ਤੇ ਕੀ ਵੇਖਦਾ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਪੀੜੇ ਦੇ ਉੱਪਰ ਤੇ ਇੱਕ ਸਿੱਖ ਬੈਠਾ ਹੈ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਉਸ ਨੂੰ ਪੁੱਛਦਾ ਤੂੰ ਕੌਣ ਹੈ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਸਥਾਨ ਹੈ ਤੇ ਮੈਂ ਇੱਥੇ ਸੇਵਾ ਕਰਦਾ ਹਾਂ ਸ਼੍ਰੀ ਪੰਜਾਬ ਨੇ ਮੱਥਾ ਟੇਕਿਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਸ ਗਰੰਥੀ ਸਿੰਘ ਨੂੰ ਕਹਿੰਦਾ ਕਿ ਮੈਂ ਰਣਜੀਤ ਸਿੰਘ ਹਾਂ ਮੈਂ ਪੰਜਾਬ ਦਾ ਬਾਦਸ਼ਾਹ ਹਾਂ ਮੈਂ ਮੁਲਤਾਨ ਨੂੰ ਫਤਿਹ ਕਰਨ ਵਾਸਤੇ ਜਾ ਰਿਹਾ ਹਾਂ ਗੁਰੂ ਦੇ ਅੱਗੇ ਅਰਦਾਸ ਕਰ ਮੇਰੀ ਝੋਲੀ 'ਚ ਜਿੱਤ ਪੈ ਜਾਵੇ بڑے ਸਿੱਖ ਜ਼ਖਮੀ ਹੋਏ ਨੇ 300 ਤੋਂ ਵੱਧ ਸ਼ਹੀਦ ਹੋ ਗਏ ਨੇ ਗੁਰੂ ਦੇ ਅੱਗੇ ਅਰਦਾਸ ਕਰ ਮੇਰੀ ਝੋਲੀ 'ਚ ਜਿੱਤ ਪੈ ਜਾਵੇ ਤੇ ਗਰੰਥੀ ਸਿੰਘ ਨੇ ਅਰਦਾਸ ਪਤਾ ਕੀ ਕੀਤੀ ਮੈਂ ਹੈਰਾਨ ਰਹਿ ਜਾਂਦਾ ਅੱਜ ਕਿਤੇ ਗੁਰਦੁਆਰੇ ਦੇ ਵਿੱਚ ਕੋਈ ਲੀਡਰ ਆ ਜਾਵੇ ਤੇ ਅਸੀਂ ਸਾਰੇ ਉੱਠ ਕੇ ਖੜੇ ਹੋ ਜਾਂਦੇ ਹਾਂ ਅੱਜ ਕਿਤੇ ਗੁਰਦੁਆਰੇ ਦੇ ਵਿੱਚ ਕੋਈ ਰਾਜਨੀਤਿਕ ਲੀਡਰ ਆ ਜਾਵੇ ਤੇ ਗਰੰਥੀ ਸਿੰਘ ਗੁਰੂ ਨੂੰ ਛੱਡ ਕੇ ਉਹਨੂੰ ਤਰੋਪਾ ਦੇਣ ਤੁਰ ਪੈਂਦੇ ਨੇ ਤੇ ਸੱਚ ਜਾਣਿਓ ਉਹਨਾਂ ਸਮਿਆਂ ਦੇ ਵਿੱਚ ਗਰੰਥੀ ਸਿੰਘ ਨੇ ਜਿਹੜੀ ਅਰਦਾਸ ਕੀਤੀ ਉਹਦੇ ਸ਼ਬਦ ਕੀ ਨੇ ਗਰੰਥੀ ਸਿੰਘ ਗੁਰੂ ਦੇ ਸਾਹਮਣੇ ਖੜਾ ਹੋਇਆ ਕਹਿੰਦਾ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਾਬ ਦਾ ਬਾਦਸ਼ਾਹੀ ਰਣਜੀਤ ਸਿੰਘ ਗਰੰਥੀ ਸਿੰਘ ਜੀ ਅਰਦਾਸ ਦੇ ਸ਼ਬਦ ਸੁਣਿਓ ਐ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਤੇਰੇ ਦਰ ਦਾ ਕੁੱਕਰ ਰਣਜੀਤ ਸਿੰਘ ਆਪਣੀ ਝੋਲੀ ਦੇ ਵਿੱਚ ਜਿੱਤ ਪਾਉਣ ਦੇ ਵਾਸਤੇ ਤੇਰੇ ਅੱਗੇ ਅਰਦਾਸ ਕਰਨ ਆਇਆ ਪਾਤਸ਼ਾਹ ਇਸ ਕੁੱਕਰ ਦੀ ਝੋਲੀ 'ਚ ਜਿੱਤ ਪਾ ਦੇ ਗਰੰਤੀ ਸਿੰਘ ਦੀ ਜੁਰਤ ਵੇਖੋ ਸ਼ੇਰੇ ਪੰਜਾਬ ਰਣਜੀਤ ਸਿੰਘ ਨੂੰ ਗੁਰੂ ਦੇ ਸਾਹਮਣੇ ਕਹਿ ਰਿਹਾ ਗੁਰੂ ਘਰ ਦਾ ਕੁੱਕਰ ਮੈਂ ਅਗਲੀ ਗੱਲ ਨਾਲ ਸਾਂਝੀ ਕਰ ਦੇਵਾਂ ਕਿਲਾ ਜਿੱਤਿਆ ਗਿਆ ਤੇ ਜਦੋਂ ਬੰਦਾ ਜੇਤੂ ਹੋ ਜਾਂਦਾ ਨਾ ਜਿੱਤ ਦਾ ਨਸ਼ਾ ਬੜਾ ਮਾੜਾ ਹੁੰਦਾ ਜਿੱਤ ਦਾ ਵੀ ਇੱਕ ਨਸ਼ਾ ਹੈ ਬਹੁਤ ਮਾੜਾ ਹੁੰਦਾ ਕਨਕ ਕਨਕ ਤੇ ਸੌਗੁਣੀ ਮਾਦਿਕਤਾ ਅਧਿਕਾਏ ਉਹ ਖਾਏ ਬੋਰਾਤ ਹੈ ਉਹ ਪਾਏ ਬਰਾਏ ਜਿਤਦਾ ਨਸ਼ਾ ਬਹੁਤ ਭੜਾ ਹੁੰਦਾ ਬਹੁਤ ਵੱਡਾ ਹੰਕਾਰ ਹੁੰਦਾ ਜਦੋਂ ਕਿਲਾ ਫਤਿਹ ਹੋਇਆ ਤੇ ਸ਼ੇਰੇ ਪੰਜਾਬ ਫਿਰ ਉੱਥੇ ਵਾਪਸ ਆ ਰਿਹਾ ਹੈ ਉਸੇ ਗੁਰਦਾਰੇ ਰੁਕਿਆ ਪਹਿਲਾਂ ਤਾਂ ਹਾਰ ਦੇ ਰੂਪ ਚ ਜਾ ਰਿਹਾ ਸੀ ਹੁਣ ਜੇਤੂ ਦੇ ਰੂਪ ਚ ਗਿਆ ਜਾ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਉਹੀ ਗਰੰਥੀ ਸਿੰਘ ਅੱਗੇ ਹੈ ਤੇ ਉਹਨੂੰ ਕਹਿੰਦਾ ਗਰੰਥੀ ਸਿੰਘ ਸ਼ੇਰੇ ਪੰਜਾਬ ਰਣਜੀਤ ਸਿੰਘ ਜਿੱਤ ਕੇ ਆਇਆ ਹੈ ਅੱਜ ਮੈਂ ਮਲਤਾਨ ਦੇ ਕਿਲੇ ਨੂੰ ਫਤਿਹ ਕਰਕੇ ਆਇਆ ਅੱਜ ਮੈਂ ਜਿੱਤ ਕੇ ਆਇਆ 10 ਤੇਰੇ ਗੁਰਦਾਰੇ ਨੂੰ ਕਿੰਨੀ ਜ਼ਗੀਰ ਚਾਹੀਦੀ ਹੈ ਮੈਂ ਤੇਰੀ ਝੋਲੀ 'ਚ ਜ਼ਗੀਰ ਪਾ ਦੇਵਾਂ ਤੇ ਗਰੰਤੀ ਸਿੰਘ ਕਹਿੰਦਾ ਓ ਸ਼ੇਰੇ ਪੰਜਾਬ ਜ਼ਬਾਨ ਸੰਭਾਲ ਕੇ ਗੱਲ ਕਰ ਅਜੇ ਕੱਲ ਦੀ ਗੱਲ ਹੈ ਤੂੰ ਮੰਗਦਾ ਸੀ ਅਜ ਰਾਜਾ ਕਦੋਂ ਦਾ ਬਣ ਕੇ ਆ ਗਿਆ ਇਹ ਸਿੱਖ ਦੀ ਜ਼ਰਤ ਹੈ ਇਹ ਗੁਰੂ ਘਰ ਦੇ ਗਰੰਤੀ ਦੀ ਡਿਊਟੀ ਹੈ ਇਹ ਗੁਰੂ ਘਰ ਦੇ ਗਰੰਤੀ ਦਾ ਫਰਜ਼ ਹੈ ਖੈਰ ਅਸੀਂ ਮਲਤਾਨ ਦੀ ਫਤਿਹ ਤੇ ਗੱਲ ਕਰੀਏ ਕਿ ਰਣ ਰਤਿਓ ਭਾਜਿਓ ਨਹੀਂ ਸੂਰੋ ਥਾਰੋ ਨਾ ਉਹ ਸੂਰਮੇ ਕਿਵੇਂ ਦੇ ਹੁੰਦੇ ਨੇ ਮੁਲਤਾਨ ਦੇ ਕਿਲੇ ਨੂੰ ਘੇਰੇ ਪਿਆ ਲਗਾਤਾਰ 4 ਮਹੀਨੇ ਬੀਤ ਗਏ ਜਿੱਤ ਨਾ ਪ੍ਰਾਪਤ ਹੋ ਗਈ ਸਿੱਖਾਂ ਨੂੰ ਸ੍ਰੀ ਪੰਜਾਬ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਨ ਵਾਸਤੇ ਆਇਆ ਜਦੋਂ ਅਰਦਾਸ ਕਰਕੇ ਨਿਕਲ ਰਿਹਾ ਸੀ ਨਾ ਤੇ ਉਹਨੂੰ ਰਸਤੇ ਦੇ ਵਿੱਚ ਅਕਾਲੀ ਫੂਲਾ ਸਿੰਘ ਦੀ ਮਿਸਲ ਦੇ ਮੀਤ ਜਥੇਦਾਰ ਸਰਦਾਰ ਸਾਧੂ ਸਿੰਘ ਮਿਲੇ ਤੇ ਬੜੇ ਪਿਆਰ ਦੇ ਨਾਲ ਪੁੱਛਦੇ ਨੇ ਰਣਜੀਤ ਸਿੰਘ ਕੀ ਗੱਲ ਚਿਹਰੇ ਤੇ ਪਰੇਸ਼ਾਨੀ ਨਜ਼ਰ ਲੱਗ ਰਹੀ ਹੈ ਕਹਿੰਦਾ ਹਾਂ ਜਥੇਦਾਰ ਜੀ ਬਹੁਤ ਸਮਾਂ ਹੋ ਗਿਆ ਹੈ ਮੁਲਤਾਨ ਦੇ ਕਿਲੇ ਨੂੰ ਘੇਰੇ ਪਿਆ ਪਰ ਅਜੇ ਤੱਕ ਕਿਲਾ ਫਤੇ ਨਹੀਂ ਹੋ ਸਕਿਆ ਤੇ ਕਹਿੰਦੇ ਉੱਥੇ ਤੂਪ ਕਿਹੜੀ ਹੈ ਕਹਿੰਦਾ ਜੰਗੇ ਬਿਜਲੀ ਇਹ ਤੂਪ ਦਾ ਨਾਮ ਸੀ ਕਹਿੰਦੇ ਪੰਗੀਆਂ ਵਾਲੀ ਤੂਪ ਕਿੱਥੇ ਹੈ ਸਵਾਲ ਕਰਦੇ ਨੇ ਸਰਦਾਰ ਸਾਧੂ ਸਿੰਘ ਰਣਜੀਤ ਸਿੰਘ ਨੂੰ ਕਹਿੰਦੇ ਪੰਗੀਆਂ ਵਾਲੀ ਤੂਪ ਕਿੱਥੇ ਹੈ ਮੈਂ ਥੋੜਾ ਜਿਹਾ ਇਸ ਤੂਪ ਦਾ ਥੋੜਾ ਜਿਹਾ ਤਪਸ਼ੋਕਰ ਤੁਹਾਡੇ ਨਾਲ ਸਾਂਝਾ ਕਰ ਦੇਵਾਂ ਇਹ ਜਿਹੜੀ ਤੂਪ ਹੈ 1760 ਦੇ ਵਿੱਚ ਬਣਾਈ ਗਈ ਸੀ ਅਹਿਮਦ ਸ਼ਾਹ ਅਬਦਾਲੀ ਨੇ ਇਹ ਤੂਪ ਤਿਆਰ ਕਰਵਾਈ ਸੀ ਲਾਹੌਰ ਦੇ ਕਾਰੀਗਰ ਸ਼ਾ ਨਜ਼ੀਰ ਦੇ ਕੋਲ ਔਰ ਇਹ ਉਸ ਵੇਲੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਸੀ ਜਿਹਦੇ ਵਿੱਚ 20 ਕਿਲੋ ਬਰੂਦ ਪੈਂਦਾ ਸੀ ਇਹ ਉਹ ਤੋਪ ਜਿਸ ਮਿਸਤਰੀ ਨੇ ਜਿਸ ਕਾਰੀਗਰ ਨੇ ਇਹ ਤੋਪ ਤਿਆਰ ਕੀਤੀ ਸੀ ਉਸ ਨੇ ਇਸ ਤੋਪ ਦਾ ਨਾਮ ਰੱਖਿਆ ਸੀ ਪੀਕਰੇ ਅਜ਼ਦਹ ਆਤਸ਼ਬਾਰ ਫਾਰਸੀ ਦੇ ਵਿੱਚ ਪੀਕਰੇ ਕਹਿੰਦੇ ਨੇ ਤੋਪ ਨੂੰ ਅਸਧਾ ਕਹਿੰਦੇ ਨੇ ਬਹੁਤ ਵੱਡਾ ਸੱਪ ਆਤਿਸ਼ਬਾਰ ਕਹਿੰਦੇ ਨੇ ਮੂੰਹ ਚੋਂ ਅੱਗ ਸੁੱਟਣ ਵਾਲਾ ਜਿਸ ਨੂੰ ਅਸੀਂ ਫਾਇਰ ਡ੍ਰੈਗਨ ਕਹਿ ਦਿੰਨੇ ਆ ਅੱਜ ਦੀ ਅੱਜ ਦੀ ਬੋਲੀ ਚ ਕਹਿਣਾ ਹੋਵੇ ਨਾ ਤੇ ਐਵੇਂ ਦੀਆਂ ਗੱਨਾਂ ਨੂੰ ਡ੍ਰੈਗਨ ਆਫ ਕਿਹਾ ਜਾਂਦਾ ਜਾਂ ਡ੍ਰੈਗਨ ਗੰਸ ਕਿਹਾ ਜਾਂਦਾ ਜਿਹੜੀਆਂ ਮੂੰਹ ਚੋਂ ਅੱਗ ਸੁੱਟਦੀਆਂ ਨੇ ਪੀਕਰੇ ਅਸਧਾ ਆਤਿਸ਼ਬਾਰ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਉਹ ਤੋਪ ਲਿਆਂਦੀ ਗਈ ਨਾ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਤੋਪ ਚਲਾ ਕੇ ਵੇਖੀ ਕਹਿੰਦਾ ਇਹਦਾ ਨਾਮ ਕੀ ਹੈ ਕਹਿੰਦਾ ਅਸਧਾ ਆਤਿਸ਼ਬਾਰ ਕਹਿੰਦਾ ਤੋਪ ਦਾ ਨਾਮ ਬਦਲ ਦਿਓ ਮੈਂ ਇਸ ਤੋਪ ਦਾ ਨਾਮ ਜ਼ਮ ਕਿਸ ਕਰਕੇ ਕਹਿੰਦਾ ਮੈਂ ਕੇਵਲ ਸਿੱਖਾਂ ਦਾ ਵਿਨਾਸ਼ ਨਹੀਂ ਕਰਨਾ ਮੈਂ ਇਸਲਾਮ ਦਾ ਪ੍ਰਕਾਸ਼ ਵੀ ਕਰਨਾ ਹੈ ਮੈਂ ਇਸ ਨਾਮ ਤੂਬ ਦਾ ਨਾਮ ਉਸ ਚਸ਼ਮੇ ਦੇ ਨਾਮ ਦੇ ਉੱਪਰ ਰੱਖਣਾ ਚਾਹੁੰਦਾ ਹੈ ਜਿਹੜਾ ਹਜ਼ਰਤ ਈਸਾ ਇਸਮਾਇਲ ਦੀ ਯਾਦ ਦੇ ਵਿੱਚ ਹੈ ਮਦੀਨੇ ਦੇ ਕੋਲ ਇੱਕ ਚਸ਼ਮਾ ਜਿਸ ਨੂੰ ਜ਼ਮਜ਼ਮਾ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਹਿੰਦੂ ਵੀਰ ਆਪਣੇ ਘਰ ਦੇ ਵਿੱਚ ਗੰਗਾ ਦਾ ਪਾਣੀ ਰੱਖਣਾ ਪਵਿੱਤਰ ਸਮਝਦੇ ਨੇ ਇਸੇ ਤਰ੍ਹਾਂ ਮੁਸਲਮਾਨ ਵੀਰ ਜਦੋਂ ਹਜਰ ਕਰਨ ਜਾਂਦੇ ਨੇ ਉਹ ਜ਼ਮਜ਼ਮਾ ਚਸ਼ਮੇ ਦਾ ਪਾਣੀ ਲੈ ਕੇ ਆਉਂਦੇ ਨੇ حضرت اسماعیل حضرت ابراہیم ਦੇ بیٹے ਸੀ ਜਿਨ੍ਹਾਂ ਦੀ ਯਾਦ ਦੇ ਵਿੱਚ ਉਹ ਚਸ਼ਮਾ ਫੁੱਟਿਆ ਗਿਣਿਆ ਜਾਂਦਾ ਹੈ ਉਸ ਤੋਬ ਦਾ ਨਾਮ ਰੱਖਿਆ ਗਿਆ ਜਮਜਮਾ ਜਿਹੜੀ ਤੋਬ ਦੀ ਅਬਜਦ ਹੈ ਅਬਜਦ ਮੈਨੂੰ ਤੋ ਸੋਣਾ ਦੱਸਣਾ ਜ਼ਰੂਰ ਪਵੇਗਾ ਅਬਜਦ ਜਦੋਂ ਅਸੀਂ ਅਰੇਬੀਅਨ ਲੈਂਗੁਏਜ ਨੂੰ ਡਿਜੀਟਲ ਦੇ ਵਿੱਚ ਕਨਵਰਟ ਕਰਦੇ ਹਨ ਕਿਉਂਕਿ ਸਾਡੇ ਚੋਂ ਭਾਸ਼ਾਈ ਗਿਆਨ ਖਤਮ ਹੁੰਦਾ ਜਾ ਰਿਹਾ ਔਰ ਸੱਚ ਜਾਣਿਓ ਅਸੀਂ ਸਿੱਖ ਜਿੰਨਾ ਭਾਸ਼ਾ ਦਾ ਆਪਣੀ ਮਾਂ ਬੋਲੀ ਦਾ ਵਿਨਾਸ਼ ਅੱਜ ਸਿੱਖ ਕਰ ਰਿਹਾ ਜੇ ਦੁਨੀਆ ਦੀ ਕੋਈ ਕੌਮ ਨਹੀਂ ਚ ਕਰ ਰਹੀ ਕਾਮਿਲ ਨੂੰ ਆਪਣੀ ਭਾਸ਼ਾ ਬੁਲਟ ਚ ਮਾਣ ਹੈ ਕੰਨੜ ਨੂੰ ਆਪਣੀ ਭਾਸ਼ਾ ਬੁਲਟ ਚ ਮਾਣ ਹੈ ਅਸਾਮੀ ਅਸਾਮੀ ਭਾਸ਼ਾ ਬੋਲਦਾ ਹੈ ਗੁਆਹ ਵਾਲੇ ਆਪਣੀ ਬੋਲਦੇ ਨੇ ਇੱਕ ਸਿੱਖ ਹੈ ਜਿਹੜਾ ਆਪਣੀ ਮਾਂ ਬੋਲੀ ਨੂੰ ਨਫ਼ਰਤ ਕਰਦਾ ਹੈ ਇੱਕ ਕੇਵਲ ਸਿੱਖ ਪਿੱਛੇ ਜਿਹਦੀ ਗੱਲ ਹੈ ਮੈਨੂੰ ਹਾਂਗਕਾਂਗ ਜਾਣਾ ਪਿਆ ਉੱਥੇ ਬਹੁਤ ਧਰਮਾਂ ਦੇ ਵਿਦਵਾਨ ਆਏ ਸੀ ਜਿਹੜੇ ਲੈਂਗੁਏਜ ਦੇ ਮਹਰ ਸੀ ਤੇ ਮੈਨੂੰ ਚੀਨ ਦੀ ਇੱਕ ਭਾਸ਼ਾ ਵਿਗਿਆਨੀ ਪੁੱਛਦੀ ਹੈ ਬੜਾ ਪਿਆਰਾ ਸਵਾਲ ਸੀ ਉਸ ਦਾ ਕਹਿੰਦੀ ਚੀਨ ਦੀ ਭਾਸ਼ਾ ਬਹੁਤ ਔਖੀ ਹੈ ਬੜੀ ਟਫ ਲੈਂਗੁਏਜ ਹੈ ਕਿਉਂਕਿ ਸਭ ਤੋਂ ਜ਼ਿਆਦਾ ਸ਼ਬਦ ਨੇ ਔਰ ਸਾਰੇ ਸਿੰਬੋਲਿਕ ਨੇ ਕਹਿੰਦੀ ਬੜੀ ਔਖੀ ਭਾਸ਼ਾ ਹੈ ਕਹਿੰਦੀ ਯੂਰੋਪੀਅਨ ਆਉਂਦੇ ਨੇ ਇੰਗਲੈਂਡ ਵਾਲੇ ਆਉਂਦੇ ਨੇ ਅਮਰੀਕੀ ਆਉਂਦੇ ਨੇ ਅਰਬੀ ਆਉਂਦੇ ਨੇ ਅਫਰੀਕੀ ਆਉਂਦੇ ਨੇ ਇੰਨੇ ਪੜ੍ਹੇ ਲਿਖੇ ਇੰਜੀਨੀਅਰ ਇੱਥੇ ਆਉਂਦੇ ਨੇ ਪਰ ਕਹਿੰਦੀ ਉਹ ਚੀਨੀ ਭਾਸ਼ਾ ਤਿੰਨ ਤਿੰਨ ਚਾਰ ਚਾਰ ਸਾਲ ਸਿੱਖਦੇ ਨੇ ਉਹਨਾਂ ਕੋ ਇੰਨੀ ਸੋਹਣੀ ਨਹੀਂ ਬੋਲੀ ਜਾਂਦੀ ਪਰ ਜਿਹੜੇ ਪੰਜਾਬ ਤੋਂ ਤੁਹਾਡੇ ਸਿੱਖ ਇੱਥੇ ਲੇਬਰ ਕਰਨ ਵਾਸਤੇ ਆਉਂਦੇ ਨੇ ਉਹ 6 ਮਹੀਨਿਆਂ ਦੇ ਵਿੱਚ ਹੀ ਸਿੱਖ ਜਾਂਦੇ ਨੇ ਉਹ ਇੰਨੀ ਸੋਹਣੀ ਭਾਸ਼ਾ ਕਿਉਂ ਬੋਲ ਲੈਂਦੇ ਨੇ ਉਹਦਾ ਕਾਰਨ ਕੀ ਹੈ ਕਿ ਚੀਨ ਦੀ ਭਾਸ਼ਾ ਦੇ ਵਿੱਚ ਨੰਗਾ ਅੱਖਰ ਦੀ ਵਰਤੋਂ ਸਭ ਤੋਂ ਵੱਧ ਹੈ ਜ਼ਿੰਗ ਜ਼ੈਂਗ ਜ਼ੋਂਗ ਨਿੰਗ ਨੋਗ ਨੰਗੇ ਅੱਖਰ ਦੀ ਵਰਤੋਂ ਬੜੀ ਹੈ ਔਰ ਨੰਗਾ ਅੱਖਰ ਅੰਗਰੇਜ਼ੀ ਦੇ ਵਿੱਚ ਹੈ ਨਹੀਂ ਵੈਸੇ ਅੰਗਰੇਜ਼ੀ ਭਾਸ਼ਾ 'ਚ ਸੰਪੂਰਨਤਾ ਨਹੀਂ ਹੈ ਇੰਟਰਨੈਸ਼ਨਲ ਲੈਂਗੁਏਜ ਹੈ ਸਾਨੂੰ ਵੀ ਬੋਲਣੀ ਪੈਂਦੀ ਹੈ ਪੜ੍ਹਨੀ ਵੀ ਪੈਂਦੀ ਹੈ ਮੈਂ ਵੀ ਬੋਲਦਾ ਹਾਂ ਪਰ ਸੰਪੂਰਨਤਾ ਨਹੀਂ ਅੰਗਰੇਜ਼ੀ 'ਚ ਤੁਸੀਂ ਸੜਕ ਨਹੀਂ ਲਿਖ ਸਕਦੇ ਕਿਉਂਕਿ ਡਾੜਾ ਅੱਖਰ ਨਹੀਂ ਹੈਗਾ ਜਾਂ ਤੁਸੀਂ ਸਰਰਕ ਲਿਖੋਗੇ ਜਾਂ ਸੜਕ ਲਿਖੋਗੇ ਤੁਸੀਂ ਨਹੀਂ ਲਿਖ ਸਕਦੇ ਤੁਸੀਂ ਸੀਐਚ ਮਿਲਾ ਕੇ ਛਿੱਛਾ ਬਣਾਉਂਦੇ ਹੋ ਕਿਤੇ ਉਹ ਸੀਐਚ కెਮਿਸਟਰੀ ਬਣ ਜਾਂਦਾ ਕਿਤੇ ਚੋਪੜਾ ਬਣ ਜਾਂਦਾ ਇਹ ਸਮੱਸਿਆ ਹੈ ਉਸ ਪਾਸ਼ਾ ਦੀ ਉਸ ਪਾਸ਼ਾ ਦੀ ਸੰਪੂਰਨਤਾ ਨਹੀਂ ਉਹਦੇ ਵਿੱਚ ਸਾਡੀ ਮਾਂ ਬੋਲੀ ਚ ਸੰਪੂਰਨਤਾ ਹੈ ਦੁਨੀਆਂ ਦੀ ਕੋਈ ਐਸਾ ਬੋਲੀ ਤੇ ਜ਼ੁਬਾਨ ਦਾ ਵੱਲ ਨਹੀਂ ਜਿਹੜਾ ਸਾਡੀ ਮਾਂ ਬੋਲੀ ਚ ਨਾ ਹੋਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਾਂ ਹੀ ਕਹਿਣਾ ਘਰ ਘਰ ਮੀਆਂ ਸਭਨਾ ਜੀਆ ਬੋਲੀ ਅਵਰ ਤੁਮਾਰੀ ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਪਕਿਆ ਕਹੀ ਅੱਜ ਸਾਡੀ ਆਪਣੀ ਮਾਂ ਬੋਲੀ ਸਾਡੇ ਘਰਾਂ ਚੋਂ ਖਤਮ ਹੁੰਦੀ ਜਾ ਰਹੀ ਹੈ ਅਸੀਂ ਮਾਣ ਮਹਿਸੂਸ ਕਰਦੇ ਮੈਂ ਕਿਸੇ ਭਾਸ਼ਾ ਦਾ ਵਿਰੋਧੀ ਨਹੀਂ ਆ ਕਿਉਂਕਿ ਮੈਂ ਇਹ ਚੋਣਾ ਸਿੱਖ ਨੂੰ ਹਰ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਮੈਂ ਜਿਸ ਦੇਸ਼ ਚ ਜਾਣਾ ਮੈਂ ਉੱਥੋਂ ਦੀ ਭਾਸ਼ਾ ਨੂੰ ਸਿੱਖਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਭਾਸ਼ਾ ਦੇ ਵਿੱਚ ਹੀ ਉਸ ਲਿਟਰੇਚਰ ਨੂੰ ਪੜਿਆ ਜਾਵੇ ਔਰ ਮਾਫ ਕਰਨਾ ਇੱਕ ਜਿਹੜਾ ਸਾਡੇ ਮਨ ਦੇ ਵਿੱਚ ਵਹਿਮ ਜਨਮ ਲੈ ਗਿਆ ਨਾ ਕਿ ਸ਼ਾਇਦ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਵਿਆਖਿਆ ਸੇ ਇੰਗਲਿਸ਼ ਚ ਪੜ ਸਕਦੇ ਆ ਇੰਗਲਿਸ਼ ਦੇ ਵਿੱਚ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਵਿਆਖਿਆ ਨਹੀਂ ਹੋ ਸਕਦੀ ਬਸੰਤਰ ਆਗ ਦੇ ਦਿਨ ਲੰਘੇ ਨੇ ਤੁਸੀਂ ਸ਼ਬਦ ਸੁਣਦੇ ਰਹੋ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਮੌਲਿਆ ਸ਼ਬਦ ਦੀ ਅੰਗਰੇਜ਼ੀ ਕੀ ਕਰੋਗੇ ਕੋਈ ਸ਼ਬਦ ਨਹੀਂ ਨਹੀਂ ਕਰ ਸਕਦੇ ਤੁਸੀਂ ਮੈਂ ਤਾਂ ਹੀ ਕਿਹਾ ਨਾ ਕਿ ਚੀਨ ਦੇ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਸਿੱਖ ਹੈ ਚੀਨੀ ਭਾਸ਼ਾ ਨੂੰ ਬਹੁਤ ਵਧੀਆ ਬੋਲ ਲੈਂਦਾ ਮੈਨੂੰ ਸਵਾਲ ਕੀਤਾ ਕਿਉਂ ਬੋਲਦਾ ਤੇ ਮੈਂ ਨੂੰ ਕਿਹਾ ਬੀਬੀ ਤੁਹਾਡੀ ਭਾਸ਼ਾ ਦੇ ਵਿੱਚ 23% ਤੇ ਗੰਗਾ ਬੋਲਿਆ ਜਾਂਦਾ ਹੈ ਤੇ ਜਿਹੜਾ ਸਿੱਖ ਸਾਡਾ ਸਵੇਰੇ ਉੱਠ ਕੇ ਜਪ ਸਾਹਿਬ ਦਾ ਪਾਠ ਕਰਦਾ ਹਜ਼ਾਰਾਂ ਹੀ ਗੰਗੇ ਬੋਲ ਜਾਂਦਾ ਹੈ ਨਮਸਤੰ ਅਕਾਲੇ ਨਮਸਤੰ ਕਰਪਾਲੇ ਨਮਸਤੰ ਮਰੂਪੇ ਨਮਸਤੰ ਰੂਪੇ ਸਾਡਾ ਤਾਂ ਸਿੱਖ ਜਪ ਸਾਹਿਬ ਜੀ ਸਾਰੇ ਗੰਗੇ ਸਿੱਖ ਸਕਦਾ ਜਿੰਨੇ ਤੁਸੀਂ ਜਿੰਗ ਜਾਉਂਗ ਚ ਬੋਲਣੇ ਨੇ ਸਾਨੂੰ ਤਾਂ ਸਿੱਖਣ ਦੀ ਲੋੜ ਹੀ ਨਹੀਂ ਪੈਂਦੀ ਸਾਡੇ ਚ ਤੇ ਬਾਦਸ਼ਾਹ ਚ ਇੰਨੀ ਸੰਪੂਰਨਤਾ ਹੈ ਕਿ ਤੇ ਪਿਆਰ ਦੇ ਨਾਲ ਪੰਜਾਬੀ ਨੂੰ ਬੋਲੀਏ ਤੇ ਸਹੀ ਕਿਉਂ ਮਾਂ ਬੋਲੀ ਤੋਂ ਦੂਰ ਚਾ ਰਹੇ ਆ ਔਰ ਸੱਚ ਜਾਣਿਓ ਰਸੂਲ ਹਮਜ਼ਾ ਤੋਫ ਆਪਣੀ ਕਿਤਾਬ ਦਾਗਿਸਤਾਨ ਚ ਲਿਖਦਾ ਹੈ ਕਹਿੰਦਾ ਮੈਂ ਕਿੱਥੇ ਗਿਆ ਕਿਸੇ ਵਿਦੇਸ਼ ਦੇ ਵਿੱਚ ਤੇ ਕਹਿੰਦਾ 40 ਸਾਲ ਬਾਅਦ ਮੈਨੂੰ ਆਪਣੇ ਪਿੰਡ ਦਾ ਇੱਕ ਨੌਜਵਾਨ ਮਿਲਿਆ ਤੇ ਨੌਜਵਾਨ ਉਹ ਸੀ ਜਿਹੜਾ 40 ਸਾਲ ਪਹਿਲਾਂ ਪਿੰਡ ਚੋਂ ਆ ਚੁੱਕਾ ਸੀ ਤੇ ਪਿੰਡ ਵਾਲਿਆਂ ਨੇ ਉਹਦੇ ਮਰਨ ਦੀਆਂ ਰਸਮਾਂ ਵੀ ਕਰ ਦਿੱਤੀਆਂ ਸੀ ਤੇ ਕਹਿੰਦਾ ਮੈਂ ਜਦੋਂ ਵਾਪਸ ਆਇਆ ਮੈਂ ਉਸ ਨੌਜਵਾਨ ਦੀ ਮਾਂ ਨੂੰ ਦੱਸਿਆ ਮੈਂ ਕਹਾਂ ਮਾਂ ਮੈਂ ਤੇਰੇ ਪੁੱਤ ਨੂੰ ਮਿਲ ਕੇ ਆਇਆ ਤੇਰਾ ਪੁੱਤ ਜੀਂਦਾ ਹੈ ਫਰਾਂਸ ਦੇ ਵਿੱਚ ਕਹਿੰਦੀ ਮਾਂ ਇੰਨੀ ਖੁਸ਼ ਹੋਈ ਇੰਨੀ ਖੁਸ਼ ਹੋਈ ਕਿ ਉਹ ਫੁੱਲੀ ਨਹੀਂ ਸੀ ਸਮਾਰੀ 40 ਸਾਲ ਬਾਅਦ ਪੁੱਤ ਦੇ ਜਿਉਂਦੇ ਹੋਣ ਦੀ ਖਬਰ ਆਵੇ ਕਹਿੰਦਾ ਮੈਂ ਇਹਨੂੰ ਦੱਸਿਆ ਮਾਂ ਤੇਰਾ ਪੁੱਤ ਹੁਣ ਅੰਗਰੇਜ਼ੀ ਕੱਪੜੇ ਪਾਉਂਦਾ ਹੈ ਕਹਿੰਦੀ ਬੜੀ ਖੁਸ਼ ਹੋਈ ਕਹਿੰਦਾ ਮਾਂ ਤੇਰੀ ਪੁੱਤ ਨੇ ਵਿਆਹ ਵੀ ਉੱਥੇ ਗੋਰੀ ਨਾਲ ਕਰਾ ਰਿਆ ਬੜੀ ਖੁਸ਼ ਹੋਈ ਮਾਂ ਤੇਰੇ ਪੁੱਤ ਨੇ ਪੋਤਰੇ ਨੇ ਤੇ ਹੁਣ ਤੇ ਤੇਰਾ ਪੁੱਤ ਬੋਲਦਾ ਵੀ ਅੰਗਰੇਜ਼ੀ ਐ ਉੱਚੀ ਉੱਚੀ ਰੋਣ ਲੱਗ ਪਈ ਕਹਿੰਦੀ ਅੱਗੇ ਤੇ ਨਹੀਂ ਸੀ ਮਰਿਆ ਅੱਜ ਮਰਿਆ ਮਾਂ ਬੋਲੀ ਛੱਡ ਦਿੱਤੀ ਐ ਅੱਗੇ ਨਹੀਂ ਸੀ ਮਰਿਆ ਅੱਜ ਮਰ ਗਿਆ ਅੱਜ ਮੈਂ ਰਸਮਾਂ ਕਰੂੰਗੀ ਉਹਦੀ ਮੌਤ ਦੀਆਂ ਜਿਹੜੀ ਮੈਂ ਗੋਬੋਲੀ ਉਸ ਨੂੰ ਆਪਣੀ ਗੋਦ ਦੇ ਵਿੱਚ ਸਿਖਾਈ ਸੀ ਮੇਰੇ ਪੁੱਤ ਨੇ ਜੋ ਬੋਲੀ ਛੱਡ ਦਿੱਤੀ ਐ ਤੇ ਸੱਚ ਜਾਣਿਓ ਅਸੀਂ ਛੱਡਦੇ ਜਾ ਰਹੇ ਜੇ ਮੈਂ ਇਹ ਨਹੀਂ ਕਹਿੰਦਾ ਹਿੰਦੀ ਨਾ ਸਿੱਖੋ ਮੈਂ ਇਹ ਨਹੀਂ ਕਹਿੰਦਾ ਪੰਜਾਬੀ ਨਾ ਪੜੋ ਮੈਂ ਕਹਿੰਨਾ ਬਹੁਤ ਜ਼ਿਆਦਾ ਪੜੋ ਸਾਨੂੰ ਬਹੁਤ ਜ਼ਿਆਦਾ ਗਿਆਨ ਹੋਵੇ ਪਰ ਸਾਡੇ ਘਰਾਂ 'ਚ ਸਾਡੀ ਮਾਂ ਬੋਲੀ ਕਿਉਂ ਖਤਮ ਹੋਵੇ ਸਾਡੇ ਘਰਾਂ 'ਚ ਸਾਡੀ ਮਾਂ ਬੋਲੀ ਕਿਉਂ ਜਾਵੇ ਮੈਂ ਡਾਕਟਰ ਆਂ ਕਈ ਵਾਰੀ ਸਾਡੀਆਂ ਬੱਚੀਆਂ ਕਿ ਦਵਾਈ ਮੰਗਦੀਆਂ ਨਾ ਤੇ ਮੈਨੂੰ ਬੋਲੀ ਦੇ ਨਾਲੋਂ ਮਿਕਸ ਵੈਜੀਟੇਬਲ ਚਿੱਤੇ ਆਉਂਦੀ ਆ ਜਦੋਂ ਕਈ ਵਾਰੀ ਵਿਆਹ ਸ਼ਾਦੀਆਂ ਤੇ ਚਾਈਦਾ ਨਾ ਤੇ ਸਾਰੀਆਂ ਸਬਜ਼ੀਆਂ ਪਾ ਲਈ ਦੀਆਂ ਗਾਜਰਾਂ ਵੀ ਪਾ ਲੋ ਮਟਰ ਵੀ ਪਾ ਲੋ ਗੋਭੀ ਵੀ ਪਾ ਲੋ ਆਲੂ ਵੀ ਪਾ ਲੋ ਉਹਨੂੰ ਕਹਿੰਦੇ ਮਿਕਸ ਵੈਜੀਟੇਬਲ ਤੇ ਸਾਡੀ ਬੋਲੀ ਮਿਕਸ ਵੈਜੀਟੇਬਲ ਵਰਗੀ ਹੁੰਦੀ ਜਾ ਰਹੀ ਆ ਆ ਕੇ ਦਵਾਈ ਮੰਗਣ ਗਿਆ ਡਾਕਟਰ ਸਾਹਿਬ ਬੱਚੇ ਕੇ ਹੈਡ ਤੇ ਹੈਂ ਤੋ ਰੱਕੀ ਦੇਖੋ ਕਿੰਨਾ ਹੌਟ ਹੈ ਤਿੰਨ ਦਿਨ ਹੋ ਗਏ ਨਾ ਜੀ ਇਟਦਾ ਹੈ ਨਾ ਸਲੀਪਦਾ ਹੈ ਬਸ ਸਾਰਾ ਦਿਨ ਵੀਪਦਾ ਹੀ ਰਹਤਾ ਹੈ ਇਹ ਕਿਹੜੀ ਬੋਲੀ ਹੈ ਇਹ ਕਿਹੜੀ ਬੋਲੀ ਹੈ ਅਸੀਂ ਕਿਹਦੇ ਸਿੱਖ ਸੀ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਸੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਸੀ ਜਿਨ੍ਹਾਂ ਦੇ ਕੋਲ ਭਾਸ਼ਾ ਦਾ ਇੰਨਾ ਵੱਡਾ ਖਜ਼ਾਨਾ ਸੀ ਜਿਸ ਵਰਗੀ ਬੋਲੀ ਕੋ ਦੁਨੀਆ ਤੇ ਹੈ ਹੀ ਨਹੀਂ ਇੰਨੀ ਮਿਠਾਸ ਇੰਨੀ ਸਿਆਣੇ ਇੰਨਾ ਜ਼ਿਆਦਾ ਪਿਆਰ ਪੰਜਾਬੀ ਬੋਲੀ ਦੇ ਵਿੱਚ ਹੈ ਕਿਤੇ ਪੰਜਾਬੀ ਬੋਲੀ ਨੂੰ ਬੋਲ ਕੇ ਤਾਂ ਵੇਖੀਏ ਕਿਤੇ ਉਹਨੂੰ ਸਿੱਖ ਕੇ ਤਾਂ ਵੇਖੀਏ ਕਿਤੇ ਗੁਰੂ ਦੇ ਨਾਲ ਗੱਲਾਂ ਤਾਂ ਕਰਕੇ ਵੇਖੋ ਇਸ ਬੋਲੀ ਦੇ ਵਿੱਚ ਕਿੰਨਾ ਆਨੰਦ ਹੈ ਸੋ ਇਸ ਬੋਲੀ ਤੋਂ ਦੂਰ ਨਾ ਜਾਓ ਮੇਰੇ ਕਲਗੀਧਰ ਪਾਤਸ਼ਾਹ ਇਨ੍ਹਾਂ ਬੋਲੀਆਂ ਦੇ ਮਾਲਕ ਸੀ ਇਹ ਬੋਲੀਆਂ ਉਹਨਾਂ ਦੀ ਜ਼ੁਬਾਨ ਤੇ ਨੱਚਦੀਆਂ ਸੀ ਜਦੋਂ ਉਹ ਗੱਲ ਕਰਦੇ ਨੇ ਬਰਸ ਦੇ ਵਿੱਚ ਤਾਂ ਕਿੰਨੀ ਪਿਆਰੀ ਗੱਲ ਹੈ ਰਾਜ਼ਾਨ ਰਾਜ ਪਨਾਨ ਪਾਨ ਦੀਵਾਨ ਦੇ ਉਪਮਾ ਮਹਾਨ ਜਦੋਂ ਪੰਜਾਬੀ ਚ ਗੱਲ ਕਰਦੇ ਨੇ ਮਿੱਤਰ ਪਿਆਰੇ ਨੂੰ ਸਾਰੀ ਪੰਜਾਬੀ ਤੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਕਹਿੰਦੇ ਨੇ ਕੋ ਹਸਨਲ ਸਮਾਲ ਅਸਤਰਾਸ਼ਨ ਜ਼ਮੀਰ ਖੁਦਾਵੰਦ ਮੁਲਕਸ ਸਾਹਿਬ ਅਮੀਰ ਕਿਤੇ ਬਾਸ਼ਾ ਦਾ ਗਿਆਨ ਤਾਂ ਵੇਖੋ ਦਸਮ ਪਾਸ਼ਾ ਦਾ ਔਰ ਦੁਨੀਆਂ ਦੇ ਲੋਕ ਹੈਰਾਨ ਨੇ ਮੈਂ ਬਹੁਤ ਕਵੀਆਂ ਨੂੰ ਮਿਲੇ ਆ ਮੈਂ ਕਿਹਾ ਕਿ ਜ압 ਸਾਹਿਬ ਵਰਗੀ ਕੋਈ ਰਚਨਾ ਰਚੀ ਜਾ ਸਕਦੀ ਹੈ ਕਹਿੰਦੇ ਜਿਹੜਾ ਸਿੰਘ ਅਵਲੋਕਨ ਸ਼ੰਦ ਹੈ ਨਹੀਂ ਰਚਿਆ ਜਾ ਸਕਦਾ ਕਹਿੰਦੇ ਪੰਜ ਤਾਂ ਜਾ ਕੇ ਅਜੇ ਹੈ ਅਲੇ ਹੈ ਅਬੂ ਹੈ ਅਜ਼ੂ ਹੈ ਕਹਿੰਦੇ ਪੰਜ ਛੇ ਮਲਾਪ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ ਧਨ ਕਲਗੀਧਰ ਪਾਤਸ਼ਾਹ ਨੇ ਤਨਕਲਗੀਤਰ ਪਾਤਸ਼ਾਹ ਸਿੰਘ ਲੋਕਨ ਸ਼ਬਦ ਦੀ ਉਹ ਸ਼ੈਲੀ ਸਿੱਖਾਂ ਨੂੰ ਦੇ ਦਿੱਤੀ ਹੈ ਅਗੋ ਉਗੋ ਅਰਗੰ ਅਗੰ ਓਗ ਹਰਤਾ ਇਹ ਚਾਰ ਸ਼ਬਦ ਚਾਰ ਭਾਸ਼ਾਵਾਂ ਦੇ ਨੇ ਅਜੇ ਤੱਕ ਦੁਨੀਆ ਦਾ ਕੋਈ ਪੋਇਟ ਪੈਦਾ ਨਹੀਂ ਹੋਇਆ ਜਿਹੜਾ ਚਾਰ ਭਾਸ਼ਾਵਾਂ ਦੇ ਸ਼ਬਦ ਨੂੰ ਮਿਲ ਕੇ ਸਿੰਘ ਲੋਕ ਨਿਸ਼ਾਨ ਦੇ ਵਿੱਚ ਸ਼ੰਦਾ ਬੰਦੀ ਕਰ ਸਕੇ ਅਸੀਂ ਆਪਣੀ ਬੋਲੀ ਤੋਂ ਦੂਰ ਜਾ ਰਹੇ ਹਾਂ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਜਾ ਰਹੇ ਹਾਂ ਖੈਰ ਗੱਲ ਤੋਪ ਦੀ ਚੱਲ ਰਹੀ ਸੀ ਤੋਪ ਦੇ ਉੱਪਰ ਕਿ ਸ਼ਬਦ ਲਿਖਿਆ ਅਬਜ਼ਦ ਅਬਜ਼ਦ ਤੋਂ ਪਤਾ ਲੱਗਦਾ ਕਿ ਇਹ ਜਿਹੜੀ ਤੋਪ ਹੈ 1759 ਤੇ 60 ਦੇ ਵਿੱਚ ਬਣੀ ਅਬਜ਼ਦ ਦੇ ਬਾਰੇ ਮੈਂ ਦੱਸ ਰਿਹਾ ਸੀ ਕਿ ਅਰਬੀ ਭਾਸ਼ਾ ਨੂੰ ਜਦੋਂ ਤੁਸੀਂ ਡਿਜੀਟਲ ਦੇ ਵਿੱਚ ਕਨਵਰਟ ਕਰਦੇ ਅੰਕ ਗਣਿਤ ਦੇ ਵਿੱਚ ਕਨਵਰਟ ਕਰਦੇ ਆ ਤਾਂ ਉਸ ਨੂੰ ਕਿਤਰਾ ਕੀਤਾ ਜਾਂਦਾ ਹੈ ਮਿਸਾਲ ਦੇ ਤੌਰ ਤੇ ਜਦੋਂ ਮੁਸਲਮਾਨ ਵੀਰਾਂ ਨੇ ਕੋਈ ਲਿਖਣੀ ਹੁੰਦੀ ਗੱਲ ਸ਼ੁਰੂਆਤ ਕਰਨੀ ਹੁੰਦੀ ਹੈ ਤੇ ਉਹ ਲਿਖਦੇ ਨੇ ਬਿਸਮਿਲਲਾਹਿ ਰਹਿਮਾਨੁਲ ਰਹੀਮ ਬਿਸਮਿਲਲਾ ਸ਼ੁਰੂ ਕਰਨਾ ਕਿਸੇ ਮੁਸਲਮਾਨ ਵੀਰ ਦੇ ਘਰ ਚ ਜਾਈਏ ਰੋਟੀ ਅੱਗੇ ਰੱਖ ਕੇ ਕਰੇਗਾ ਬਿਸਮਿਲਲਾ ਕਰੋ ਸ਼ੁਰੂ ਕਰੋ ਬਿਸਮਿਲ੍ਲਾਹਿਰ ਰਹਿਮਾਨੁਰ ਰਹੀਮ ਮੈਂ ਉਸ ਪਰਮਾਤਮਾ ਰਹਾਮ ਰਹਿਮਾਨ ਤੇ ਰਹੀਮ ਦਾ ਨਾਮ ਲੈ ਕੇ ਸ਼ੁਰੂ ਕਰ ਰਿਹਾ ਬਿਸਮਿਲ੍ਲਾਹ ਕਰ ਰਿਹਾ ਤੇ ਜਦੋਂ ਉਹਨੂੰ ਸ਼ਾਰਟ ਫਾਰਮ ਚ ਲਿਖਣਾ ਹੁੰਦਾ ਤੁਸੀਂ WhatsApp ਤੇ ਬਹੁਤ ਹੋ ਅੱਜਕੱਲ ਮੈਨੂੰ ਪਤਾ ਸਾਰੇ ਹੀ ਆ ਅਸੀਂ ਤੇ ਸ਼ਾਰਟ ਚ ਲਿਖਣਾ ਹੋਵੇ ਅਸੀਂ ਚੜ੍ਹਦੀ ਕਲਾ ਲਿਖਣਾ ਹੋਵੇ ਸੀ ਕੇ ਲਿਖ ਦਿੰਦੇ ਅਸੀਂ ਸਾਸੀ ਕਾ ਲਿਖਣਾ ਹੋਵੇ ਐਸ ਐਸ ਏ ਲਿਖਦੇ ਹਾਂ ਪੂਰਾ ਨਹੀਂ ਲਿਖਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਣੀ ਹੋਵੇ ਤੇ ਡਬਲ ਯੂ ਕੇ ਬਸ ਕੇ ਕੇ ਇਸ ਤਰ੍ਹਾਂ ਖਤਮ ਕਰ ਦਿੰਦੇ ਹਾਂ ਪਰ ਜਦੋਂ ਅਰਬੀ ਨੂੰ ਡਿਜੀਟਲਾਈਜ਼ ਕੀਤਾ ਜਾਂਦਾ ਤੇ ਲਿਖਿਆ ਜਾਂਦਾ 786 786 ਦਾ ਭਾਵ ਹੈ ਬਿਸਮਿਲ੍ਲਾ ਰਹਿਮਾਨੁਲ ਰਹੀਮ ਸ਼ਾਰਟ ਫਾਰਮ ਦੇ ਵਿੱਚ ਉਹ ਜਦੋਂ ਸ਼ਾਰਟ ਚ ਲਿਖਣਾ ਹੁੰਦਾ 7 8 6 ਲਿਖ ਦਿੰਦੇ ਨੇ ਜਿਸ ਦਾ ਭਾਵ ਹੈ ਬਿਸਮਿਲ੍ਲਾ ਰਹਿਮਾਨੁਲ ਰਹੀਮ ਇਸਲਾਮ ਤਰਮ ਦੇ ਵੀਰ ਖੈਰ ਉਸ ਤੋਪ ਦੀ ਅਬਜ਼ਰ ਦੇ ਇਸ ਨੂੰ ਅਬਜ਼ਰ ਕਿਹਾ ਜਾਂਦਾ ਹੈ ਅਬਜ਼ਰ ਦੇ ਮੁਤਾਬਕ ਤੋਪ 1789 ਦੇ ਵਿੱਚ ਬਣੀ ਇਹ ਦੁਨੀਆ ਦੀ ਸਭ ਤੋਂ ਵੱਡੀ ਤੋਪ ਸੀ ਉਸ ਵੇਲੇ ਏਸ਼ੀਆ ਦੀ ਤੇ ਸਿੱਖਾਂ ਨੇ ਪਹਿਲੇ ਹੀ ਹਮਲੇ ਚ ਖੋਲੀ ਅੱਜ ਇਹ ਤੋਪ ਲਾਹੌਰ ਦੇ ਕਿਲੇ ਦੇ ਅੱਗੇ ਖੜੀ ਹੈ ਇਸ ਨੂੰ ਪੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਇਹ ਤੋਪ ਲਜਾਈ ਗਈ ਮਲਤਾਨ ਦੇ ਕਿਲੇ ਤੇ ਇੱਕ ਪਾਸੇ ਜੰਗੇ ਬਿਜਲੀ ਬੀੜ ਦਿੱਤੀ ਇੱਕ ਪਾਸੇ ਇਸ ਨੂੰ ਪੰਗੀਆਂ ਵਾਲੀ ਤੋਪ ਕਿਹਾ ਜਾਂਦਾ ਸੀ ਇਹ ਬੀੜ ਦਿੱਤੀ ਇਸ ਤੋਪ ਦਾ ਜਿਹੜਾ ਤੋਪਚੀ ਸੀ ਆਤਿਸ਼ਬਾਰ ਸੀ ਉਸ ਨੇ ਜਦੋਂ ਕਿਲੇ ਦੀ ਸ਼ਿਸ਼ਟ ਦਾ ਅੰਦਾਜ਼ਾ ਲਗਾਇਆ ਦੂਰੀ ਦਾ ਅੰਦਾਜ਼ਾ ਲਗਾਇਆ ਤੇ ਲਗਾ ਕੇ ਕੀ ਕਹਿੰਦਾ ਕਹਿੰਦਾ ਸ਼ੇਰੇ ਪੰਜਾਬ ਰਣਜੀਤ ਸਿੰਘ ਇਸ ਕਿਲੇ ਦੀ ਫਸੀਲ ਬੜੀ ਚੌੜੀ ਹੈ 18 ਫੁੱਟ ਚੌੜੀ ਕੰਧ 18 ਫੁੱਟ ਤੁਸੀਂ ਹੈਰਾਨ ਹੋਵੋਗੇ ਮਲਤਾਨ ਦੇ ਕਿਲੇ ਦੀ ਕੰਧ ਕਿੰਦਾ ਫਸੀਲ ਬੜੀ ਚੌੜੀ ਹੈ ਇਸ ਨੂੰ ਤੋੜਨਾ ਬੜਾ ਔਖਾ ਹੈ ਪਰ ਜੇਕਰ ਇੱਕੋ ਜਗ੍ਹਾ ਦੇ ਉੱਪਰ 20-25 ਗੋਲੇ ਦਾਗੇ ਜਾਣ ਤੇ ਫਿਰ ਇਸ ਕੰਧ ਦੇ ਵਿੱਚ ਮੋਰਾ ਕੀਤਾ ਜਾ ਸਕਦਾ ਇੱਕ ਵੱਡੀ ਸਾਰੀ ਮੋਰੀ ਕੀਤੀ ਜਾ ਸਕਦੀ ਹੈ ਤੁਹਾਡੇ ਵੀ ਇੱਥੇ ਮੋਰੀ ਦਰਵਾਜ਼ਾ ਸੀ ਸਿੱਖਾਂ ਨੇ ਵੀ ਮੋਰੀ ਕੀਤੀ ਸੀ ਦਿੱਲੀ ਸ਼ਹਿਰ ਚ ਦਾਖਲ ਹੋਣ ਤੋਂ ਪਹਿਲਾਂ ਇਹ ਹੀ ਗੱਲ ਮਲਤਾਨ ਦੇ ਕਿਲੇ ਦੀ ਆ ਕਿ توپ ਦੇ ਗੋਲੇ ਦੇ ਨਾਲ ਮੋਰੀ ਕੀਤੀ ਜਾ ਸਕਦੀ ਹੈ ਜਿਹੜੀ ਅਗਲੀ ਘਟਨਾ ਹੈ ਉਹ ਕਿਸੇ ਸਿੱਖ ਨੇ ਨਹੀਂ ਲਿਖੀ ਇੱਕ ਮੁਸਲਮਾਨ ਇਤਿਹਾਸਕਾਰ ਸੈਦ ਅਹਿਮਦ ਜ਼ਿਲਾਨੀ ਨੇ ਲਿਖੀ ਹੈ ਉਸਦੀ ਕਿਤਾਬ ਦਾ ਨਾਮ ਹੈ ਜ਼ੰਗਨਾਮਾ ਮੁਲਤਾਨ ਫਾਰਸੀ ਦੀ ਕਿਤਾਬ ਹੈ ਕਹਿੰਦਾ ਮੈਂ ਮੁਜ਼ਫਰ ਖਾਨ ਦਾ ਸੂਈਆ ਸੀ ਉਹਦਾ ਇਨਫਾਰਮਰ ਸੀ ਤੇ ਕਹਿੰਦਾ ਮੈਂ ਸਿੱਖਾਂ ਦੇ ਭੇਸ ਦੇ ਵਿੱਚ ਘੁੰਮ ਰਿਹਾ ਸੀ ਕਹਿੰਦਾ ਜਦੋਂ ਤੋਪ ਦਾ ਗੋਲਾ ਚੱਲਿਆ ਕਹਿੰਦਾ ਸਾਰੀ ਜ਼ਮੀਨ ਹਿੱਲ ਗਈ ਕਹਿੰਦਾ ਸਿੱਖਾਂ ਦੇ ਚਿਹਰਿਆਂ ਦੇ ਉੱਪਰ ਖੁਸ਼ੀਆਂ ਆ ਗਈਆਂ ਕਿ ਹੁਣ ਕਿਲੇ ਦੀ ਕੰਧ ਟੁੱਟ ਜਾਵੇਗੀ ਕਹਿੰਦਾ ਇੱਕ ਗੋਲਾ ਚੱਲਿਆ ਕੰਧ ਦੇ ਵਿੱਚ ਦਾਗ ਪੈ ਗਿਆ ਦੂਸਰਾ ਗੋਲਾ ਚੱਲਿਆ ਤੀਸਰਾ ਗੋਲਾ ਚੱਲਿਆ ਚਾਰ ਜਦੋਂ ਗੋਲੇ ਚੱਲੇ ਤੋਪ ਚਲਣੀ ਬੰਦ ਹੋ ਗਈ ਕਹਿੰਦਾ ਮੈਂ ਵੇਖਿਆ ਸਿੱਖਾਂ ਦੇ ਵਿੱਚ ਭੱਜ ਦੌੜ ਮਚ ਗਈ ਆ। ਕਹਿੰਦਾ ਮੈਂ ਉਸ ਪਾਸੇ ਨੂੰ ਕਿਹਾ ਜਿੱਧਰ ਤੂਪ ਚੱਲ ਰਹੀ ਸੀ ਤੇ ਸਿੱਖ ਆਪਸ ਦੇ ਵਿੱਚ ਬੜੇ ਘਬਰਾਏ ਹੋਏ ਭੱਜ ਦੌੜ ਰਹੇ ਸੀ। ਕਹਿੰਦਾ ਮੈਂ ਇੱਕ ਸਿੱਖ ਨੂੰ ਪੁੱਛਿਆ ਕੀ ਗੱਲ ਹੋਈ ਐ? ਕਹਿੰਦਾ ਸਿੱਖ ਕਹਿੰਦਾ ਕੀ ਦੱਸੀ ਐ ਸਿੰਘਾ? ਕਹਿੰਦਾ ਕਿ ਮੈਂ ਵੀ ਸਿੱਖਾਂ ਦੇ ਭੇਸ 'ਚ ਸੀ। ਸੈਦ ਅਹਿਮਦ ਜਲਾਨੀ ਲਿਖਦਾ ਜੰਗਨਾਮਾ ਮੁਲਤਾਨ ਦੇ ਵਿੱਚ ਇਸ ਨੂੰ ਸਭ ਤੋਂ ਪਹਿਲਾਂ 1973 ਦੇ ਵਿੱਚ ਸ਼ਿਮਸ਼ੇਰ ਸਿੰਘ ਅਸ਼ੋਕ ਨੇ 7ਵੀਂ ਸਦੀ ਦੀ ਵੀਰ ਪਰੰਪਰਾ ਦੇ 134 ਨੰਬਰ ਪੇਜ ਤੇ ਐਡਿਟ ਕੀਤਾ ਸੀ ਜੰਗਨਾਮਾ ਮੁਲਤਾਨ। ਖੈਰ ਕਹਿੰਦਾ ਮੈਂ ਪੁੱਛਿਆ ਉਹ ਸਿੱਖੋ ਕੀ ਗੱਲ ਹੋ ਗਈ ਹੈ ਭੱਜ ਦੌੜ ਕਿਉਂ ਮੱਚੀ ਹੈ ਕਹਿੰਦੇ ਕੀ ਦਸੀਏ ਜਿਸ ਤੋਪ ਤੇ ਸਾਨੂੰ ਬੜਾ ਮਾਣ ਸੀ ਨਾ ਜਿਸ ਤੋਪ ਤੇ ਬੜਾ ਫਖਰ ਸੀ ਕਿ ਅਸੀਂ ਮੁਲਤਾਨ ਦਾ ਕਿਲਾ ਉਹਦੇ ਨਾਲ ਫਤਿਹ ਕਰਾਂਗੇ ਉਹਦਾ ਖੱਬਾ ਪਹੀਆ ਟੁੱਟ ਗਿਆ ਤੋਪ ਜ਼ਮੀਨ ਤੇ ਅਨਬੈਲੈਂਸ ਹੋ ਕੇ ਡਿੱਗ ਗਈ ਹੈ ਤੇ ਕਹਿੰਦਾ ਹੁਣ ਹੁਣ ਕਹਿੰਦਾ ਸਾਡਾ ਆਤਿਸ਼ਬਾਰ ਕਹਿ ਰਿਹਾ ਹੈ ਕਿ ਜੇ ਇੱਕ ਇੱਕ ਸਿੱਖ ਤੋਪ ਦੇ ਥੱਲੇ ਮੋਢਾ ਦਵੇ ਨਾ ਤੇ ਮੈਂ ਇੱਕ ਇੱਕ ਗੋਲਾ ਚਲਾ ਸਕਦਾ ਹਾਂ ਪਰ 20 ਕਿਲੋ ਦਾ ਗੋਲਾ ਚੱਲਣਾ ਹੈ ਜਿਹੜਾ ਵੀ ਸਿੱਖ ਮੋਢਾ ਦਵੇਗਾ ਉਹਦੇ ਛਟਕੇ ਦੇ ਨਾਲ ਤੁੰਬਾ ਤੁੰਬਾ ਹੋ ਕੇ ਉੱਡ ਜਾਏਗਾ ਕਹਿੰਦਾ ਮੈਂ ਖੁਸ਼ ਹੋ ਗਿਆ ਕਹਿੰਦਾ ਇੰਨਾ ਖੁਸ਼ ਹੋਇਆ ਕਿ ਸ਼ਹੀਦੀ ਦੇਣ ਦੀਆਂ ਸ਼ਹਾਦਤ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਸ਼ਹੀਦੀ ਦੇਣੀ ਬੜੀ ਔਖੀ ਹੁੰਦੀ ਹੈ ਕਹਿੰਦਾ ਹੁਣ ਸਿੱਖਾਂ ਦੇ ਵਿੱਚ ਭੱਜ ਦੌੜ ਇਸ ਕਰਕੇ ਮੱਚੀ ਹੈ ਕਿ ਇਹਨਾਂ ਦਾ ਆਤਿਸ਼ਬਾਰ ਇਹਨਾਂ ਦਾ ਤੋਪਚੀ ਇਹਨਾਂ ਦੀ ਤੋਪ ਦਾ ਇੰਚਾਰਜ ਕਹਿ ਰਿਹਾ ਹੋਵੇਗਾ ਤੋਪ ਦੇ ਪਈਏ ਦੇ ਥੱਲੇ ਆਪਣਾ ਮੋਢਾ ਦਿਓ ਤੇ ਇਹ ਮੋਢਾ ਦੇਣ ਤੋਂ ਭੱਜ ਰਹੇ ਨੇ ਪਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਨਜ਼ਾਰਾ ਹੀ ਹੋਰ ਸੀ ਕਹਿੰਦਾ ਸਿੱਖ ਇੱਕ ਦੂਜੇ ਨੂੰ ਖਿੱਚ ਰਹੇ ਸੀ ਪਹਿਲਾ ਮੋਢਾ ਮੈਂ ਦੇਣਾ ਪਹਿਲਾ ਮੋਢਾ ਮੈਂ ਦੇਣਾ ਬੋਲੇ ਸੋਨਹਿਰੋ ਆ ਸ਼ੀਆ ਕਾਹ ਕਿੰਦਾ ਲੜਾਈ ਹੋਰ ਹੋ ਰਹੀ ਸੀ ਇੱਕ ਦੂਜੇ ਨੂੰ ਖੋਚ ਰਹੇ ਸੀ ਵੀਰ ਮੋਢਾ ਮੈਂ ਦੇਣਾ ਦੂਜਾ ਕਹਿ ਰਿਹਾ ਸੀ ਛੋਟੇ ਤੂੰ ਠਹਿਰ ਜਾ ਮੈਂ ਬਜ਼ੁਰਗਾਂ ਪਹਿਲਾ ਮੋਢਾ ਮੈਨੂੰ ਦੇ ਲੈਣ ਦੇ ਪਹਿਲਾ ਮੈਨੂੰ ਮਰ ਲੈਣ ਦੇ ਇਹਨੂੰ ਕਹਿੰਦੇ ਰਣ ਦੇਖ ਸੂਰੇ ਚਿੱਤ ਉਲਾਸ ਕਹਿੰਦਾ ਮੈਂ ਹੈਰਾਨ ਰਹਿ ਗਿਆ ਸਾਰੇ ਸਿੱਖ ਆਪਸ ਵਿੱਚ ਲੜ ਰਹੇ ਨੇ ਪਹਿਲਾਂ ਮੈਂ ਮਰਨਾ ਦੂਜਾ ਕਹਿ ਰਿਹਾ ਪਹਿਲਾਂ ਮੈਂ ਮਰਨਾ ਕਹਿੰਦਾ ਇੰਨੇ ਚਿਰ ਦੇ ਵਿੱਚ ਇਹਨਾਂ ਦੇ ਜਥੇਦਾਰ ਦੀ ਆਵਾਜ਼ ਆਈ ਕਹਿੰਦਾ ਰੁਕ ਜਾਓ ਕਹਿੰਦਾ ਸਾਰੇ ਛਾਂ ਤੋਂ ਕਿਖ ਲੋਗੇ ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ ਕਹਿੰਦੇ ਖਾਲਸਾ ਜੀ ਤੁਸੀਂ ਫਿਰ ਕਹਿੰਦਾ ਮੇਰੇ ਪਿੱਛੇ ਆ ਜਾਓ ਪਹਿਲਾਂ ਮੁੰਡਾ ਮੈਂ ਦੇਣਾ ਮੈਂ ਤੁਹਾਡਾ ਲੀਡਰ ਹਾਂ ਇਹ ਕੌਮ ਦੇ ਲੀਡਰ ਹੁੰਦੇ ਸੀ ਉਸ ਵੇਲੇ ਕਹਿੰਦਾ ਇਹਨਾਂ ਦੇ ਕੌਮ ਦੇ ਲੀਡਰ ਨੇ ਜਾ ਕੇ ਮੁੱਢਾ ਦਿੱਤਾ ਤੋਪ ਚੱਲੀ ਲੀਡਰ ਤੁੰਬਾ ਤੁੰਬਾ ਉੱਡ ਗਿਆ ਕਹਿੰਦਾ ਮੈਂ ਆਪਣੇ ਸਾਹਮਣੇ 13 ਗੋਲੇ ਚੱਲਦੇ ਵੇਖੇ ਮੈਂ ਆਪਣੇ ਸਾਰੇ 13 ਸਰੀਰ ਕਹਿੰਦਾ ਮੈਂ ਆਪਣੇ ਸਾਹਮਣੇ ਰੂਹ ਦੇ ਤੁੰਬਿਆਂ ਵਾਂਗ ਉੱਡਦੇ ਵੇਖੇ ਕਹਿੰਦਾ ਮੇਰਾ ਦਿਲ ਕੀਤਾ ਕਿ ਮੈਂ ਵੀ ਇਹਦੇ ਪਈਏ ਦੇ ਥੱਲੇ ਜਾ ਕੇ ਆਪਣਾ ਮੁੱਢਾ ਡਾਹ ਦਿਆਂ ਪਰ ਮੇਰੇ ਮਨ ਦੇ ਵਿੱਚ ਆਇਆ ਐ ਜ਼ਲਾਨੀ ਜੇ ਤੂੰ ਵੀ ਮਰ ਗਿਆ ਤੇ ਸਿੱਖਾਂ ਦੀ ਇਸ ਕਹਾਣੀ ਨੂੰ ਲੋਕਾਂ ਦੇ ਸਾਹਮਣੇ ਕੌਣ ਰੱਖੇਗਾ ਕਿ ਇਹਨਾਂ ਨੇ ਇਸ ਤਰ੍ਹਾਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੀ ਉਹ ਕਲਗੀਧਰ ਪਾਤਸ਼ਾਹ ਨੇ ਸਾਡੇ ਅੰਦਰ ਗੁਣ ਭਰਿਆ ਜਿਸ ਵਿੱਚ ਕਿੰਨੇ ਰਣਦੇਖ ਸੂਰੈ ਚਿਤ ਉਲਾਸ ਕਿ ਕਲਗੀਧਰ ਪਾਤਸ਼ਾਹ ਨੇ ਸਿੱਖ ਦੇ ਅੰਦਰ ਉਹ ਗੁਣ ਰੱਖ ਦਿੱਤਾ ਕਿ ਮੈਦਾਨੇ ਜੰਗ ਦੇ ਵਿੱਚ ਮਰਨ ਦੇ ਲੱਗਿਆਂ ਵੀ ਉਹਦੇ ਮਨ ਦੇ ਵਿੱਚ ਇੱਕ ਸ਼ਹਾਦਤ ਦਾ ਚਾਹ ਪੈਦਾ ਹੁੰਦਾ ਇੱਕ ਸ਼ਹਾਦਤ ਦਾ ਉਲਾਸ ਹੈ ਇੱਕ ਸ਼ਹਾਦਤ ਦਾ ਉਤਸ਼ਾਹ ਹੈ ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਐਸੇ ਹੋਈ ਪਰਿ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸ ਦौरा ਅਸੀਂ ਪੜਦੇ ਨਾ ਡਗਮਗ ਛਾੜ ਰੇ ਮਨ ਬੋਹਰਾ ਅਬ ਤੋ ਜਰੇ ਮਰੇ ਸਿਧ ਪਾਈਏ ਲੀਨੋ ਹਾਥ ਰਾਜਪਤਾਨੇ ਦੀ ਇੱਕ ਪਰੰਪਰਾ ਹੈ ਜਦੋਂ ਜਵਾਨ ਅਵਸਥਾ ਦੇ ਵਿੱਚ ਕਿਸੇ ਬੀਬੀ ਦਾ ਪਤੀ ਚੜਾਈ ਕਰ ਜਾਂਦਾ ਤਾਂ ਉਸ ਲਈ ਉਸ ਨੂੰ ਸਤੀ ਹੋਣਾ ਪੈਂਦਾ ਸੀ ਸਤੀ ਹੋਣ ਤੋਂ ਪਹਿਲਾਂ ਉਸ ਦੇ ਪਤੀ ਨੂੰ ਚਿਖਾ ਦੇ ਉੱਪਰ ਰੱਖ ਦਿੱਤਾ ਜਾਂਦਾ ਸੀ ਫਿਰ ਉਸ ਔਰਤ ਨੂੰ ਲਾਲ ਕੱਪੜੇ ਪਵਾਏ ਜਾਂਦੇ ਸੀ ਇੱਕ ਥਾਲੀ ਦਿੱਤੀ ਜਾਂਦੀ ਸੀ ਉਸ ਥਾਲੀ ਦੇ ਵਿੱਚ ਸੰਧੂਰ ਸੱਤ ਚੂੜੀਆਂ ਲਾਲ ਕੱਪੜਾ ਇੱਕ ਨਾਰੀਅਲ ਇਹ ਸ ਚੀਜ਼ਾਂ ਹੁੰਦੀਆਂ ਸੀ ਤੇ ਜਦੋਂ ਉਹ ਸਵੀਕਾਰ ਕਰ ਲੈਂਦੀ ਉਸ ਥਾਲੀ ਨੂੰ ਉਸ ਥਾਲੀ ਨੂੰ ਕਿਹਾ ਜਾਂਦਾ ਸੀ ਸੰਦੋਰਾ ਉਸ ਥਾਲੀ ਨੂੰ ਤੇ ਜਦੋਂ ਉਸ ਸਵੀਕਾਰ ਕਰ ਲੈਂਦੀ ਸੀ ਨਾ ਇਹਦਾ ਭਾਵ ਸੀ ਕਿ ਹੁਣ ਮੈਂ ਆਪਣੇ ਪਤੀ ਦੇ ਕੋਲ ਜਾ ਕੇ ਇਹਦੇ ਨਾਲ ਮੈਂ ਜੀਉਂਦੀ ਹੀ ਸਤੀ ਹੋ ਜਾਵਾਂਗੀ ਬੜਾ ਔਖਾ ਕੰਮ ਸੀ ਉਹ ਸੱਤ ਪ੍ਰਕਰਮਾ ਕਰਦੀ ਸੀ ਆਪਣੇ ਪਤੀ ਦੀ ਚਿਖਾਦੀਆਂ ਔਰ ਜਾ ਕੇ ਚਿਖਾ ਤੇ ਬੈਠਦੀ ਸੀ ਪਤੀ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਦੀ ਸੀ ਚਿਖਾ ਨੂੰ ਅੱਗ ਲਾ ਦਿੱਤੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਮਰਨੇ ਤੇ ਕੀ ਡਰਬਣਾ ਜਬ ਹਾਸ ਸਦੌਰਾ ਉਹਨੂੰ ਥਾਲੀ ਨੂੰ ਕਿਹਾ ਜਾਂਦਾ ਸੀ ਸਦੌਰਾ ਕਿ ਜਦੋਂ ਹੁਣ ਸਦੌਰਾ ਹੱਥ 'ਚ ਫੜ ਹੀ ਲਿਆ ਤੇ ਫਿਰ ਹੁਣ ਮੌਤ ਤੋਂ ਡਰ ਕਾਦਾ ਇਹੀ ਗੱਲ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਐਸੀ ਹੋਏ ਪਰਿਸ ਮਨ ਕੋ ਭਾਵਤ ਕੀਨ ਮਰਨੇ ਤੇ ਕਾ ਡਰਪਨਾ ਜਬ ਹਾਸ ਦਵਰਾ ਲੀਨ ਜਦੋਂ ਲੈ ਹੀ ਲਿਆ ਸਦਵਰਾ ਤੇ ਸੱਚ ਜਾਣਿਓ ਮੈਂ ਸ਼ੁਰੂਆਤ ਚ ਕਿਹਾ ਸੀ ਕਿ ਖਾਲਸਾ ਤੇ ਸ਼ੂਰਮਾ ਸ਼ਬਦ ਦਾ ਇਸਤਰੀ ਲਿੰਗ ਨਹੀਂ ਹੈ ਔਰ ਮੈਰੀਓ ਭੈਣੋ ਇਹ ਕੁਛ ਤੁਹਾਡੇ ਨਾਲ ਵੀ ਬੀਤਿਆ ਸਵਾਲ ਕੀਤਾ ਅਹਿਮਦ ਸ਼ਾਹ ਅਬਦਾਲੀ ਨੇ ਜ਼ਕਰੀਆ ਖਾਨ ਨੂੰ ਕਹਿੰਦਾ ਹੈ ਕੌਣ ਨੇ ਮੈਦਾਨੇ ਜੰਗ ਜੂਜਣ ਵਾਲੇ ਲੋਕ ਇਹ ਕਿਹੜੇ ਸਿੱਖ ਨੇ ਮੈਂ ਮਰਟਿਆਂ ਦਾ ਇੱਕ ਵਾਰੀ ਲੱਕ ਤੋੜਿਆ ਉਸ ਤੋਂ ਬਾਅਦ ਮੇਰੇ ਅੱਗੇ ਸਿਰ ਨਹੀਂ ਚੁੱਕ ਸਕੇ 나ਦਰ ਸ਼ਾਹ ਨੇ ਦਿੱਲੀ ਦੇ ਵਿੱਚ 나ਦਰ ਸ਼ਾਹੀ ਕਤਲੇਆਮ ਕੀਤਾ ਉਸ ਤੋਂ ਬਾਅਦ ਦਿੱਲੀ ਕਿਸੇ ਮੁਗਲ ਦੇ ਅੱਗੇ ਆੜ ਨਹੀਂ ਸਕੇ ਸਾਰਿਆਂ ਦੇ ਵਿੱਚ ਜ਼ੁਰਤ ਸਾਰਿਆਂ ਚ ਦ੍ਰਿੜਤਾ ਬਹਾਦਰੀ ਮੁੱਖ ਚ ਕਿਸੇ ਪਰ ਆਹ ਕੌਣ ਨੇ ਮੈਂ ਹਿੰਦੂਆਂ ਦੀਆਂ ਬੱਚੀਆਂ ਦਿੱਲੀ ਦੇ ਇਲਾਕਿਆਂ ਚ ਲੁੱਟ ਕੇ ਲੈ ਕੇ ਆਉਣਾ ਇਹ ਅਟਕ ਦੇ ਕੰਡੇ ਤੇ ਮੇਰੇ ਕੋ ਖੋਹ ਲਿੰਦੇ ਨੇ ਕਦੀ ਮੇਰੇ ਕੋ ਕਰਮ ਸਿੰਘ ਖੋਹ ਲਿੰਦਾ ਕਦੀ ਚੜ੍ਹ ਸਿੰਘ ਹਮਲਾ ਕਰ ਦਿੰਦਾ ਕਦੀ ਹਰੀ ਸਿੰਘ ਹਮਲਾ ਕਰ ਦਿੰਦਾ ਕਦੀ ਬੁਘੇਲ ਸਿੰਘ ਹਮਲਾ ਕਰ ਲਿੰਦਾ ਇਹ ਕੌਣ ਨੇ ਇਹਨਾਂ ਦਾ ਕੌਣ ਹੈ ਮੁਖੀ ਤੋ ਕਹਿੰਦਾ ਕਾਨ ਨਾ ਕਾਹੂ ਕੀ ਹੈ ਰਾਹ ਗਤ ਸ਼ੈਨਸ਼ਾ ਖੁਦ ਹੀ ਕੋ ਭਾਕਤ ਕਹਿੰਦਾ ਕੀ ਦਸਾਂ ਇਹਨਾਂ ਦਾ ਮੁਖੀ ਕਿਹੜਾ ਇਹ ਸਾਰੇ ਹੀ ਮੁਖੀ ਨੇ ਇਹ ਜਿਹੜਾ ਵੀ ਘੋੜੇ ਤੇ ਚੜ ਜਾਂਦਾ ਹੈ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਜਿਹੜਾ ਵੀ ਘੋੜੇ ਤੇ ਚੜ ਜਾਂਦਾ ਹੈ ਸਮਝਦਾ ਮੈਂ ਕੌਮ ਦਾ ਲੀਡਰ ਹੈ ਮੇਰੀਆਂ ਜ਼ਿੰਮੇਵਾਰੀਆਂ ਨੇ ਤੇ ਕਹਿੰਦਾ ਰਹਿੰਦੇ ਕਿੱਥੇ ਨੇ ਕਹਿੰਦਾ ਜੰਗਲਾਂ ਦੇ ਵਿੱਚ ਕਹਿੰਦਾ ਕੀ ਖਾਂਦੇ ਨੇ ਕਹਿੰਦਾ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ ਕਹਿੰਦਾ ਇਹਨਾਂ ਨੂੰ ਰੋਟੀ ਕੌਣ ਦਿੰਦਾ ਹੈ ਕਹਿੰਦਾ ਮੈਨੂੰ ਇਹ ਤੇ ਨਹੀਂ ਉਹ ਪਤਾ ਰੋਟੀ ਕੌਣ ਦਿੰਦਾ ਹੈ ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਰੋਟੀ ਖਾਂਦੇ ਕਿਵੇਂ ਨੇ ਕਹਿੰਦਾ ਕਿਵੇਂ ਖਾਂਦੇ ਨੇ ਕਹਿੰਦਾ ਕਿ ਜਦੋਂ ਲੰਗਰ ਤਿਆਰ ਕਰਦੇ ਨੇ ਇੱਕ ਸਿੱਖ ਨਗਾਰਾ ਵਜਾਉਂਦਾ ਹੈ ਤੇ ਕੀ ਕਹਿੰਦਾ ਹੈ ਕਹਿੰਦਾ ਹੈ ਕਿ ਉੱਚੀ ਆਵਾਜ਼ ਦੇ ਵਿੱਚ ਇੱਕ ਕਹਿੰਦਾ ਹੈ ਕਹਿੰਦਾ ਹੈ ਕਿ ਉਸ ਵੇਲੇ ਲੰਗਰ ਤਿਆਰ ਕਰਨ ਤੋਂ ਬਾਅਦ ਨਗਾਰਾ ਵਜਾਇਆ ਜਾਂਦਾ ਹੈ ਤੇ ਉੱਚੀ ਆਵਾਜ਼ ਦੇ ਵਿੱਚ ਕਹਾ ਦਿੰਦਾ ਹੈ ਦੇਤ ਆਵਾਜ਼ਾ ਭੁੱਖਾ ਕੋਈ ਆਵੋ ਦੇਗ ਤਿਆਰ ਗੁਰ ਹੋਈ ਜੇ ਕੋਈ ਭੁੱਖਾ ਹੈ ਤੇ ਆ ਕੇ ਛਕ ਲਵੋ ਅਸੀਂ ਗੁਰੂ ਦਾ ਲੰਗਰ ਤਿਆਰ ਕਰ ਦਿੱਤਾ ਹੈ ਅਹਿਮਦ ਸ਼ਾਹ ਬਦਾਲੀ ਕਹਿੰਦਾ ਕਮਲੇ ਨੇ ਜੇ ਕਿਤੇ ਦੁਸ਼ਮਣ ਆ ਕੇ ਛੱਕ ਜਾਵੇ ਕਹਿੰਦਾ ਉਹਨੂੰ ਵੀ ਛਕਾ ਦਿੰਦੇ ਨੇ ਤੇ ਕਹਿੰਦਾ ਜੇ ਦੁਸ਼ਮਣ ਸਾਰਾ ਹੀ ਭਾਜ ਖਾ ਜਾਵੇ ਤੇ ਕਹਿੰਦਾ ਬੱਚੇ ਤੋਂ ਦਾਨਾ ਆਪ ਖਲੇ ਹੈ ਨਹੀਂ ਤਾਂ ਲੰਗਰ ਮਸਤ ਬਤੇ ਹੈ ਦੁਸ਼ਮਣ ਨੂੰ ਵੀ ਖਵਾ ਕੇ ਖੁਸ਼ ਨੇ ਆਪ ਭੁੱਖੇ ਰਹਿ ਕੇ ਵੀ ਖੁਸ਼ ਨੇ ਤੇ ਅਹਿਮਦ ਸ਼ਾਹ ਬਦਾਲੀ ਕਹਿੰਦਾ ਅਜ਼ੀ ਕੌਮ ਬੂ ਬਾਦਸ਼ਾਹੀਏ ਆਮਦ ਫਾਰਸੀ ਦੇਟ ਕਹਿੰਦਾ ਫਿਰ ਇਸ ਕੌਮ ਦੇ ਵਿੱਚੋਂ ਬਾਦਸ਼ਾਹੀ ਦੀ ਬੂਹ ਆਉਂਦੀ ਹੈ ਕਿਉਂ ਨਾ ਇਹਨਾਂ ਨੂੰ ਖਰੀਦਿਆ ਜਾਵੇ ਕਿਉਂ ਨਾ ਖਰੀਦਿਆ ਜਾਵੇ ਇਹਨਾਂ ਨੂੰ ਕਹੋ ਥੋੜਾ ਜਿਹਾ ਨਜ਼ਰਾਨਾ ਦੇ ਦਿਦਮ ਥੋੜੇ ਜਿਵੇਂ ਜਵਾਰ ਮੱਕੀ ਜੋਵ ਬਾਜਰਾ ਕਣਕ ਪੰਜਾਬ ਚ ਉਦੋਂ ਚੌਲ ਨਹੀਂ ਸੀ ਹੋਇਆ ਕਰਦੇ ਇਹ ਚਾਰ ਫਸਲਾਂ ਹੋਇਆ ਕਰਦੀਆਂ ਸੀ ਇਹਨਾਂ ਨੂੰ ਕੋ ਥੋੜਾ ਜਾਂ ਨਜ਼ਰਾਨਾ ਦੇ ਦੇਣ ਤੇ ਇੱਥੇ ਰਾਸ ਕਰ ਲੈਣਾ ਕਿੰਨਾ ਸਸਤਾ ਸੌਦਾ ਹੈ ਕਿੰਨਾ ਸਸਤਾ ਬਹੁਤ ਸਸਤਾ ਸੌਦਾ ਹੈ ਨਾ ਕਿ ਥੋੜੇ ਜਿਵੇਂ ਕਣਕ ਦੇ ਦਿਓ ਥੋੜੀ ਜੀ ਮੱਕੀ ਦੇ ਦਿਓ ਥੋੜੇ ਜਿਵੇਂ ਚਾਵਲ ਜਦੋਂ ਜੋਵ ਦੇ ਦਿਓ ਥੋੜੀ ਜੀ ਜਵਾਰ ਦੇ ਦਿਓ ਕਣਕ ਦੇ ਦਿਓ ਆਪਣੀ ਜਾਨ ਬਚਾਓ ਕਿੰਨਾ ਸਸਤਾ ਸੌਦਾ ਹੈ ਅੱਜ ਦੇ ਵਿਦੇਸ਼ ਚ ਨੌਕਰੀ ਲੈਣੀ ਹੋਵੇ ਕੇਸ ਕਤਲ ਕਰਵਾ ਦਿੰਨੇ ਅੱਜ ਤੇ ਬਾਹਰ ਦਾ ਵੀਜ਼ਾ ਲੱਗਦਾ ਸਾਡੇ ਬੱਚੇ ਪਹਿਲਾਂ ਹੀ ਕੇਸ ਕਤਲ ਕਰਾ ਦਿੰਦੇ ਕਿੰਨਾ ਸਸਤਾ ਸੌਦਾ ਥੋੜੀ ਜੀ ਕਣਕ ਦੇ ਦਿਓ ਤੇ ਆਪਣੀ ਜ਼ਿੰਦਗੀ ਜਿਉ ਰਾਜ ਵੀ ਲੈ ਲਓ ਤੇ ਜਦੋਂ ਇਹ ਕਾਸਿਦ ਉਸ ਦਾ ਮਸੈਂਜਰ ਸਿੱਖਾਂ ਦੇ ਕੋਲ ਇਹ ਸੁਨੇਹਾ ਲੈ ਕੇ ਪਹੁੰਚਿਆ ਨਾ ਬਦਾਲੀ ਦਾ ਤੇ ਸਿੱਖ ਇਕੱਠੇ ਹੋਏ ਨੇ ਸਰਦਾਰ ਕਰਮ ਸਿੰਘ ਬਾਬਾ ਦੀਪ ਸਿੰਘ ਜੀ ਸ਼ਹੀਦ ਸਰਦਾਰ ਹਰੀ ਸਿੰਘ ਹੁਣੀ ਉਸ ਤੋਂ ਇਲਾਵਾ ਸਰਦਾਰ ਚੜ੍ਹ ਸਿੰਘ ਤੇ ਸਰਦਾਰ ਮੀਵਾ ਸਿੰਘ ਸਾਰੇ ਸਿੱਖਾਂ ਨੇ ਸਲਾਹ ਕਰਕੇ ਅਹਿਮਦ ਸ਼ਾਹ ਅਬਦਾਲੀ ਦੇ ਉਸ ਕਾਸਿਦ ਨੂੰ ਉਸ ਮੈਸੈਂਜਰ ਨੂੰ ਜਿਹੜਾ ਸੁਨੇਹਾ ਦਿੱਤਾ ਸਰਦਾਰ ਸੂਰਜ ਸਿੰਘ ਸਿੰਘ ਲਈ ਸੀਤਲ ਲਿਖਦੇ ਨੇ ਕਹਿੰਦੇ ਨੇ ਸਿੱਖਾਂ ਨੇ ਆਪਣਾ ਸੁਨੇਹਾ ਦਿੱਤਾ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਨੂੰ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੀਗ ਉਠਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਗੱਲ ਬੰਨੇ ਲਾ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ ਪਰ ਸ਼ੇਰ ਨਾਲ ਜਿਉਂਦੇ ਸੀਤਲਾ ਨਕਨੱਥ ਪਵਾ ਕੇ ਅਸੀਂ ਉਹ ਸ਼ੇਰ ਨਹੀਂ ਹਾਂ ਮਾਫ ਕਰਨਾ ਅੱਜ ਅਸੀਂ ਉਹ ਬਣ ਗਏ ਆਂ ਅੱਜ ਬਣ ਗਏ ਵਸਤੇ ਸਾਡੇ ਨੱਕ ਚ ਨੱਥਾ ਕੰਨਾਂ ਚ ਵਾਲੀਆਂ ਅੱਜ ਤੇ ਸਿੱਖ ਨੌਜਵਾਨਾਂ ਦੇ ਕੰਨਾਂ ਚ ਬੜਾ ਕੁਝ ਹੋ ਗਿਆ ਅੱਜ ਤੇ ਅਸੀਂ ਸਰਕਸ ਦੇ ਸ਼ੇਰ ਬਣ ਗਏ ਉਦੋਂ ਨਹੀਂ ਸੀ ਬਣਿਆ ਖੈਰ ਜਦੋਂ ਮੀਰ ਮੰਨੂ ਦਾ ਸਮਾਂ ਆ ਤੇ ਮੀਰ ਮੰਨੂ ਦੇ ਸਾਹਮਣੇ ਵੀ ਇਹ ਸਵਾਲ ਹੈ ਕਹਿੰਦਾ ਇਹਨਾਂ ਨੂੰ ਰੋਟੀ ਕੌਣ ਪਚਾਉਂਦਾ ਹੈ ਜੰਗਲਾਂ ਚ ਰਹਿੰਦੇ ਨੇ ਇੰਨੀ ਬੁਰੀ ਹਾਲਾਤ ਇਹਨਾਂ ਨੂੰ ਰੋਟੀ ਕੌਣ ਪਚਾਉਂਦਾ ਕਿਸੇ ਨੇ ਦੱਸਿਆ ਕਿ ਇਹਨਾਂ ਦੀਆਂ ਜਿਹੜੀਆਂ ਘਰਾਂ ਚ ਬੀਬੀਆਂ ਨੇ ਉਹ ਸਾਰਾ ਦਿਨ ਚੱਕੀ ਪੀਸਦੀਆਂ ਨੇ ਤੇ ਇਹਨਾਂ ਦੇ ਵਾਸਤੇ ਪ੍ਰਸ਼ਾਦੇ ਤਿਆਰ ਕਰਕੇ ਜੰਗਲਾਂ ਚ ਦੇ ਕੇ ਆਉਂਦੀਆਂ ਨੇ ਉਨੇ ਕਾ ਪਿੰਡਾਂ ਦੇ ਵਿੱਚੋਂ ਬੀਬੀਆਂ ਨੂੰ ਗਵਸਤਾਰ ਕਰ ਲਿਓ ਇੱਕ ਤਸੀਹਹਾ ਦਿੱਤਾ ਗਿਆ ਉਸ ਸਮੇਂ ਉਹ ਤਸੀਹਹਾ ਜ਼ਾਹੀਆ ਖਾਨ ਦੇ ਸਮੇਂ ਵੀ ਦਿੱਤਾ ਗਿਆ ਸੀ ਜਕਰੀਆ ਖਾਨ ਦੇ ਬੇਟੇ ਦੇ ਸਮੇਂ ਜਿਹੜੇ ਸਿੱਖਾਂ ਦੇ 11 ਸਾਲ ਤੋਂ 14 ਸਾਲ ਦੇ ਬੱਚੇ ਸੀ ਉਹਨਾਂ ਦੇ ਸਿਰਾਂ ਦੇ ਵਿੱਚ ਕਿੱਲ ਠੋਕ ਠੋਕ ਕੇ ਸ਼ਹੀਦ ਕੀਤਾ ਜਾਂਦਾ ਸੀ ਇਸ ਦਾ ਜ਼ਿਕਰ ਖੁਸ਼ਵਕਤ رائے ਕਰਦਾ ਹੈ ਸਿੱਖਾਂ ਦੇ ਜਿਹੜੇ ਨੌਜਵਾਨ ਹੋ ਰਹੇ ਬੱਚੇ ਸੀ ਉਹਨਾਂ ਦੇ ਸਿਰਾਂ ਦੇ ਵਿੱਚ ਲੱਕੜੀ ਦੇ ਜਾਂ ਲੋਹੇ ਦੇ ਕਿੱਲ ਠੋਕ ਠੋਕ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਸੀ ਬੀਬੀ ਨੂੰ ਗ੍ਰਫਤਾਰ ਕੀਤਾ ਗਿਆ ਗ੍ਰਫਤਾਰ ਕਰਕੇ ਉਦੋਂ ਘੋੜਿਆਂ ਦੀ ਮੰਡੀ ਲਾਹੌਰ ਦੇ ਵਿੱਚ ਲੱਗਦੀ ਹੁੰਦੀ ਸੀ ਨਖਾਸ ਚੌਂਕ ਉੱਥੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੀਆਂ ਤੇ ਹੁਣ ਮੀਰ ਮੰਨੂ ਤਾਂ ਹੁਕਮ ਹੈ ਕਿ ਇਹ ਜਿਹੜੇ ਸਿੱਖ ਮੈਦਾਨੇ ਜੰਗ ਦੇ ਵਿੱਚ ਜੰਗਲਾਂ 'ਚ ਜੂਜਦੇ ਨੇ ਉਹਨਾਂ ਦੇ ਵਾਸਤੇ ਰੋਟੀ ਤਿਆਰ ਕਰਦੀਆਂ ਸੀ ਹੁਣ ਮੇਰੀ ਫੌਜ ਦੇ ਵਾਸਤੇ ਆਟਾ ਤਿਆਰ ਕਰਨੀ ਗਿਆ ਸਵਾ ਮਣ 20 ਕਿਲੋ 20 ਕਿਲੋ ਕਣਕ ਹਰ ਬੀਬੀ ਨੂੰ ਦੇ ਦਿੱਤੀ ਗਈ ਕਿ ਤੂੰ ਸਾਰਾ ਦਿਨ ਪੀਸਣੀ ਹੈ ਤੇ ਸਾਰਾ ਦਿਨ 20 ਕਿਲੋ ਕਣਕ ਪੀਸਣ ਤੋਂ ਬਾਅਦ ਰਾਤ ਨੂੰ ਦਿੱਤਾ ਕੀ ਜਾਂਦਾ ਹੈ ਅੱਧੀ ਰੋਟੀ ਖਾਣ ਨੂੰ ਤੇ ਅੱਧਾ ਪਿਆਲਾ ਪਾਣੀ ਦਾ ਮੇਰੀਓ ਭੈਣੋ ਇਹ ਗੱਲਾਂ ਮੈਂ ਤੁਹਾਨੂੰ ਮੁਖਾਤਬ ਹੋ ਕੇ ਕਹਿ ਰਿਹਾ ਕਿਉਂਕਿ ਖਾਲਸਾ ਤੇ ਸੂਰਮਾ ਸ਼ਬਦ ਤੁਹਾਡੇ ਵਾਸਤੇ ਵੀ ਓਨਾ ਹੀ ਅਹਿਮ ਹੈ ਜਿੰਨਾ ਵੀਰਾਂ ਦੇ ਵਾਸਤੇ ਬਿਲਕੁਲ ਓਨਾ ਅਹਿਮ ਹੈ ਮੈਂ ਤੁਹਾਨੂੰ ਮੁਖਾਤਬ ਹੋ ਕੇ ਇਸ ਕਰਕੇ ਕਹਿ ਰਿਹਾ ਕਿ ਉਸ ਸਮੇਂ ਸਾਰਾ ਦਿਨ ਚੱਕੀ ਪੀਸਣੀ ਤੇ ਰਾਤ ਨੂੰ ਪੀਣ ਦੇ ਵਾਸਤੇ ਅੱਧਾ ਪਿਆਲਾ ਪਾਣੀ ਦਾ ਮਿਲਣਾ ਫੇਰ ਵੀ ਸਿਮਰਨ ਕਰਨਾ ਅੱਜ ਸਾਡੇ ਕੋਲ ਸਭ ਕੁਝ ਹੈ ਘਰਾਂ 'ਚ ਏਸੀ ਨੇ ਸਿਮਰਨ ਤਾਂ ਫੇਰ ਦੂਰ ਕਿਉਂ ਹੁੰਦੇ ਜਾ ਰਹੇ ਅੱਜ ਸਾਡੀ ਗੋਦ 'ਚੋਂ ਸਿੱਖੀ ਕਿਉਂ ਜਾ ਰਹੀ ਹੈ ਅੱਜ ਪਰਿਵਾਰਾਂ ਚੋਂ ਸਿੱਖੀ ਕਿਉਂ ਜਾ ਰਹੀ ਐ ਉਹਨਾਂ ਸਮਿਆਂ ਚ ਯਾਦ ਰਹੀ ਸਿੱਖੀ ਉਹਨਾਂ ਸਮਿਆਂ ਚ ਜੀਉਂਦੀ ਰਹੀ ਸਿੱਖੀ ਜਦੋਂ ਸਾਰਾ ਦਿਨ ਪੀਸਣ ਪੀਸਣੇ ਤੇ ਰਾਤ ਨੂੰ ਅੱਧਾ ਪਿਆਲਾ ਪਾਣੀ ਦਾ ਅੱਧੀ ਰੋਟੀ ਮਿਲਣੀ ਤੇ ਉਹ ਵੀ ਤਿੰਨ ਤਿੰਨ ਚਾਰ ਚਾਰ ਸਾਲ ਦੇ ਭੁੱਖੇ ਬੱਚਿਆਂ ਨੂੰ ਖਵਾ ਕੇ ਮਾਂ ਨੇ ਭੁੱਖੀ ਰਹਿਣਾ ਤੇ ਫਿਰ ਕਰਨਾ ਕੀ ਉਸ ਵੇਲੇ ਅਬਦੁਲ ਹੱਕ ਉਹਦਾ ਕਾਜ਼ੀ ਸੀ ਉਸ ਨੂੰ ਮੀਰ ਮੰਨੂ ਪੁੱਛਦਾ ਬੀਬੀਆਂ ਕਰਦੀਆਂ ਕੀ ਨੇ ਕਹਿੰਦਾ ਬਾਦਸ਼ਾਹ ਸਲਾਮਤ ਸਾਰਾ ਦਿਨ ਚੱਕੀ ਪੀਸਤੀਆਂ ਨੇ ਜਿਹੜੀ ਇਹਨਾਂ ਨੂੰ ਰੋਟੀ ਦਿੱਤੀ ਜਾਂਦੀ ਉਹ ਵੀ ਬੱਚਿਆਂ ਨੂੰ ਖਵਾ ਦਿੰਦੀਆਂ ਨੇ ਤੇ ਕਹਿੰਦਾ ਫਿਰ ਕਹਿੰਦਾ ਰਾਤ ਨੂੰ ਇਕੱਠੀਆਂ ਹੋ ਕੇ ਆਪਣੇ ਖੁਦਾ ਦੀ ਕਲਾਮ ਪੜ੍ਹਦੀਆਂ ਨੇ ਰਹਿਰਾਸ ਸਵਦਰ ਕਹਿੰਦਾ ਰਾਤ ਨੂੰ ਇਕੱਠੀਆਂ ਹੋ ਕੇ ਰਹਿਰਾਸ ਕਰਦੀਆਂ ਤੇ ਫਿਰ ਅਰਦਾਸ ਪਤਾ ਕੀ ਕਰਦੀਆਂ ਨੇ ਆ ਅਕਾਲ ਪੁਰਖ ਵਾਹਿਗੁਰੂ ਤੇਰੇ ਬਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਤੇ ਚਾਰ ਪੈਰ ਰਾਤ ਸੁੱਖ ਦੀ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਕਹਿੰਦਾ ਜਿਹੜੀਆਂ ਬੀਬੀਆਂ ਗਰਭਵਤੀ ਨੇ ਪ੍ਰੈਗਨੈਂਟ ਨੇ ਇਨਾ ਦੇ ਸਵੇਰੇ ਗਰਭ ਘਰਾ ਦਿੱਤੇ ਜਾਂ ਦਿਨ ਚੜਿਆ ਕੁਛ ਗਰਭવતી ਬੀਬੀਆਂ ਨੂੰ ਖਾਸ ਚੌਂਗ ਦੇ ਵਿੱਚ ਲਟਾਇਆ ਗਿਆ ਪੇਟ ਦੇ ਉੱਪਰ ਪੱਥਰ ਰੱਖ ਕੇ ਉੱਪਰ ਹਥੌੜੇ ਮਾਰ ਦਿੱਤੇ ਗਏ ਬੱਚਿਆਂ ਦੀ ਕੁੱਖ ਦੇ ਵਿੱਚ ਮੌਤ ਹੋਈ ਜ਼ਮੀਨ ਖੂਨ ਦੇ ਨਾਲ ਲਾਲ ਹੋ ਗਈ ਮਾਂ ਦੀ ਦਸ਼ਾ ਕੀ ਹੋਵੇਗੀ ਜਿਹਦੀ ਕੁੱਖ ਦੇ ਵਿੱਚ ਬੱਚਾ ਨੂੰ ਕਤਲ ਕਰ ਦਿੱਤਾ ਗਿਆ ਪਰ ਕੁਝ ਬੀਬੀਆਂ ਵੀ ਸ਼ਹੀਦ ਹੋਈਆਂ ਕੁਝ ਬੱਚੀਆਂ ਰਾਤ ਨੂੰ ਫਿਰ ਉਹੀ ਅਰਦਾਸ ਹੈ ਕਿ ਚਾਰ ਪੈਰ ਦਿਨ ਤੇਰੇ ਬਾਣੇ ਅੰਦਰ ਸੁੱਖ ਦਾ ਬਤੀਤ ਹੋਇਆ ਚਾਰ ਪੈਰ ਰਹਿਣ ਸੁੱਖ ਦੀ ਤੇ ਫਿਰ ਬੱਚੇ ਕਤਲ ਹੋਏ ਨੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਮੀਰ ਮੰਨੂ ਕਹਿੰਦਾ ਜਿਹੜੇ ਬੱਚੇ ਰਹਿ ਗਏ ਨੇ ਕੱਲ ਇਹਨਾਂ ਨੂੰ ਵੀ ਟੁਕੜੇ ਟੁਕੜੇ ਕਰ ਦਿਓ ਤੀਸਰਾ ਦਿਨ ਚੜਿਆ ਮਾਂ ਦੀ ਗੋਦੀ ਦੇ ਵਿੱਚੋਂ ਬੱਚਾ ਫੜਿਆ ਜਾਂਦਾ ਹੈ ਸਾਹਮਣੇ ਲੱਕੜੀ ਦੇ ਉੱਪਰ ਰੱਖ ਕੇ ਬੱਚੇ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ ਜ਼ਲਾਦ ਉਹ ਟੁਕੜੇ ਆਪਣੇ ਹੱਥਾਂ ਤੇ ਚੁੱਕਦਾ ਤੇ ਮਾਂ ਦੀ ਗੋਦ 'ਚ ਪਾ ਦਿੰਦਾ ਹੈ ਮਾਂ ਦੀ ਗੋਦ ਚੋਂ ਪੁੱਤ ਨੂੰ ਚੁੱਕਿਆ ਤੇ ਪੁੱਤ ਦੇ ਟੁਕੜੇ ਪਾ ਦਿੱਤੇ ਉਹਦੀ ਗੋਦ ਜਿਹੜੀ ਖੂਨ ਦੇ ਨਾਲ ਲਾਲ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਦੀ ਚੱਕੀ ਪੀਸ ਰਹੀ ਹੈ ਤੇ ਗੋਦ ਦੇ ਵਿੱਚ ਪੁੱਤਰ ਦੇ ਟੁਕੜੇ ਨੇ ਬਹੁਤ ਸੋਹਣਾ ਲਿਖਦੇ ਨੇ ਕਹਿੰਦੇ ਨੇ ਉੱਚਾ ਸੁੱਟ ਕੇ ਬੋਛ ਦੇ ਨੇਜਿਆਂ ਤੇ ਪੋਰਾ ਫੇਰ ਵੀ ਨਹੀਂ ਕਬਰਾਂਉਂਦੀਆਂ ਨੇ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਟੁਕੜੇ ਝੋਲੀ ਪਾਉਂਦੀਆਂ ਨੇ ਜ਼ਿਗਰ ਦੇ ਟੁਕੜੇ ਝੋਲੀਆਂ ਦੇ ਵਿੱਚ ਚੱਕੀ ਫੇਰ ਵੀ ਪੀਸੀ ਜਾ ਰਹੀ ਹੈ ਕਹਿੰਦਾ ਇੱਕ ਜ਼ਲਾਦ ਨੇ ਇੱਕ ਬੱਚੇ ਨੂੰ ਡੇਢ ਕਿ ਮਹੀਨੇ ਦੇ ਬੱਚੇ ਨੂੰ ਲੱਤ ਤੋਂ ਚੁੱਕਿਆ ਤੇ ਹਵਾ 'ਚ ਛਾਲ ਦਿੱਤਾ ਜਦੋਂ ਹਵਾ ਦੇ ਵਿੱਚ ਛਾਲਿਆ ਥੱਲੇ ਨੇਜਾ ਕਰ ਦਿੱਤਾ ਬੱਚਾ ਨੇਜੇ ਦੇ ਵਿੱਚ ਪੁਰਿਆ ਗਿਆ ਇੱਕ ਚੀਕ ਆਈ ਬੱਚਾ ਸ਼ਹੀਦ ਹੋ ਗਿਆ ਤੇ ਉਸ ਵੇਲੇ ਉਹ ਕਵੀ ਲਿਖਦਾ ਕਹਿੰਦਾ ਮੈਨੂੰ ਇੰਜ ਲੱਗਾ ਕਹਿੰਦਾ ਮੈਨੂੰ ਇੰਜ ਲੱਗਾ ਕਿ ਮਾਂ ਦੀ ਆਤਮਾ ਦੇ ਵਿੱਚੋਂ ਇੱਕ ਆਵਾਜ਼ ਆ ਰਹੀ ਹੋਵੇ ਜਿਹੜਾ ਬੱਚਾ ਸੂਲੀ ਤੇ ਟੰਗਿਆ ਸ਼ਹੀਦ ਹੋਇਆ ਸੀ ਕਹਿੰਦਾ ਮੈਨੂੰ ਇੰਜ ਲੱਗਾ ਮਾਂ ਦੀ ਆਤਮਾ ਚ ਆਵਾਜ਼ ਆ ਰਹੀ ਹੋਵੇ ਖੂਨ ਨਾਲ ਲਥਪਥ ਸੂਲੀ ਟੰਗੇ ਪੁੱਤਰ ਨੂੰ ਪੁੱਛਦੀ ਫਿਰੇ ਇੱਕ ਮਾਈ ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ ਤੂੰ ਤੇ ਮੇਰੀ ਗੋਦ ਚ ਨਹੀਂ ਸੀ ਸੌ ਰਿਆ ਹੁਣ ਸੂਲੀ ਤੇ ਕਿਉਂ ਸੌ ਗਿਆ ਤੇ ਕਹਿੰਦਾ ਮੈਨੂੰ ਇੰਜ ਲੱਗਾ ਪੁੱਤਰ ਦੀ ਆਤਮਾ ਚ ਆਵਾਜ਼ ਆ ਰਹੀ ਹੋਵੇ ਸੁੱਤਿਆਂ ਨੂੰ ਸਾਨੂੰ ਨਾ ਜਗਾਈ ਨੀ ਅੰਮੀ ਹੱਸ ਕੇ ਸ਼ਹੀਦੀ ਅਸਾਂ ਪਾਈ ਇਹ ਵਿਰਸਾ ਕਿੱਥੋਂ ਲੌਗਿਆ ਇਸ ਹਾਤਾਂ ਦਾ ਵਿਰਸਾ ਕਦੋਂ ਆਵੇਗਾ ਸਾਡੀ ਗੋਦਾਂ ਦੇ ਵਿੱਚ ਇਸ ਵਿਰਸੇ ਨੂੰ ਕਿਵੇਂ ਭਲਾਵਾ ਗਿਆ ਜ਼ਿੰਦਗੀ ਦੇ ਵਿੱਚ ਕਿਉਂ ਭਲਾਉਂਦੇ ਜਾ ਰਹੇ ਆ ਸੱਚ ਜਾਣੀ ਉਹ ਸਾਡੀਆਂ ਹੀ ਵਡੇਰੀਆਂ ਸੀ ਸਾਨੂੰ ਉਹਨਾਂ ਨੇ ਜਨਮ ਦਿੱਤਾ ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਵੀ ਸਿੱਖੀ ਕਾਇਮ ਰੱਖੀ ਤੇ ਮaaf ਕਰਨਾ ਅੱਜ ਸਿੱਖੀ ਏਸੀ ਕਮਰਿਆਂ 'ਚੋਂ ਖਤਮ ਹੁੰਦੀ ਜਾ ਰਹੀ ਹੈ ਅੱਜ ਸਾਨੂੰ ਹਰ ਸੀਰੀਅਲ ਦਾ ਚੇਤਾ ਹੈ ਅੱਜ ਸਾਨੂੰ ਟੈਲੀਵਿਜ਼ਨ ਦੇ ਹਰ ਉਸ ਪ੍ਰੋਗਰਾਮ ਦਾ ਚੇਤਾ ਹੈ ਜਿਹੜਾ ਅਸੀਂ ਵੇਖਣਾ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਸਿੱਖੀ ਉੱਡਦੀ ਜਾ ਰਹੀ ਹੈ ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਐਵੇਂ ਦੀ ਸਿੱਖੀ ਦਿੱਤੀ ਜਿਹਦੇ ਬਾਰੇ ਅਗਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਸੀਗਾ ਕਿ ਜਿੰਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰਹੇ ਕਲਗੀਧਰ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ ਸਿੱਖ ਮੈਦਾਨੇ ਜੰਗ ਜਿੱਤ ਕੇ ਆਏ ਨੇ ਬੜੀ ਖੁਸ਼ੀ ਬੜੀ ਖੁਸ਼ੀ ਦੇ ਨਾਲ ਜਿੱਤ ਕੇ ਆਏ ਸਾਹਮਣੇ ਲਿਆ ਕੇ ਕਪਾਲ ਕੀ ਰੱਖ ਦਿੱਤੀ ਪਾਤਸ਼ਾਹ ਪੁੱਛਦੇ ਨੇ ਪਾਲਕੀ 'ਚ ਕੌਣ ਹੈ ਇੱਕ ਸਿੱਖ ਕਹਿੰਦਾ ਪਾਤਸ਼ਾਹ ਜਿੰਨਾ ਮੁਸਲਮਾਨਾਂ ਦੇ ਨਾਲ ਅਸੀਂ ਲੜ ਰਹੇ ਸੀ ਨਾ ਉਹਨਾਂ ਦੀ ਇੱਕ ਬੱਚੀ ਸਾਡੇ ਹੱਥ ਲੱਗੀ ਹੈ ਤੇ ਅਸੀਂ ਫੜ ਕੇ ਲੈ ਆ ਤੇ ਪਾਤਸ਼ਾਹ ਕਹਿੰਦੇ ਨੇ ਬੱਚੀ ਨੂੰ ਵਾਪਸ ਕਰਕੇ ਆਓ ਤੇ ਸਿੱਖ ਕਹਿੰਦੇ ਨੇ ਪੰਥ ਪ੍ਰਕਾਸ਼ ਦੇ ਸ਼ਬਦ ਨੇ ਸਗਲ ਤੁਰਕ ਭੋਗੇ ਹਿੰਦਵਾਣੀ ਪਾਤਸ਼ਾਹ ਕਿਵੇਂ ਦੀ ਗੱਲ ਕਰਦੇ ਹੋ ਇੰਨੀ ਸੋਹਣੀ ਲੜਕੀ ਹੈ ਮੈਦਾਨੇ ਜੰਗ ਦੇ ਵਿੱਚ ਜਦੋਂ ਸਾਡੇ ਸਿੱਖ ਸ਼ਹੀਦ ਹੋ ਜਾਂਦੇ ਨੇ ਤੇ ਸਾਡੀਆਂ ਬੱਚੀਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਜੇ ਅਸੀਂ ਚੁੱਕ ਕੇ ਲਿਆਏ ਤੇ ਕੀ ਹੋਇਆ ਤੇ ਮੇਰੇ ਪਾਤਸ਼ਾਹ ਨੇ ਕਿਹਾ ਤੱਬ ਸਤਗੁਰ ਬੋਲੇ ਇਕ ਬੇਰੇ ਹਮ ਲੈ ਜਾਨੋ ਪੰਥੁ ਚੇਰੇ ਅਸੀਂ ਇਹ ਨਹੀਂ ਕਰਾਂਗੇ ਅਸੀਂ ਦੁਸ਼ਮਣ ਦੀ ਬੇਟੀ ਨੂੰ ਵੀ ਆਪਣੀ ਬੇਟੀ ਸਮਝਾਂਗੇ ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਦਾ ਜਵਾਈ ਸੀ 나서 Khan ਤੇ ਜਦੋਂ 나서 Khan ਹਿੰਦੁਸਤਾਨ ਆਇਆ ਆਪਣੇ ਸਹੁਰੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਤੇ ਆਪਣੇ ਇੱਕ ਟੀਚਰ ਨੂੰ ਲੈ ਕੇ ਆਇਆ ਕਾਜ਼ੀ ਨੂਰ ਮੁਹੰਮਦ ਨੂੰ ਕਾਬਲ ਤੋਂ 16 ਕੋ ਦੂਰ ਹੈ ਪਿੰਡ ਕਲਾਤ ਕਲਾਤ ਦਾ ਰਹਿਣ ਵਾਲਾ ਸੀ ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੀਆਂ ਤੇ ਮੁਸਲਮਾਨਾਂ ਦੀਆਂ ਲੜਾਈਆਂ ਵੇਖੀਆਂ ਨੇ ਉਹਨਾਂ ਲੜਾਈਆਂ ਵੇਖਣ ਤੋਂ ਬਾਅਦ ਉਸਨੇ ਇੱਕ ਕਿਤਾਬ ਲਿਖੀ ਫਾਰਸੀ ਦੀ ਜ਼ੰਗਨਾਮਾ ਕਾਜ਼ੀ ਨੂਰ ਮੁਹੰਮਦ ਉਸ ਜ਼ੰਗਨਾਮੇ ਚ ਸਾਰੇ ਆਪਣੀ ਰਚਨਾ ਚ ਸਿੱਖਾਂ ਨੂੰ ਕੁੱਤੇ ਲਿਖਦਾ ਹਰ ਜਗ੍ਹਾ ਤੇ ਕੁੱ ਅਖੀਰ ਤੇ ਜਾ ਕੇ ਇੱਕ ਸ਼ਬਦ ਲਿਖਦਾ ਹੈ ਕਹਿੰਦਾ ਸਗਾਰਾ ਮਗੋਸ ਕੇ ਹਸਤੰਦ ਸ਼ੇਰ ਕਹਿੰਦਾ ਮੈਂ ਸਿੱਖਾਂ ਨੂੰ ਕੁੱਤੇ ਕਹਿੰਦਾ ਕਿਉਂਕਿ ਮੈਂ ਮੁਸਲਮਾਨ ਆ ਉਹ ਮੇਰੇ ਦੁਸ਼ਮਣ ਨੇ ਮੈਂ ਨਫ਼ਰਤ ਕਰਦਾ ਕਹਿੰਦਾ ਨਫ਼ਰਤ ਕਰਕੇ ਮੈਂ ਸਿੱਖਾਂ ਨੂੰ ਕੁੱਤੇ ਲਿਖਦਾ ਸਗਾਰਾ ਮਗੋਸ ਕੇ ਹਸਤੰਦ ਸ਼ੇਰ ਪਰ ਕਹਿੰਦਾ ਅਸਲੀਅਤ ਕੀ ਆ ਬਾਮਾਦਾਨੇ ਮਰਦਾਂ ਚੋ ਸ਼ੇਰਾਂ ਦੇਲੇਰ ਮੈਦਾਨੇ ਜੰਗ ਚੋ ਸ਼ੇਰਾਂ ਤੋਂ ਵੀ ਕਿਤੇ ਦਲੇਰ ਨੇ ਪਰ ਉਹਨਾਂ ਦੀ ਦਲੇਰੀ ਦਾ ਰਾਜ ਪਤਾ ਕੀ ਆ ਕਿ ਜਨਗਰ ਜਮਾਂ ਅਸਤ ਵਾਂ ਅਸਤ ਪੀਰ ਬਗੋ ਸੰਗ ਬੁੜੀਆ ਬਰੋ ਗੋਸ਼ਾਗਿਰ ਕਹਿੰਦਾ ਜਦੋਂ ਮੈਦਾਨੇ ਜੰਗ ਦੇ ਚ ਲੜਦੇ ਨੇ ਨਾ ਤੇ ਜਦੋਂ ਜਿੱਤਦੇ ਨੇ ਤੇ ਇਹਨਾਂ ਦੇ ਹੱਥ ਦੁਸ਼ਮਣ ਦੀ ਬੱਚੀ ਆ ਜਾਵੇ ਭੈਣ ਆ ਜਾਵੇ ਔਰਤ ਆ ਜਾਵੇ ਹਮ ਉਮਰ ਆ ਜਾਵੇ ਵਢੇਰੀ ਆ ਜਾਵੇ ਉਹਨੂੰ ਬੀਬੀ ਜੀ ਕਹਿ ਕੇ ਉਹਦੇ ਤੇ ਵਾਰ ਨਹੀਂ ਕਰਦੇ ਉਹਦੀ ਇੱਜ਼ਤ ਨਹੀਂ ਲੁੱਟਦੇ ਕਿ ਜਨਗਰ ਜਵਾ ਅਸਤ ਵਾ ਅਸਤ ਪੀਰ ਬਗੋ ਸੰਗ ਬੁੜੀਆ ਬਰੋ ਗੋ ਸਾਗੀਰ ਇਹ ਸਿੱਖੀ ਦਾ ਕਰੈਕਟਰ ਹੈ ਔਰ ਸੱਚ ਜਾਣਿਓ ਕਲਗੀਧਰ ਪਾਤਸ਼ਾਹ ਨੇ ਜਿਹੜਾ ਸਿੱਖ ਨੂੰ ਇਸ ਕਰੈਕਟਰ ਦਾ ਗੁਣ ਬਖਸ਼ਿਆ ਨਾ ਕਿ ਪਰ ਨਾਰੀ ਕੀ ਸੇਜ ਭੂਲ ਸੁਪਨੇਨ ਹੈ ਗੁਰੂ ਪਾਤਸ਼ਾਹ ਦੇ ਸਿੱਖਾਂ ਨੇ ਕਰਕੇ ਵਿਖਾਇਆ ਉਸਨੂੰ ਜਿਸ ਵਲੇ ਹਰੀ ਸਿੰਘ ਨਲੂਵੇ ਨੇ ਦਰਿਆ ਖੈਬਰ ਨੂੰ ਫਤਿਹ ਕੀਤਾ ਅੱਜ ਕਿਉਂ ਆਸਟ੍ਰੇਲੀਆ ਦੀਆਂ ਖ਼ਬਰਾਂ ਚ ਆ ਰਿਹਾ ਕਿ ਦੁਨੀਆਂ ਦਾ ਪਹਿਲਾ ਜਰਨੈਲ ਹਰੀ ਸਿੰਘ ਨਲੂਆ ਜਿਸ ਤੇ ਮਾਣ ਕੀਤਾ ਜਾ ਸਕਦਾ ਹੈ ਕਿਉਂ ਕੀਤਾ ਜਾ ਰਿਹਾ ਕਿਉਂ ਕਿਉਂਕਿ ਜਿਸ ਇਲਾਕੇ ਨੂੰ ਹਰੀ ਸਿੰਘ ਨਲੂਵੇ ਨੇ ਫਤਿਹ ਕੀਤਾ ਅੱਜ ਅਮਰੀਕਾ ਦੀ ਫੌਜ ਵੀ ਉਹਨੂੰ ਪਾਇਲਟਲੈਸ ਪਲੇਨ ਡਰੋਨ ਦੇ ਨਾਲ ਫਤਿਹ ਕਰ ਰਹੀ ਹੈ ਨਹੀਂ ਫਤਿਹ ਹੋ ਰਿਹਾ ਹਰੀ ਸਿੰਘ ਨਲੂਵੇ ਨੇ ਇਹਨਾਂ ਪੰਜ ਦਰਿਆਵਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਦਰਿਆ ਦਰਿਆ ਖੈਬਰ ਨੂੰ ਫਤਿਹ ਕੀਤਾ ਉਸ ਵਲੇ ਦਰਿਆ ਖੈਬਰ ਦਾ ਜਿਹੜਾ ਮਾਲਕ ਫੌਜਦਾਰ ਸੀ ਨਾਸਰ ਖਾਨ ਸੀ ناصر خان ਆਪਣੇ بیٹے ਗੁਲਫਾਮ ਖਾਨ ਨੂੰ ਕਹਿੰਦਾ ਗੁਲਫਾਮ ਜਲਦੀ ਭਾਗ ਚਲੋ ਕਹਿੰਦਾ ਅੱਬਾ ਜਨ ਕੀ ਗੱਲ ਹੋ ਗਈ ਹੈ ਕਹਿੰਦਾ ਹਰੀਆ ਆ ਗਿਆ ਹਰੀ ਸਿੰਘ ਆ ਗਿਆ ਚਲ ਛੇਤੀ ਭੱਜ ਚਲੀਏ ਗੁਲਫਾਮ ਭੱਜਦਾ ਆਪਣਾ ਸਮਾਨ ਬੰਨ ਰਿਹਾ ਤੇ ਆਪਣੀ ਮੰਗੇਤਰ ਬਾਨੋ ਦੇ ਘਰ ਗਿਆ ਬਾਨੋ ਖਾਨ ਉਸਦੀ ਮੰਗੇਤਰ ਸੀ ਬੜੀ ਸੁੰਦਰਔਰਤ ਸੀ ਉਹਦੇ ਘਰ ਗਿਆ ਕਹਿੰਦਾ ਬਾਨੋ ਅੱਬਾ ਹਜ਼ੂਰ ਦਾ ਹੁਕਮ ਹੈ ਇਸ ਸ਼ਹਿਰ ਕੋ ਛੋੜ ਕੇ ਜਾਣਾ ਪਵੇਗਾ ਇਸ ਸ਼ਹਿਰ ਨੂੰ ਛੱਡ ਕੇ ਸਾਨੂੰ ਹੁਣੇ ਜਾਣਾ ਪਵੇਗਾ ਕਹਿੰਦੀ ਕਿਉਂ ਕਹਿੰਦਾ ਹਰੀ ਸਿੰਘ ਆ ਰਿਹਾ ਹੈ ਗੁਲਫਾਮ ਕੈਸੀ ਬਾਤਾਂ ਕਰਤੇ ਹੋ ਕਿਵੇਂ ਦੀਆਂ ਗੱਲਾਂ ਕਰਦਾ ਗੁਲਫਾਮ ਤੂੰ ਤੇ ਕਹਿੰਦਾ ਸੀ ਮੇਰੇ ਨੇਜੇ ਦੇ ਅੱਗੇ ਦੁਨੀਆਂ ਦੇ ਪਹਾੜ ਵੀ ਨਹੀਂ ਖੜੇ ਹੁੰਦੇ ਤੂੰ ਤੇ ਕਹਿੰਦਾ ਸੀ ਮੇਰੀ ਤਲਵਾਰ ਦੇ ਅੱਗੇ ਦੁਨੀਆਂ ਦਾ ਕੋਈ ਜ਼ਰਨੈਲ ਨਹੀਂ ਖਲੋ ਸਕਦਾ ਤੂੰ ਤੇ ਕਹਿੰਦਾ ਸੀ ਮੇਰੇ ਇੱਕ ਮਾਨ ਦੇ ਛੱਡਾ ਤੀਰ ਜਿਹੜਾ 20 20 100 100 ਦੁਸ਼ਮਣ ਦੀ ਛਾਤੀ ਨੂੰ چیر ਕੇ ਲੰਘ ਜਾਂਦਾ ਅੱਜ ਇੱਕ ਸਿੱਖ ਦਾ ਨਾਮ ਵੀ ਸੁਣਿਆ ਤੇ ਕਹਿੰਨਾ ਚੱਲ ਛੇਤੀ ਭੱਜ ਚਲੀਏ ਭੱਜ ਕੇ ਚਲਾ ਗਿਆ ਆਪਣੀ ਮੰਗੇਤਰ ਨੂੰ ਲੈ ਕੇ ਪਹਾੜ ਦੀ ਗੁਫਾ 'ਚ ਬੈਠਾ ਤੇ ਉਹ ਕਹਿੰਦੀ ਗੁਲਫਾਮ ਮੈਂ ਤੈਨੂੰ ਇੱਕ ਗੱਲ ਦੱਸਾਂ ਕਹਿੰਦਾ ਦੱਸ ਕਹਿੰਦੀ ਮੈਂ ਦਰਾ ਖਿਆਬਰ ਦੀ ਸਭ ਤੋਂ ਸੋਹਣੀ ਕੁੜੀ ਸੀ ਸਭ ਤੋਂ ਸੁੰਦਰ ਸੀ ਤੇ ਮੈਂ ਪ੍ਰਣ ਕੀਤਾ ਸੀ ਕਿ ਜਿਹਦੇ ਨਾਲ ਮੈਂ ਨਿਕਾਹ ਕਰਾਉਣਾ ਉਹ ਪਠਾਨਾ ਦਾ ਸਭ ਤੋਂ ਬਹਾਦਰ ਨੌਜਵਾਨ ਹੋਵੇਗਾ ਕਹਿੰਦੀ ਮੈਂ ਤੈਨੂੰ ਬਹਾਦਰ ਜਾਣ ਕੇ ਤੈਨੂੰ ਆਪਣੇ ਨਿਕਾਹ ਦੇ ਵਾਸਤੇ ਚੁਣਿਆ ਸੀ ਤੇ ਸੱਚ ਜਾਣੀ ਅੱਜ ਪਤਾ ਲੱਗਾ ਇੰਨਾ ਡਰਪੋਕ ਹੈ ਕਿ ਇੱਕ ਸਿੱਖ ਦਾ ਨਾਮ ਸੁਣਿਆ ਤੇ ਲੁਕਿਆ ਬੈਠਾ ਹੈ ਤੇ ਸੱਚ ਜਾਣੀ ਹੁਣ ਮੇਰੇ ਮਨ ਚ ਆ ਰਿਹਾ ਹੈ ਕਿ ਜਿਹਦੇ ਤੋਂ ਤੂੰ ਡਰ ਰਿਹਾ ਹੈ ਉਹ ਕਿੰਨਾ ਬਹਾਦਰ ਹੋਵੇਗਾ ਕਹਿੰਦੀ ਮੈਂ ਤੇ ਉਸ ਸਿੱਖ ਦੇ ਦਰਸ਼ਨ ਕਰਨੇ ਨੇ ਕਹਿੰਦਾ ਬਾਨੋ ਪਰਾਇ ਕੌਮ ਦਾ ਸਰਦਾਰ ਹੈ ਤੈਨੂੰ ਕਤਲ ਵੀ ਕਰ ਸਕਦਾ ਹੈ ਤੇਰੀ ਇੱਜ਼ਤ ਵੀ ਲੋਟ ਸਕਦਾ ਹੈ ਉਸ ਨੂੰ ਵੇਖਣ ਨਾ ਜਾ ਕਿਉਂਕਿ ਆਪ ਇਹ ਕੁਝ ਕਰਦੇ ਸੀ ਕਹਿੰਦੀ ਗੁਲਫਾਮ ਕੁਝ ਵੀ ਹੋ ਜਾਵੇ ਚਾਹੇ ਜਾਨ ਚਲੀ ਜਾਵੇ ਤੇ ਚਾਹੇ ਇੱਜ਼ਤ ਚਲੀ ਜਾਵੇ ਚਾਹੇ ਇਮਾਨ ਚ ਲਿਆ ਜਾਵੇ ਤੇ ਚਾਹੇ ਮੇਰੇ ਦੇ ਨਾਲ ਬਲਾਤਕਾਰ ਹੋ ਜਾਵੇ ਮੈਂ ਬੇਅਦਬ ਹੋ ਜਾਵਾਂ ਪਰ ਮੈਂ ਇਹ ਜ਼ਰੂਰ ਵੇਖਣਾ ਹੈ ਕਿ ਦੁਨੀਆ ਤੇ ਉਹ ਜਰਨੈਲ ਕਿਹੜਾ ਜਿਸ ਤੋਂ ਡਰਦੇ ਹੋ ਤੁਸੀਂ ਵੀ ਸਲਵਾਰਾਂ ਪਾਈ ਫਿਰਦੇ ਹੋ ਮੈਂ ਇਹ ਜ਼ਰੂਰ ਵੇਖਣਾ ਹੈ ਕਿ ਉਹ ਬਹਾਦਰ ਕਿਹੜਾ ਹੈ ਚਲਿਏ ਕਿ ਜਿੱਥੇ ਹਰੀ ਸਿੰਘ ਦਲੂਆ ਜਿਵੇਂ ਆਨੇ ਚ ਬੈਠਾ ਸੀ ਅੰਦਰ ਗਈ ਸ਼ਾਮ ਦਾ ਸਮਾਂ ਕੌਮ ਦਾ ਜਰ ਰਿਆ ਸਰਦਾਰ ਹਰੀ ਸਿੰਘ ਦਲੂਆ ਨਿਤਨੇਮ ਕਰ ਰਿਹਾ ਨਿਤਨੇਮ ਕੀਤਾ ਨੇਤਰ ਖੋਲੇ ਨੇਤਰ ਖੋਲ ਕੇ ਸਵਾਲ ਕੀਤਾ ਆਪ ਬੇਟਾ ਕਿਉਂ ਆਈ ਹੈ ਕਹਿੰਦੀ ਤੁਸੀਂ ਕੌਣ ਹੋ ਕਹਿੰਦਾ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ ਕਹਿੰਦੀ ਤੁਸੀਂ ਸਾਡੇ ਘਰ ਤੇ ਕਬਜਾ ਕਿਉਂ ਕੀਤਾ ਕਹਿੰਦਾ ਬੇਟਾ ਅਸੀਂ ਤੁਹਾਡੇ ਘਰ ਤੇ ਕਬਜਾ ਨਹੀਂ ਕੀਤਾ ਅਸੀਂ ਆਪਣੇ ਘਰ ਦੀ ਰਾਖੀ ਕੀਤੀ ਇਹ ਵੀ ਖਿਆਲ ਕਰਿਓ 710 ਤੋਂ ਲੈ ਕੇ ਮੁਹੰਮਦ ਬਿਨ ਕਾਸਮ ਤੋਂ ਲੈ ਕੇ ਅਹਿਮਦ ਸ਼ਾ ਅਬਦਾਲੀ ਤੱਕ ਜਿੰਨੇ ਵੀ ਹਮਲੇ ਹਿੰਦੁਸਤਾਨ ਤੇ ਹੋਏ ਨੇ ਉਹ ਸਾਰੇ ਦਰਾ ਖੈਬਰ ਦੇ ਰਸਤੇ ਹੋਏ ਨੇ ਇੱਕ ਹਸਤ ਹਮਲੇ ਨੂੰ ਛੱਡ ਕੇ ਜਦੋਂ ਸੋਮਨਾਥ ਮੰਦਿਰ ਲੁੱਟਿਆ ਗਿਆ ਉਹ ਕਾਠੀਆਵੜ ਗੁਜਰਾਤ ਦੇ ਰਸਤੇ ਹੋਇਆ ਸੀ ਬਾਕੀ ਸਾਰੇ ਹਮਲੇ ਉਸ ਰਸਤੇ ਹੋਏ ਨੇ ਚੀਨ ਦੀ ਕੰਧ ਦੁਨੀਆ ਦੀ ਸਭ ਤੋਂ ਵੱਡੀ ਦੀਵਾਰ ਹੈ ਜਿਹੜੀ ਚੀਨ ਦੇ ਉੱਪਰ ਹੋਣ ਵਾਲੇ ਹਮਲਿਆਂ ਨੂੰ ਨਹੀਂ ਰੋਕ ਸਕੀ ਪਰ ਜਦੋਂ ਤੋਂ ਖਾਲਸਾ ਨੇ ਉੱਥੇ ਖਾਲਸਾਈ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਦਰਾ ਖੈਬਰ ਤੇ ਉਸ ਤੋਂ ਬਾਅਦ ਇੱਕ ਵੀ ਹਮਲਾ ਹਿੰਦੁਸਤਾਨ ਤੇ ਉੱਥੋਂ ਨਹੀਂ ਹੋਇਆ ਇੱਕ ਵੀ ਨਹੀਂ ਹੋਇਆ ਇਹ ਦੁਨੀਆ ਦੇ ਇਤਿਹਾਸ ਦੇ ਚ ਬਹੁਤ ਵੱਡੀ ਮਿਸਾਲ ਹੈ ਹਰੀ ਸਿੰਘ ਨਲੂਆ ਕਿੰਦਾ ਦਾ ਬੇਟਾ ਅਸੀਂ ਕਿਸੇ ਦੇ ਘਰ ਤੇ ਕਬਜ਼ਾ ਨਹੀਂ ਕੀਤਾ ਅਸੀਂ ਆਪਣੇ ਘਰ ਦੀ ਰਾਖੀ ਕੀਤੀ ਹੈ ਤੇ ਕਹਿੰਦੀ ਉਹ ਸਿੱਖਾਂ ਦਾ ਜਰਨੈਲ ਮੈਂ ਚਾਹੁੰਨੀ ਆ ਮੇਰੀ ਕੁੱਖ ਦੇ ਵਿੱਚੋਂ ਤੇਰੇ ਵਰਗਾ ਜਰਨੈਲ ਪੈਦਾ ਕਰ ਕਿੰਦਾ ਬੇਟਾ ਆਪਣੇ ਖੁਦਾਬੰਦ ਕਰੀਮ ਦੇ ਅੱਗੇ ਦੁਆ ਕਰਿਆ ਕਰ ਨਮਾਜ਼ ਪੜ ਕੇ ਅਰਦਾਸ ਕਰਿਆ ਕਰ ਅਰਜਦਾਸ ਕਰਿਆ ਕਰ ਫਰਿਆਦ ਕਰਿਆ ਕਰ ਕਿ ਤੇਰੀ ਕੁੱਖ ਦੇ ਵਿੱਚੋਂ ਬਹਾਦਰ ਤੇ ਚੰਗੇ اخلاق ਵਾਲਾ ਪੁੱਤ ਪੈਦਾ ਹੋਵੇ ਕਹਿੰਦੀ ਉਹ ਸਿੱਖਾਂ ਦੇ ਜਰਨੈਲ ਤੂੰ ਸਮਝਿਆ ਨਹੀਂ ਮੈਂ ਚਾਹੁੰਨੀ ਆ ਤੂੰ ਮੇਰਾ ਨਿਕਾਹ ਕਰ ਲਵੇ ਮੈਂ ਪ੍ਰਣ ਕੀਤਾ ਸੀ ਕਿਸੇ ਬਹਾਦਰ ਦੇ ਨਾਲ ਨਿਕਾਹ ਕਰਾਉਂਗੀ ਮੈਂ ਚਾਹੁੰਨੀ ਆ ਤੂੰ ਮੇਰਾ ਨਿਕਾਹ ਕਰ ਲਵੇ ਤੇ ਮੇਰੀ ਕੁੱਖ ਦੇ ਵਿੱਚੋਂ ਤੇਰਾ ਪੁੱਤਰ ਪੈਦਾ ਹੋਵੇ ਹਰੀ ਸਿੰਘ ਨਲੂਵੇ ਨੇ ਸ਼ਮਸ਼ੀਰ ਤੇ ਹੱਥ ਰੱਖ ਲਿਆ ਕਹਿੰਦਾ ਬੇਟਾ ਮੇਰੇ ਕਮਰੇ ਚੋਂ ਬਾਹਰ ਨਿਕਲ ਜਾ ਤੂੰ ਇੱਕ ਸਿੱਖ ਦਾ اخلاق ਪਰਖਣ ਆਈ ਹੈ ਇੱਕ ਸਿੱਖ ਦੇ اخلاق ਨੂੰ ਡਿਗਣ ਵਾਸਤੇ ਆਈ ਹੈ ਇੱਕ ਸਿੱਖ ਦਾ ਕੈਰੇਕਟਰ ਪਰਖਣਾ ਚਾਹੁੰਨੀ ਹੈ ਮੇਰੇ ਸ਼ਮਿਆਨੇ ਚੋਂ ਬਾਹਰ ਹੋ ਜਾ ਜਦੋਂ ਵਾਪਸ ਬਾਹਰ ਜਾਣ ਲੱਗੀ ਅੱਖਾਂ ਦੇ ਵਿੱਚ ਅਥਰੂ ਨੇ ਪਿੱਛੇ ਮੁੜ ਕੇ ਵੇਖਦੀ ਹੈ ਕਹਿੰਦੀ ਉਹ ਸਿੱਖਾਂ ਦਾ ਜਰਨੈਲਾ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਗਿਆ ਅੱਜ ਇੱਕ ਪਠਾਨ ਦੀ ਬੱਚੀ ਗੁਰੂ ਨਾਨਕ ਦੇ ਜਰਨੈਲ ਦੇ ਦਰ ਤੋਂ ਖਾਲੀ ਝੋਲੀ ਲੈ ਕੇ ਜਾ ਰਹੀ ਹੈ ਹਰੀ ਸਿੰਘ ਨਲੂਆ ਕਹਿੰਦਾ ਰੁਕ ਜਾ ਕਹਿੰਦਾ ਤੇਰਾ ਨਾਮ ਕੀ ਹੈ ਕਹਿੰਦੀ ਬਾਨੂ ਆਪਣੇ ਕੋਲ ਪਈ ਚਾਦਰ ਨੂੰ ਸਿਰ ਤੇ ਰੱਖ ਕੇ ਕਹਿੰਦਾ ਬਾਨੂ ਤੂੰ ਚਹੁੰਦੀ ਸੀ ਨਾ ਤੇਰੀ ਕੁੱਖ ਦੇ ਵਿੱਚੋਂ ਹਰੀ ਸਿੰਘ ਨਲੂਏ ਵਰਗਾ ਜਰਨੈਲ ਜਨਮ ਲਵੇ ਅੱਜ ਤੋਂ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੈ ਤੂੰ ਮੇਰੀ ਧਰਮ ਦੀ ਮਾਤਾ 40 ਸਾਲ ਦੇ ਕਰੀਬ ਹਰੀ ਸਿੰਘ ਨਲੂਆ ਦੀ ਉਮਰ ਤੇ 19 ਸਾਲ ਦੀ ਉਸ ਬੱਚੀ ਨੂੰ ਮਾਤਾ ਜੀ ਕਹਿ ਕੇ ਬੋਲਦਾ ਰਿਹਾ ਇਹ ਸਿੱਖੀ ਦਾ ਕਰੈਕਟਰ ਜਿਹੜਾ ਦਸਮ ਪਾਸ਼ਾ ਨੇ ਸਿੱਖੀ ਚ ਭਰ ਦਿੱਤਾ ਖਾਲਸੇ ਨੂੰ ਖੰਡੇ ਬਾਟੇ ਦੀ ਪਹੁੰਚ ਦੇ ਕੇ ਤੱਬ ਸਤਗੁਰ ਬੋਲੇ ਇਕ ਬੇਰੇ ਹਮਲੇ ਜਾਨੋ ਪੰਥ ਉਚੇਰੇ ਮੈਂ ਆਪਣੇ ਪੰਥ ਦਾ اخلاق ਇੰਨਾ ਉੱਚਾ ਵੇਖਣਾ ਚਾਹੁੰਨਾ ਕਿ ਸੱਚ ਜਾਣਿਓ ਉਸ اخلاق ਦੇ ਸਾਹਮਣੇ 18ਵੀਂ ਸਦੀ ਦੇ ਵਿੱਚ ਇਹ ਬੋਲੀਆਂ ਬਣ ਗਈਆਂ ਸੀ ਜਿਹੜੇ ਗੈਰ ਸਿੱਖ ਸੀ ਨਾਨ ਸਿੱਖ ਸੀ ਨਾ ਉਹਨਾਂ ਦੀਆਂ ਬੱਚੀਆਂ ਵਿਆਹ ਸ਼ਾਦੀਆਂ 'ਚ ਇੱਕ ਬੋਲੀਆਂ ਪਾਇਆ ਕਰਦੀਆਂ ਸੀ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਸ਼ੰਗ ਨਿਸ਼ਾਨ ਹੈ ਵਿਦਆਊਟ ਐਨੀ ਹੈਸੀਟੇਸ਼ਨ ਬਿਨਾਂ ਕਿਸੇ ਡਰ ਤੋਂ ਜੇ ਸਿੱਖ ਤੁਹਾਡੇ ਘਰ ਆ ਰਿਹਾ ਨਾ ਦਰਵਾਜ਼ਾ ਖੋਲ ਦੋ ਕਿਉਂਕਿ ਤੁਹਾਡੀ ਇੱਜ਼ਤ ਦਾ ਪਾਈਵਾਲ ਹੈ ਤੁਹਾਡੀਆਂ ਬੱਚੀਆਂ ਨੂੰ ਤੁਹਾਡੇ ਘਰ ਦੀ ਅਜ਼ਮਤ ਨੂੰ ਤੁਹਾਡੇ ਘਰ ਦੀ ਇੱਜ਼ਤ ਨੂੰ ਆਬਰੂ ਨੂੰ ਕੋਈ ਖਤਰਾ ਨਹੀਂ ਕਿਉਂਕਿ ਸਿੱਖ ਹੈ ਜਦੋਂ ਬੱਚੀਆਂ ਨੂੰ ਚੋੱਕ ਕੇ ਲਿਆ ਜਾਂਦੇ ਸੀ ਤਾਂ ਵੀ ਸਿੱਖਾਂ ਨੂੰ ਵੰਗਾਰ ਕੇ ਕਿਹਾ ਜਾਂਦਾ ਸੀ ਮੋੜੀ ਬਾਬਾ ਕਲ ਛਵਾ ਲਿਆ ਰਨ ਬਸਰੇ ਨੂੰ ਗਈ ਸਾਡੀ ਬੱਚੀ ਨੂੰ ਵਾਪਸ ਲਿਆ ਦਿਓ ਕੱਛ ਵਾਲੇ ਕਸ਼ਹਰੇ ਵਾਲੇ ਖਾਲਸਾ ਜੀ ਸਾਡੀ ਬੱਚੀ ਨੂੰ ਮੁਸਲਮਾਨ ਚੋੱਕ ਕੇ ਲੈ ਗਏ ਨੇ ਵਾਪਸ ਲਿਆ ਦਿਓ ਕਿਹਾ ਜਾਂਦਾ ਸੀ ਆਏ ਨੇ ਨਿਹੰਗ ਬੂਹੇ ਖੋਲ ਦੋ ਨਿਸ਼ੰਗ ਅੱਜ ਦਾ ਸੱਭਿਆਚਾਰ ਸਿੱਖੀ ਦਾ ਬੇੜਾ ਗਰਖ ਕਰ ਰਿਹਾ ਅੱਜ ਤਾਂ ਪੰਜਾਬ ਦੀ ਧਰਤੀ ਤੇ ਗਾਣੇ ਚੱਲ ਰਹੇ ਨੇ ਰਹੀਮ ਬੱਜ ਕੇ ਨਹੀਂ ਰੰਗਲੇ ਦੁਪੱਟੇ ਵਾਲੀ ਆਗੇ ਪੱਗਾਂ ਪੋਚਵੀਆਂ ਵਾਲੇ ਅੱਜ ਸਾਡੀ ਸਿੱਖੀ ਨੂੰ ਬਦਨਾਮ ਕੀਤਾ ਜਾ ਰਿਹਾ ਸੱਭਿਆਚਾਰ ਵਿੱਚ ਮੈਂ ਤਾਂ ਹੈਰਾਨ ਰਹਿ ਜਾਂਦਾ ਕਦੀ ਉਹ ਸਮਾਸੀ ਕਿਹਾ ਜਾਂਦਾ ਸੀ ਦਸਤਾਰਾਂ ਵਾਲੇ ਆਗੇ ਨੇ ਤੁਹਾਡੀ ਇੱਜ਼ਤ ਦੇ ਭਾਈ ਵਾਲ ਨੇ ਅੱਜ ਅੱਜ ਦੇ ਸੱਭਿਆਚਾਰ ਦੇ ਚ ਗਾਣੇ ਚ ਕਿਹਾ ਜਾ ਰਿਹਾ ਕਿ ਦਸਤਾਰਾਂ ਵਾਲੇ ਤੋਂ ਬਚ ਕੇ ਰੋ ਕਾਰਨ ਕੀ ਹੈ ਉਸ اخلاق ਨੂੰ ਅਸੀਂ ਕਾਇਮ ਨਹੀਂ ਰੱਖ ਚੱਕੇ ਤੇ ਸੱਭਿਆਚਾਰ ਨੇ ਸਾਡੇ ਧਰਮ ਦਾ ਸਭ ਤੋਂ ਵੱਧ ਵਿਨਾਸ਼ ਕੀਤਾ ਤੁਸੀਂ ਵੀ ਪੰਜਾਬ ਦੇ ਨਾਲ ਜੁੜੇ ਹੋ ਕਿਉਂਕਿ ਸਾਡੇ ਧਰਮ ਦਾ ਕਰਮ ਤੇ ਧਰਮ ਖੇਤਰ ਹੈ ਮੈਂ ਵੀ ਜੁੜਿਆ ਹਾਂ ਜਦੋਂ ਅਸੀਂ ਪੰਜਾਬ ਦੇ ਚ ਵਿਆਹ ਸ਼ਾਦੀਆਂ ਤੇ ਜਾਂਦੇ ਹਾਂ ਮੈਂ ਪਿੱਛੇ ਜਿ ਇੱਕ ਵਿਆਹ ਸ਼ਾਦੀ ਤੇ ਗਿਆ ਸਵੇਰੇ ਬਰਾਤ ਦੇ ਆਉਣ ਦਾ ਸਮਾਂ ਤੇ ਸਾਰੀ ਬਰਾਤ ਨੇ ਸ਼ਰਾਬ ਪੀਤੀ ਸਾਰੇ ਸ਼ਰਾਬੀ ਤੇ ਗਲ ਦੇ ਵਿੱਚ ਢੋਲ ਕੀ ਪਾ ਕੇ ਸਵਾਗਤ ਕਰਨ ਵਾਲਾ ਗਰੰਤੀ ਸਿੰਘ ਸ਼ਬਦ ਪਤਾ ਕੀ ਪੜ ਰਿਹਾ ਹਮ ਘਰ ਸਾਜਨ ਆਏ ਤੇ ਮੈਂ ਕਿਹਾ ਪਿਆਰਿਆ ਜੇ ਇਹ ਸਾਜਨ ਨੇ ਤੇ ਫਿਰ ਭੂਤ ਨੇ ਕੀ ਹੁੰਦੇ ਨੇ ਇਹ ਸਾਜਨ ਨੇ ਜਿੰਨਾ ਸਵੇਰੇ 8:30 ਵਜੇ ਸ਼ਰਾਬ ਪੀਤੀ ਹੈ ਇਹ ਸਾਜਨ ਨੇ ਤੇ ਜਦੋਂ ਬਰਾਤ ਦੇ ਉੱਪਰ ਫੇਰੇ ਕਰਨ ਲੱਗੇ ਜਦੋਂ ਗੁਰੂ ਦੀ ਹਜ਼ੂਰੀ ਚ ਬੈਠੇ ਤੇ ਜਿਹੜਾ ਲੜਕਾ ਸੀ ਉਹਨੇ ਵੀ ਕੋਈ ਨਸ਼ਾ ਕੀਤਾ ਸ਼ਾਇਦ ਪ੍ਰਾਣੀਆਂ ਮਾਤਾਵਾਂ ਨੂੰ ਯਾਦ ਹੋਵੇ ਕਿਸੇ ਸਮੇਂ ਜਦੋਂ ਫੇਰੇ ਕੀਤੇ ਜਾਂਦੇ ਸੀ ਤੇ ਲੜਕੀ ਨੂੰ ਵੱਡੀਆਂ ਵਢੇਰੀਆਂ ਫੜ ਕੇ ਤੋਰਦੀਆਂ ਸੀ ਮੈਂ ਪਹਿਲਾ ਵਿਆਹ ਵੇਖਿਆ ਜਿੱਥੇ ਮੁੰਡੇ ਨੂੰ ਫੜ ਕੇ ਤੋਰਿਆ ਜਾ ਰਿਆ ਜਾ ਰਿਹਾ ਸੀ ਕਿਉਂਕਿ ਉਹਨੇ ਨਸ਼ਾ ਹੀ ਅੰਨਾ ਕੀਤਾ ਸੀ ਤੇ ਸਾਡਾ ਗਰੰਥੀ ਸਿੰਘ ਸ਼ਬਦ ਪੜ ਰਿਹਾ ਸੀ ਕਿ ਸੱਜਣ ਲੱਭਾ ਜੀ ਸਾਰਾ ਜਗ ਢੂਡਖੇ ਮੈਂ ਕਹਾਂ ਕੀ ਲੱਭਿਆ ਜੇ ਇਹ ਦਿਨੋਂ ਤੇ ਕੁੜੀ ਨੂੰ ਖੂਚ ਧੱਕਾ ਦੇ ਦਿੰਦੇ ਕੀ ਲੱਭਿਆ ਜੇ ਜਿਹਨੇ ਬਰਾਤ ਦੇ ਉੱਪਰ ਨਸ਼ਾ ਕੀਤਾ ਆਪਣਾ ਵਿਆਹ ਹੈ ਗੁਰੂ ਦੀ ਝੂਰੀ ਚ ਰਚਾ ਕਰਕੇ ਆਇਆ ਇਹ ਸਾਡਾ ਸੱਭਿਆਚਾਰ ਦਾ ਵਿਨਾਸ਼ ਹੈ ਤੇ ਰਾਤ ਨੂੰ ਘਰੋਂ ਭੈਣ ਤੋਰੀ ਹੁੰਦੀ ਮੈਂ ਹੈਰਾਨ ਹੋ ਜਾਂਦਾ ਭਰਾ ਹੀ ਡੀਜੇ ਲਾ ਕੇ ਨੱਚੀ ਜਾਂਦੇ ਮਿੱਤਰਾਂ ਦੀ ਛਤਰੀ ਤੋੜ ਗਈ ਹੈਰਾਨ ਹੋ ਜਾਂਦਾ ਮੈਂ ਕਿਉਂ ਅਸੀਂ ਆਪਣੇ ਕੈਰੈਕਟਰ ਦਾ اخلاق ਦਾ ਦਿਵਾਲਾ ਕੱਢਦੇ ਜਾ ਰਹੇ ਸੱਚ ਜਾਣੇ ਸਾਨੂੰ ਉਸ ਗੁਰੂ ਦੇ ਵਾਰਿਸ ਬਣਨਾ ਚਾਵੇ ਪਵੇਗਾ ਜਿਸ ਗੁਰੂ ਨੇ ਸਾਨੂੰ ਇਹ ਗੱਲ ਕਹੀ ਸੀ ਤੱਬ ਸਤਗੁਰ ਬੋਲੇ ਇਕ ਬੇਰੇ ਹਮਲੇ ਜਾਨੋ ਪੰਥ ਉਚੇਰੇ ਤੇ ਸੱਚ ਜਾਣੇ ਉਹਦੇ ਵਾਸਤੇ ਲੋੜ ਕਿਸ ਚੀਜ਼ ਦੀ ਖੰਡੇ ਬਾਟੇ ਦੀ ਪਾਹਲ ਦੀ ਮਤ ਸਮਝਿਓ ਕਿ ਖੰਡੇ ਬਾਟੇ ਦੀ ਪਾਹਲ ਤੋਂ ਬਿਨਾ ਸਿੱਖ ਦੀ ਜ਼ਿੰਦਗੀ ਦੇ ਵਿੱਚ ਉਹ ਗੁਣ ਆ ਸਕਦੇ ਨਹੀਂ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ ਅਸੀਂ ਪੜਦੇ ਹਾਂ ਨਾ ਜਿਸ ਜਲ ਨੇ ਦਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਗੁਰੂ ਤੋਂ ਬਿਨਾਂ ਗੁਰੂ ਦੇ ਖੰਡੇ ਬਾਟੇ ਦੀ ਪਾਹਲ ਤੋਂ ਬਿਨਾਂ ਤੁਸੀਂ ਕਿਸੇ ਵੀ ਅਧਿਆਤਮਕ ਤੇ ਉਸ ਰੋਹਾਨੀ ਅਵਸਥਾ 'ਚ ਨਹੀਂ ਪਹੁੰਚ ਸਕਦੇ ਕਿਉਂਕਿ ਕਿਸੇ ਵੀ ਰੋਹਾਨੀ ਅਵਸਥਾ 'ਚ ਪਹੁੰਚਣ ਤੋਂ ਪਹਿਲਾਂ ਲੋੜ ਹੈ ਆਪਣਾ ਆਪਾ ਸਮਰਪਿਤ ਕਰਨ ਦੀ ਜਿੰਨੇ ਮਰਜੀ ਤੱਕੇ ਖਾ ਲੀਏ ਜਿੰਨੇ ਮਰਜੀ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਜਿੰਨੀ ਮਰਜੀ ਫੇਰ ਲੀਏ ਪਰ ਆ ਜਾ ਕੇ ਜਿਹੜੀ ਮਨ ਦੀ ਸਥਿਰਤਾ ਹੈ ਉਹ ਅੰਮ੍ਰਿਤ ਆ ਕੇ ਖਤਮ ਹੋਣੀ ਹੈ ਜੰਮੂ ਕਸ਼ਮੀਰ ਦੇ ਜਲਾ ਪੁੰਛ ਦਾ ਪਿੰਡ ਰਜ਼ੌਰੀ ਇੱਕ ਨੌਜਵਾਨ ਸ਼ਿਕਾਰ ਖੇਡਦਾ ਹੈ ਸ਼ਿਰਨੀ ਨੂੰ ਤੀਰ ਮਾਰਦਾ ਹੈ ਉਹਦੇ ਸਾਹਮਣੇ ਹਿਰਨੀ ਜ਼ਖਮੀ ਹੋ ਕੇ ਡਿੱਗ ਪੈਂਦੀ ਹੈ ਘੋੜੇ ਤੋਂ ਉਤਰਦਾ ਹੈ ਹਿਰਨੀ ਦਾ ਪੇਟ ਚਾਕ ਕਰਦਾ ਹੈ ਹਿਰਨੀ ਪ੍ਰੈਗਨੈਂਟ ਸੀ ਗਰਭਵਤੀ ਸੀ ਉਹਦੇ ਪੇਟ ਦੇ ਵਿੱਚੋਂ ਦੋ ਬੱਚੇ ਨਿਕਲਦੇ ਨੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਜਾਂਦੇ ਨੇ ਦੁਖੀ ਹੋ ਗਿਆ ਬੱਚਾ ਵਿਰਾਗੀ ਹੋ ਗਿਆ ਆਪਣੇ ਮਨ ਨੂੰ ਸੰਭਾਲ ਲਿਆ ਨਾ ਗਿਆ ਅੱਖਾਂ ਚੱਥਰੂ ਆ ਗਏ ਤੀਰ ਤੋੜ ਦਿੱਤੇ ਕਮਾਨ ਤੋੜ ਦਿੱਤਾ ਖੰਜਰ ਸੋੜ ਦਿੱਤਾ ਬਿਲਕੁਲ ਉਦਾਸ ਹੋ ਕੇ ਘਰ ਆ ਗਿਆ ਮਾਂ ਪੁੱਛਦੀ ਹੈ ਪੁੱਤ ਕੀ ਗੱਲ ਹੋਈ ਮਾਂ ਅੱਜ ਮੇਰੇ ਕੋਲ ਬਹੁਤ ਵੱਡਾ ਪਾਪ ਹੋਇਆ ਅੱਜ ਮੈਂ ਇੱਕ ਗਰਭਵਤੀ ਹਿਰਨੀ ਦਾ ਕਤਲ ਕੀਤਾ ਤੇ ਮੇਰੀ ਗੋਦ ਦੇ ਵਿੱਚ ਉਹਦੇ ਦੋ ਬੱਚੇ ਤੜਫ ਦੇ ਤੜਫ ਦੇ ਮੇਰੀ ਅੱਖਾਂ ਦੇ ਸਾਹਮਣੇ ਮਰ ਗਏ ਬੜੇ ਦਿਨ ਇਹੀ ਅਵਸਥਾ ਰਹੀ ਸੋਚਦਾ ਰਿਹਾ ਵਿਰਾਗ ਦੇ ਵਿੱਚ ਰਿਹਾ ਪਿੰਡ ਦੇ ਵਿੱਚ ਇੱਕ ਸਾਧੂ ਆਇਆ ਜਾਨਕੀ ਪ੍ਰਸਾਦ ਮਾਂ ਨੇ ਸਾਧੂ ਦੇ ਨਾਲ ਤੋਰ ਦਿੱਤਾ ਜਾਨਕੀ ਪ੍ਰਸਾਦ ਜਿਹੜਾ ਰਾਮ ਥੰਮਣ ਦਾ ਚੇਲਾ ਸੀ ਤੇ ਰਾਮ ਥੰਮਣ ਗੁਰਨਾਨਕ ਸੱਚੇ ਪਾਤਸ਼ਾਹ ਦੀ ਮਾਸੀ ਲੱਖੋ ਦਾ ਪੁੱਤਰ ਸੀ ਜੀ ਦਾ ਅਸਥਾਨ ਪਾਕਿਸਤਾਨ ਕਸੂਰ ਦੇ ਵਿੱਚ ਬਣਿਆ ਹੋਇਆ ਵਸਾਕੀ ਦਾ ਅੱਜ ਦੇ ਦਿਨ ਉੱਤੇ ਬਹੁਤ ਵੱਡਾ ਮੇਲਾ ਲੱਗਦਾ ਹੈ। ਰਾਮ ਥੰਮਣ ਦੇ ਸਥਾਨ ਤੇ ਜਾਨਕੀ ਪ੍ਰਸਾਦ ਇਸ ਨੌਜਵਾਨ ਨੂੰ ਲੈ ਗਿਆ ਇਹਦਾ ਨਾਮ ਰੱਖ ਦਿੱਤਾ ਮਾਧੋਦਾਸ। 1673 ਦੇ ਵਿੱਚ ਜਾਨਕੀ ਪ੍ਰਸਾਦ ਦੀ ਮੌਤ ਹੋ ਗਈ। ਇਹ ਸਮਰੱਥ ਰਾਮਦਾਸ ਦੇ ਨਾਲ ਪੰਚਵਤੀ ਦੇ ਸਥਾਨ ਤੇ ਨਦੇੜ ਚਲਾ ਗਿਆ। 1683 ਦੇ ਵਿੱਚ ਰਾਮਦਾਸ ਸਮਰੱਥ ਦੀ ਮੌਤ ਹੋਈ ਤੇ ਇਹ ਔਗੜਨਾਥ ਦਾ ਚੇਲਾ ਬਣ ਗਿਆ। 1699 ਦੇ ਵਿੱਚ ਔਗੜਨਾਥ ਦੀ ਮੌਤ ਹੋਈ ਤੇ ਲੂਣੀਏ ਸਿੱਧ ਦਾ ਚੇਲਾ ਬਣ ਗਿਆ ਤੇ 3 ਸਤੰਬਰ 1708 ਨੂੰ ਸੂਰਜ ਗ੍ਰਹਿਣ ਦੇ ਦਿਨ ਉੱਥੇ ਪਹੁੰਚੇ ਕਲਗੀਧਰ ਪਾਤਸ਼ਾਹ ਇਸ ਬਰਾਗੀ ਨੂੰ ਖੰਡੇ ਬਾਟੇ ਦੀ ਪਾਹਲ ਦੇ ਕੇ ਬਣਾ ਦਿੱਤਾ ਬੰਦਾ ਸਿੰਘ ਬਹਾਦਰ ਤੇ ਨਾਲ ਹੀ ਇੱਕ ਹੁਕਮ ਦੇ ਹੱਥੇ ਰੱਖ ਦਿੱਤਾ ਲੇਵਨ ਤੇ ਬਦਲਾ ਤਰਕੰਤ ਤੇ ਮੋਹੇ ਪਿਠਾਇਓ ਗੁਰੂ ਸਵੈਕਰ ਬੰਦਾ ਮਾਰਤ ਕੇ ਕਰਖਾਰ ਵਜੀਦੇ ਦੇਹੋਂ ਉਜਾੜ ਲੱਟੀ ਹੋ ਸਰਹੰਦਾ ਇਸ ਬੰਦਾ ਸਿੰਘ ਬਹਾਦਰ ਨੇ ਜਿਸ ਦੀ ਅਸੀਂ ਸ਼ਹਾਦਤ ਦੀ ਤੀਜੀ ਸਤਾਬਦੀ ਜੂਨ ਦੇ ਵਿੱਚ ਮਨਾਉਣੀ ਹੈ ਕੋਸ਼ਿਸ਼ ਕਰਾਂਗੇ ਉਦੋਂ ਅਸੀਂ ਇੱਥੇ ਇੱਕ ਸੈਮੀਨਾਰ ਕਰੀਏ ਪਰ ਮੇਰੀ ਜ਼ਿੰਦਗੀ ਦੇ ਕੇਵਲ ਇੱਕ ਪੱਖ ਨੂੰ ਛੋਣ ਲੱਗਾ ਸਾਰੇ ਪੱਖ ਨੇ ਜ਼ਿੰਦਗੀ 'ਚ ਤਬਦੀਲੀ ਕਿਵੇਂ ਆਈ ਬੰਦਾ ਸਿੰਘ ਬਹਾਦਰ ਉਦਾਸੀਆਂ ਦੇ ਕੋਲ ਗਿਆ ਵੈਰਾਗੀਆਂ ਦੇ ਕੋਲ ਗਿਆ ਜੋਗੀਆਂ ਦੇ ਕੋਲ ਗਿਆ ਸਿੱਧਾਂ ਦੇ ਕੋਲ ਗਿਆ ਮਨ ਨੂੰ ਕਿਤੇ ਟਿਕਾ ਨਹੀਂ ਕਲਗੀ ਤਰਪਾਸ਼ਾ ਨੇ ਖੰਡੇ ਬਾਟੇ ਦੀ ਪਾਹਲ ਦਿੱਤੀ ਤੇ ਪੰਜਾਬ ਨੂੰ ਤੋੜ ਦਿੱਤਾ ਪੰਜਾਬ ਦੀ ਦੀ ਧਰਤੀ ਦੇ ਉੱਪਰ ਉਸਨੇ ਲਗਾਤਾਰ 6 ਸਾਲ ਆਪਣੇ ਘੋੜਾ ਦੇ ਪੈੜਾਂ ਦੇ ਨਿਸ਼ਾਨ ਛੱਡੇ ਔਰ ਦੁਨੀਆ ਦਾ ਪਹਿਲਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਹੁਤ ਹੋਏ ਨੇ ਦੁਨੀਆ ਤੇ ਮੈਂ ਪਹਿਲਾ ਬਾਦਸ਼ਾਹ ਇਸ ਕਰਕੇ ਸ਼ਬਦ ਵਰਤਣ ਲੱਗਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤਖਤ ਤੇ ਨਹੀਂ ਬੈਠਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਆਪਣੇ ਸਿਰ ਤੇ ਕਲਗੀ ਨਹੀਂ ਲਗਾਈ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਸਿੱਕੇ ਦੇ ਉੱਪਰ ਆਪਣਾ ਨਾਮ ਨਹੀਂ ਲਿਖਿਆ ਉਸਨੇ ਲਿਖਿਆ ਸਿੱਕਾ ਯਦਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਮੋਹਰ ਦੇ ਉੱਪਰ ਆਪਣਾ ਨਾਮ ਨਹੀਂ ਲਿਖਿਆ ਉਸਨੇ ਲਿਖਿਆ ਦੇਗ ਤੇਗ ਫਤਿਹ ਅਨੁਸਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਉਸਨੇ ਮੋਹਰ ਤੇ ਆਪਣਾ ਉਹਨੇ ਕਿਹਾ ਸਿੱਕਾ ਵੀ ਗੁਰੂ ਦੀ ਕਿਰਪਾ ਦੇ ਸਦਕਾ ਹੈ ਮੋਹਰ ਦੀ ਗੁਰੂ ਦੀ ਕਿਰਪਾ ਦੇ ਸਦਕਾ ਰਾਜ ਵੀ ਗੁਰੂ ਦੀ ਕਿਰਪਾ ਦੇ ਸਦਕਾ ਹੈ ਤੇ ਤਾਜ ਵੀ ਗੁਰੂ ਦੀ ਕਿਰਪਾ ਦੇ ਸਦਕਾ ਹੈ ਮੇਰਾ ਕੁਝ ਵੀ ਨਹੀਂ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਐਸਾ ਬਾਦਸ਼ਾਹ 15 1715 ਨੂੰ ਗ੍ਰਿਫਤਾਰ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਰੰਗਲ ਦੀ ਘੜੀ ਚੋਂ ਬੜੇ ਵੱਖਰੇ ਹਾਲਾਤ ਨੇ 29 ਫਰਵਰੀ 1716 ਨੂੰ ਤੁਹਾਡੇ ਦਿੱਲੀ ਦਰਵਾਜੇ ਦੇ ਰਸਤੇ ਉਸ ਨੂੰ ਦਿੱਲੀ ਸ਼ਹਿਰ ਚ ਦਾਖਲ ਕੀਤਾ ਗਿਆ ਲਾਲ ਕਿਲੇ ਦੇ ਸਾਹਮਣੇ ਫਰਕਸ਼ੀਰ ਬੈਠਾ ਉਹਦੇ ਸਾਹਮਣੇ ਬੰਦਾ ਸਿੰਘ ਬਹਾਦਰ ਤੇ ਉਸਦੇ 700 ਸਾਥੀ ਨੇ ਦੁਨੀਆਂ ਦਾ ਬਲਖਣ ਜਲੂਸ ਹੈ 3000 ਸਿੱਖਾਂ ਦੇ ਸਿਰ ਨੀਜਾ ਦੇ ਟੰਗੇ ਹੋਏ ਨੇ 700 ਗੱਡੇ ਸਿੱਖਾਂ ਦੇ ਸਿਰਾਂ ਦੇ ਤੇ ਧੜਾਂ ਦੇ ਪਰੇ ਹੋਏ ਨੇ 744 ਸਿੱਖ ਘੋੜਿਆਂ ਦੇ ਉੱਪਰ ਬੰਨੇ ਹੋਏ ਨੇ ਇੱਕ ਹਾਥੀ ਦੇ ਉੱਪਰ ਲੋਹੇ ਦੇ ਪਿੰਜਰ ਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ ਔਰ ਉਹਦਾ ਸਵਾ 3 ਸਾਲ ਦਾ ਸੁਪੁੱਤਰ ਇੱਕ ਘੋੜੇ ਦੇ ਉੱਪਰ ਉਹਦੀ ਮਾਂ ਸੁਸ਼ੀਲ ਕੌਰ ਦੀ ਗੋਦ ਦੇ ਵਿੱਚ ਬੰਨਿਆ ਹੋਇਆ ਦੁਨੀਆ ਦਾ ਵਲਖਣ ਜਰੂਸ ਹੈ ਜਿਸ ਦਾ ਜ਼ਿਕਰ ਅਹਿਵਾਲੇ ਖਵਾਕੀਨ ਦੇ ਵਿੱਚ ਮੁਹੰਮਦ ਕਾਸਮ ਔਰੰਗਾਬਾਦੀ ਕਰਦਾ ਇੱਕ ਦਿੱਲੀ ਦਾ ਲੇਖਕ ਹੋਇਆ ਮੁਸਲਮਾਨ ਮੁਹੰਮਦ ਕਾਸਮ ਹਾਰਸੀ ਉਸ ਦੀ ਕਿਤਾਬ ਹੈ ਇਬਰਤ ਨਾਮ ਕਹਿੰਦਾ ਮੈਂ ਵੇਖਿਆ ਸਿੱਖ ਭੁੱਖੇ ਸੀ ਦਿੱਲੀ ਦਾ ਲੇਖਕ ਆ ਮੁਸਲਮਾਨ ਕਹਿੰਦਾ ਉਸਨੇ ਆਪ ਵੇਖਿਆ ਲੂਣ ਮੰਡੀ ਦੇ ਕੋਲ ਕਹਿੰਦਾ ਮੈਂ ਵੇਖਿਆ ਸਿੱਖ ਭੁੱਖੇ ਸੀ ਪਰ ਉਹਨਾਂ ਦੇ ਚਿਹਰਿਆਂ ਤੇ ਇੰਨਾ ਨੂਰ ਸੀ ਵੇਖਿਆ ਨਹੀਂ ਸੀ ਜਾ ਰਿਹਾ ਕਹਿੰਦਾ ਮੈਂ ਇੱਕ ਸਿੱਖ ਨੂੰ ਕਿਹਾ ਉਹ ਕੀ ਕੀਤਾ ਹੁਣ ਤੁਹਾਡੇ ਨਾਲ ਕੀ ਹੋ ਰਿਹਾ ਤੇ ਕਹਿੰਦਾ ਮੱਥੇ ਨੂੰ ਹੱਥ ਲਾ ਕੇ ਸਮਾਨ ਨੂੰ ਕਹਿੰਦੇ ਨੇ ਜੋ ਉਸ ਖੁਦਾ ਨੇ ਲਿਖ ਦਿੱਤਾ ਉਹ ਹੀ ਹੋ ਰਿਹਾ ਮੀਟ ਨਾ ਸਕੇ ਹੋ ਸਕੇ ਜੋ ਲਿਖਿਆ ਉਹੀ ਜੋ ਉਹਨੇ ਲਿਖਿਆ ਸੀ ਉਹੀ ਹੋ ਰਿਹਾ ਸਾਨੂੰ ਕੋਈ ਚਿੰਤਾ ਨਹੀਂ ਅਸੀਂ ਭਾਣੇ ਦੇ ਵਿੱਚ ਆ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਦੇ 700 ਸਾਥੀਆਂ ਨੂੰ ਸਲੀਮਗੜ ਦੇ ਕਿਲੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਕਾਇਦ ਕਰ ਦਿੱਤਾ 25 ਸਾਥੀਆਂ ਸਮੇਤ ਤੇ ਉਸ ਦੇ 724 ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਸਰਬਰਾ ਖਾਨ ਦੇ ਹਵਾਲੇ ਕਰ ਦਿੱਤਾ ਰੋਜ਼ 100 ਸਿੱਖ ਨੂੰ ਕਤਲ ਕੀਤਾ ਜਾਣ ਲੱਗਾ ਬੜੀ ਲੰਮੀ ਗੱਥਾ ਮੈਂ ਸਾਰੀ ਨਹੀਂ ਕਰਨੀ ਰੋਜ਼ 100 ਸਿੱਖ ਕਤਲ ਕੀਤਾ ਗਿਆ ਅਖੀਰ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦਾ ਦਿਨ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਗਿਆ ਹੁਣ ਖਿਆਲ ਕਰੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਲੀਮਗੜ੍ਹ ਦੀ ਜੇਲ੍ਹ ਚੋਂ ਕੱਢ ਕੇ ਲਜਾਇਆ ਗਿਆ ਖਵਾਜ਼ਾ ਬਖਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਜਿੱਥੇ ਕੁੱਤਬ ਬਨਾ ਰਿਆ ਇੱਕ ਪਾਸੇ ਜ਼ਫਰ ਮੈ ਲਿਆ ਉੱਥੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸਦੇ 25 ਸਾਥੀ ਖਿਆਲ ਕਰਿਓ ਸਾਹਮਣੇ ਫਰਖਸ਼ੀਰ ਬੈਠਾ ਹੈ ਤਖਤ ਦੇ ਉੱਪਰ ਉਹਦੇ ਇੱਕ ਪਾਸੇ ਸਰਬਰਾ ਖਾਨ ਹੈ ਇੱਕ ਪਾਸੇ ਕਮਰੂਦੀਨ ਮੀਰਾ ਤਸ਼ਾ ਸਾਹਮਣੇ ਅਮੀਨ ਖਾਨ ਬੈਠਾ ਹੈ ਬਾਬਾ ਬੰਦਾ ਸਿੰਘ ਤੇ ਉਸਦੇ 25 ਜਰਨੈਲ ਖੜੇ ਨੇ ਪੈਰਾਂ ਦੇ ਵਿੱਚ ਬੇੜੀਆਂ ਨੇ ਹੱਥਾਂ ਦੇ ਵਿੱਚ ਹੱਥਕੜੀਆਂ ਨੇ ਤੇ ਉਸ ਵੇਲੇ ਫਰਖ ਸੀਰ ਨੇ ਹੁਕਮ ਜਾਰੀ ਕੀਤਾ ਘਟਨਾਵਾਂ ਉੱਥੇ ਬਹੁਤ ਵਾਪਰੀਆਂ ਨੇ ਪਰ ਉਹ ਬੰਦਾ ਸਿੰਘ ਬਹਾਦਰ ਨਾਲ ਜਦੋਂ ਸਪੈਸ਼ਲ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਸਾਂਝੀਆ ਕਰਾਂਗੇ ਉਸ ਵੇਲੇ ਹੁਕਮ ਦਿੱਤਾ ਹੈ ਫਰਖ ਸੀਰ ਨੇ ਕਿ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਦੇ ਸਿਰ ਕੱਟ ਕੇ ਨੇਜਿਆਂ ਤੇ ਟੰਗ ਦਿੱਤੇ ਜਾਣ ਬਾਜ ਸਿੰਘ ਦਇਆ ਸਿੰਘ ਰਾਣ ਸਿੰਘ ਫਤਿਹ ਸਿੰਘ ਭਗਵੰਤ ਸਿੰਘ ਕੋਇਰ ਸਿੰਘ ਆਲੀ ਸਿੰਘ ਮਾਲੀ ਸਿੰਘ ਇਹਨਾਂ ਸਾਰੇ ਸਿੱਖਾਂ ਦੇ ਸਿਰ ਕੱਟੇ ਗਏ ਤੇ ਨੇਜਿਆਂ ਤੇ ਟੰਗ ਦਿੱਤੇ ਗਏ ਤੇ ਕੌਮ ਦਾ ਜਰਨੈਲ ਚੌਂਕੜਾ ਮਾਰ ਕੇ ਵਿਚਾਰ ਬੈਠਾ ਮਨ ਖਿਆਲ ਕਰੋ ਆਪਣੀ ਸੁਰਤ ਦੇ ਵਿੱਚ ਉਹ ਤਸਵੀਰ ਨੂੰ ਲੈ ਕੇ ਆਓ ਜਦੋਂ ਨੀਜਿਆਂ ਦੇ ਉੱਪਰ ਸਿੱਖਾਂ ਦੇ ਸਿਰ ਟੰਗੇ ਹੋਣਗੇ ਖੂਨ ਦੇ ਨਾਲ ਨੀਜੇ ਲਾਲ ਹੋਣਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ-ਦੁਆਲੇ ਨੀਜੇ ਗੱਡ ਕੇ ਇੱਕ ਵਾਰਡ ਬਣਾ ਦਿੱਤੀ ਗਈ ਜ਼ਮੀਨ ਦੇ ਉੱਪਰ 24 ਧੜ ਪਏ ਤੜਫ ਰਹੇ ਨੇ 24 ਧੜ ਜ਼ਮੀਨ ਤੇ ਤੜਫ ਰਹੇ ਨੇ ਤੇ ਵਿਚਕਾਰ ਬੈਠਾ ਇੱਕ ਕੌਮ ਦਾ ਜਰਨੈਲ ਬੰਦਾ ਸਿੰਘ ਬਹਾਦਰ ਤੇ ਫਰਕਸ਼ੀਰ ਬੜੇ ਹੰਕਾਰ ਦੇ ਨਾਲ ਪੁੱਛਦਾ ਹੈ ਬੰਦਾ ਸਿੰਘ ਹੁਣ ਅੱਖਾਂ ਕਿਉਂ ਬੰਦ ਕਰ ਲਈਆਂ ਨੇ ਕੀ ਗੱਲ ਤੇਰੇ ਕੋਲ ਆਪਣੇ ਜਰਨੈਲਾਂ ਦੀ ਮੌਤ ਨਹੀਂ ਵੇਖੀ ਗਈ ਤੇ ਬੰਦਾ ਸਿੰਘ ਨੇਤਰ ਖੋਲ ਕੇ ਕਹਿੰਦਾ ਫਰਖਸੀਰ ਮੈਂ ਅੱਖਾਂ ਇਸ ਕਰਕੇ ਬੰਦ ਨਹੀਂ ਕੀਤੀਆਂ ਕਿ ਮੈਂ ਆਪਣੇ ਜ਼ਰਨੈਲਾਂ ਦੀ ਮੌਤ ਨਹੀਂ ਵੇਖ ਸਕਿਆ ਮੈਂ ਤਾਂ ਅੱਖਾਂ ਇਸ ਕਰਕੇ ਬੰਦ ਕੀਤੀਆਂ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਚਰਦਾਸ ਕਰ ਰਿਹਾ ਸੀ ਪਾਤਸ਼ਾਹ ਜਿਹੜੇ ਬਾਦ ਦੇ ਵਿੱਚ ਧਰਮ ਯੁੱਧ ਚ ਆਏ ਉਹ ਪਹਿਲਾਂ ਤੇਰੀ ਗੋਦ ਚ ਚਲੇ ਗਏ ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ ਜਿਹੜੇ ਬਾਦ ਚ ਆਏ ਸੀ ਉਹ ਤੇ ਪਹਿਲਾਂ ਤੇਰੀ ਗੋਦ ਚ ਚਲੇ ਗਏ ਫਰਖਸੀਰ ਕਹਿੰਦਾ ਮੈਂ ਤੈਨੂੰ ਮਕਾਉਣਾ ਨਹੀਂ ਮੈਂ ਤੈਨੂੰ ਝਕਾਉਣਾ ਹੈ ਮੈਂ ਦੁਨੀਆਂ ਦੀ ਤਵਾਰੀਖ ਨੂੰ ਦੱਸਣਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਭੇਜੇ ਜਿਸ ਜਰਨੈਲ ਨੇ ਪੰਜਾਬ ਦੀ ਧਰਤੀ ਦੇ ਉੱਪਰ ਲਗਾਤਾਰ 6 ਸਾਲ ਆਪਣੇ ਘੋੜੇ ਦੇ ਪੈਰਾਂ ਦੇ ਨਿਸ਼ਾਨ ਛੱਡੇ ਸੀ ਮੈਂ ਉਸ ਨੂੰ ਦੀਨੇ ਇਸਲਾਮ ਦੇ ਵਿੱਚ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਸੰਘਰਸ਼ ਦਾ ਲੱਕ ਤੋੜਿਆ ਤੇ ਬੰਦਾ ਸਿੰਘ ਬਹਾਦਰ ਮੁਸਕਰਾ ਕੇ ਕਹਿੰਦਾ ਫਰਕ ਸਿਰ ਤੂੰ ਆਪਣੇ ਜ਼ਬਰ ਨੂੰ ਪਰਖ ਲੈ ਤੇ ਮੈਨੂੰ ਆਪਣਾ ਸਬਰ ਪਰਖ ਲੈਣ ਦੇ ਉਸੇ ਵੇਲੇ ਅਮੀਨ ਖਾਨ ਨੇ ਹੁਕਮ ਦਿੱਤਾ ਦਰਬਾਰਖਾਨੇ ਦੇ ਵਿੱਚੋਂ ਨਾਜ਼ਰਖਾਨੇ ਦੇ ਵਿੱਚੋਂ ਬੰਦਾ ਸਿੰਘ ਬਹਾਦਰ ਦਾ ਪੌਣੇ 4 ਸਾਲ ਦਾ ਸੁਪੁੱਤਰ ਅਜੇ ਸਿੰਘ ਲੈ ਆਂਦਾ ਗਿਆ ਬਬਾ ਬੰਦਾ ਸਿੰਘ ਬਹਾਦਰ ਦੀ ਗੋਦ ਦੇ ਵਿੱਚ ਬਿਠਾ ਦਿੱਤਾ ਅੱਜ ਪੂਰੇ 7 ਮਹੀਨੇ ਦੇ ਬਾਅਦ ਪਿਤਾ ਤੇ ਪੁੱਤਰ ਦਾ ਮਿਲਾਪ ਹੋਇਆ ਹੈ ਕਿਵੇਂ ਦੀ ਜਗ੍ਹਾ ਤੇ ਜਿੱਥੇ ਜ਼ਮੀਨ ਖੂਨ ਦੇ ਨਾਲ ਲਾਲ ਹੈ ਜਿੱਥੇ ਸਿਰ ਨੇਜਿਆਂ ਦੇ ਟੰਗੇ ਨੇ ਜਿੱਥੇ ਢੜ ਪਏ ਤੜਫ ਰਹੇ ਨੇ ਉੱਥੇ ਪੁੱਤਰ ਪਿਤਾ ਦੀ ਗੋਦ ਦੇ ਵਿੱਚ ਬੈਠਾ ਹੈ ਤੇ ਉਸੇ ਵੇਲੇ ਕਮਰੂਦੀਨ ਮੀਰ ਆਤਿਸ਼ ਨੇ ਕਿਹਾ ਬੰਦਾ ਸਿੰਘ ਬਹਾਦਰ ਦੀ ਇੱਕ ਹੱਥਕੜੀ ਖੋਲ ਦਿਓ ਹੱਥਕੜੀ ਖੋਲੀ ਗਈ ਅਮੀਨ ਖਾਨ ਨੇ ਬੰਦਾ ਸਿੰਘ ਬਹਾਦਰ ਦੇ ਅਚਕ ਖੰਜਰ ਫੜਾ ਦਿੱਤਾ ਤੇ ਨਾਲ ਹੀ ਬਾਦਸ਼ਾਹ ਨੇ ਫਰਮਾਨ ਜਾਰੀ ਕੀਤਾ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਆਪ ਜਿਵਾ ਕਰ ਤਿੰਨ ਤਰੀਕੇ ਹੁੰਦੇ ਨੇ ਕਤਲ ਕਰਨ ਦੇ ਛਾਤੀ ਨੂੰ ਚੀਰਾ ਜਾਵੇ ਉਹਨੂੰ ਕਿੰਨੇ ਜ਼ਿਬਾ ਕਰਨਾ ਹਲਕੂਮ ਨੂੰ ਕੱਟਿਆ ਜਾਵੇ ਉਹਨੂੰ ਕਹਿੰਦੇ ਹਲਾਲ ਕਰਨਾ ਛਾਤੀ ਦੇ ਆਰ ਪਰ ਖੰਜਰ ਮਾਰਿਆ ਜਾਵੇ ਉਸਨੂੰ ਕਹਿੰਦੇ ਜ਼ਰਹਰਾ ਕਰਨਾ ਇਸਲਾਮ ਦੇ ਤਿੰਨ ਤਰੀਕੇ ਨੇ ਬੰਦਾ ਸਿੰਘ ਬਹਾਦਰ ਆਪਣੇ ਪੁੱਤਰ ਨੂੰ ਆਪ ਜ਼ਿਬਾ ਕਰ ਇਹਦੀ ਛਾਤੀ ਨੂੰ ਚੀਰਦੇ ਹੁਣ ਖਿਆਲ ਕਰਿਓ ਪਿਤਾ ਤੇ ਪੁੱਤਰ ਕਿੰਨੀ ਸੁਰੱਖਿਆ ਦੇ ਵਿੱਚ ਕਿੰਨੀ ਸੁਰੱਖਿਆ ਦੀ ਭਾਵਨਾ ਦੇ ਵਿੱਚ ਪੁੱਤਰ ਹੋਵੇਗਾ ਕਿ ਅੱਜ 7 ਮਹੀਨੇ ਬਾਅਦ ਮੈਂ ਆਪਣੇ ਪਿਤਾ ਦੀ ਗੋਦ ਦੇ ਵਿੱਚ ਤੇ ਪਿਤਾ ਦੇ ਹੱਥ ਦੇ ਵਿੱਚ ਖੰਜਰ ਹੈ ਤੇ ਸ਼ਾਹੀ ਫਰਮਾਨ ਹੈ ਕਿ ਆਪਣੇ ਪੁੱਤਰ ਨੂੰ ਆਪ ਕਤਲ ਕਰ ਬੰਦਾ ਸਿੰਘ ਬਹਾਦਰ ਨੇ ਕਿਹਾ ਫਰਕ ਸਿਰ ਮੇਰੀ ਗੋਦੀ ਚ ਮੇਰਾ ਪੁੱਤ ਪਿਆ ਤੇ ਸੱਚ ਜਾਣੀ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹਲ ਦਿੱਤੀ ਸੀ ਉਸਨੇ ਕਿਹਾ ਸੀ ਮਜ਼ਲੂਮ ਤੇ ਮਾਸੂਮ ਤੇ ਵਾਰ ਨਹੀਂ ਕਰਨਾ ਤੂੰ ਮੇਰਾ ਦੁਸ਼ਮਣ ਹੈ ਜੇ ਕਿਤੇ ਮੇਰੀ ਗੋਦੀ ਚ ਤੇਰਾ ਪੁੱਤ ਪਿਆ ਹੁੰਦਾ ਮੈਂ ਤਾਂ ਵੀ ਕਤਲ ਨਾ ਕਰਦਾ ਮੈਂ ਪਿਆਰ ਕਰਦਾ ਅਖੀਰ ਬੱਚੇ ਨੂੰ ਲੱਤ ਤੋਂ ਫੜ ਕੇ ਧੂ ਲਿਆ ਗਿਆ ਇਬਰਤਨਾਮੇ ਦਾ ਲਿਖਾਰੀ ਮੁਹੰਮਦ ਕਾਸਮ ਹਾਰਸੀ ਤੇ ਹਾਜ਼ੀ ਕਮਵਾਰ ਖਾਨ ਲਿਖਦੇ ਨੇ ਕਿੰਦੇ ਬੱਚੇ ਦੀ ਛਾਤੀ ਨੂੰ ਚਾਕ ਕੀਤਾ ਗਿਆ ਜ਼ਿਬਾ ਕੀਤਾ ਗਿਆ ਉਹਦੀਆਂ ਚੀਕਾਂ ਦੇ ਨਾਲ ਅਸਮਾਨ ਗੂੰਜ ਉੱਠਿਆ ਦੁਨੀਆਂ ਦਾ ਪਹਿਲਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੈ ਜਿਸ ਦੇ ਬੱਚੇ ਦਾ ਕਲੇਜਾ ਕੱਟ ਕੇ ਉਹਦੇ ਮੂੰਹ 'ਚ ਤੋਕ ਦਿੱਤਾ ਦੁਨੀਆਂ ਦਾ ਪਹਿਲਾ ਜਰਨੈਲ ਜਿਸ ਨੇ ਆਪਣੇ ਬੱਚੇ ਦੇ ਕਲੇਜੇ ਦਾ ਸਵਾਦ ਚੱਕਿਆ ਉਸ ਦੇ ਬੱਚੇ ਦੇ ਛੋਟੇ-ਛੋਟੇ ਟੁਕੜਿਆਂ ਦਾ ਉਹਦੀਆਂ ਆਂਦਰਾਂ ਦੇ ਵਿੱਚ ਹਾਰ ਪਰੋ ਕੇ ਉਹਦੇ ਗਲ ਦੇ ਵਿੱਚ ਪਾ ਦਿੱਤਾ ਤੇ ਫਰਖੀ ਸਰ ਨੂੰ ਹੱਸ ਕੇ ਪੁੱਛਦਾ ਹੈ ਕਹਿੰਦਾ ਬੰਦਾ ਸਿੰਘ ਹੁਣ ਦੱਸ ਜਿੱਤਿਆ ਕੌਣ ਹੈ ਮਸਕਰਾ ਕੇ ਕਹਿੰਦਾ ਮੈਂ ਮੈਂ ਜਿੱਤਿਆ ਹਾਂ ਤਾਂ ਹੀ ਮੇਰੇ ਗਾਲ ਦੇ ਵਿੱਚ ਹਾਰ ਪਿਆ ਚਾਹੇ ਮੇਰੇ ਪੁੱਤ ਦੇ ਜਿਸਮ ਦੇ ਟੁਕੜਿਆਂ ਦਾ ਇਹ ਜਿੱਤਿਆ ਤੇ ਫੇਰ ਵੀ ਮੈਂ ਨਾ ਰਹਿ ਗਿਆ ਫਰਖਸ਼ੀਰ ਦੇ ਕੋਲੋਂ ਸਾਰਾ ਜ਼ਮੀਨ ਤੋਂ ਖੂਨ ਇਕੱਠਾ ਕਰਕੇ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਮਲ ਦਿੱਤਾ ਤੇ ਉਹਦੇ ਪੁੱਤਰ ਦਾ ਕੱਟਿਆ ਹੋਇਆ ਸਿਰ ਉਹਦੀ ਗੋਦ ਚ ਰੱਖ ਕੇ ਫਰਖਸ਼ੀਰ ਕਹਿੰਦਾ ਬੰਦਾ ਸਿੰਘ ਹੁਣ ਤਾਂ ਦੀਨ-ਏ-ਇਸਲਾਮ ਕਬੂਲ ਕਰ ਲੈ ਤੇ ਬੰਦਾ ਸਿੰਘ ਬਹੁਤ ਉੱਚੀ ਹੱਸਿਆ ਫਰਖਸ਼ੀਰ ਕਹਿੰਦਾ ਕਿਉਂ ਹੱਸਿਆ ਕਿੰਦਾ ਇੱਕ ਕਰਜ਼ਾ ਰਹਿੰਦਾ ਸੀ ਤੂੰ ਉਹ ਵੀ اتار ਦਿੱਤਾਈ ਜਿਸ ਗੁਰੂ ਨੇ ਮੈਨੂੰ ਖੰਡੇ ਬਾਟੇ ਦੀ ਪਹਲ ਦਿੱਤੀ ਸੀ ਉਹਨੇ ਮੇਰੀ ਝੋਲੀ 'ਚ ਚਾਰ ਪੁੱਤਰਾਂ ਦੇ ਸਿਰ ਪਾਏ ਸੀ ਅੱਜ ਮੈਂ ਸੁਰਖਰੂ ਹੋ ਗਿਆ ਆਪਣੇ ਪੁੱਤਰ ਦਾ ਸਿਰ ਆਪਣੀ ਗੋਦ 'ਚ ਲੈ ਕੇ ਮੈਂ ਗੁਰੂ ਦੀ ਗੋਦ 'ਚ ਜਾ ਰਿਹਾ ਉਹੀ ਬੰਦਾ ਸਿੰਘ ਬਹਾਦਰ ਉਹੀ ਬੱਚਾ ਸੀ ਜਿਹੜਾ ਹਿਰਨੀ ਦੇ ਬੱਚਿਆਂ ਦੀ ਮੌਤ ਨੂੰ ਵੇਖ ਕੇ ਵਰਾਗੀ ਹੋ ਗਿਆ ਸੀ ਤੇ ਕਲਗੀਧਰ ਪਾਤਸ਼ਾਹ ਨੇ ਉਸ ਦੀ ਸੁਆਹ ਵਾਲੀ ਜ਼ਮੀਰ ਨੂੰ ਆਪਣੇ ਤੀਰਾਂ ਦੀਆਂ ਨੋਕਾਂ ਦੇ ਨਾਲ ਫਰੋਲ ਕੇ ਬਰੂਦ ਦਾ ਐਸਾ ਸ਼ੋਲਾ ਬਣਾ ਦਿੱਤਾ ਕਿ ਅੱਜ ਉਹਦੀ ਗੋਦ ਦੇ ਵਿੱਚ ਉਹਦੇ ਪੁੱਤਰ ਦਾ ਸਿਰ ਪਿਆ ਰਿਹਾ ਤੇ ਉਹ ਕਹਿ ਰਿਹਾ ਕਿ ਅੱਜ ਮੈਂ ਸੁਰਖਰੂ ਹੋ ਗਿਆ ਇਹ ਕਾਦੀ ਬਖਸ਼ਿਸ਼ ਹੈ ਖੰਡੇ ਬਾਟੇ ਦੀ ਪਾਹਲ ਦੀ ਬਖਸ਼ਿਸ਼ ਗੁਰੂ ਪਿਆਰਿਓ ਆਪਣੀ ਮਾਨਸਿਕਤਾ ਨੂੰ ਤਿਆਰ ਕਰੋ ਮੈਂ ਵੀ ਅਮਰਤਾਰੀਆਂ ਕੋਈ 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 ਰੁਕਾਵਟ ਨਹੀਂ ਆਮਰ ਸਕਣਾ ਜ਼ਿੰਦਗੀ ਦੇ ਵਿੱਚ ਅਸੀਂ ਸਾਰੇ ਕਾਰਜ ਕਰਦੇ ਹਾਂ ਕੋਈ ਰੁਕਾਵਟ ਨਹੀਂ ਹੈ ਆਪਣੇ ਆਪੇ ਨੂੰ ਆਪਣੀ ਮਾਨਸਿਕਤਾ ਨੂੰ ਤਿਆਰ ਕਰੋ ਕਿਉਂਕਿ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਤੇ ਜਿਹੜਾ ਮੇਰੇ ਗੁਰੂ ਦਾ ਹੁਕਮ ਹੈ ਜਿਸ ਜਲ ਨੇ ਦੇ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਉਸ ਅੰਮ੍ਰਿਤ ਨੂੰ ਉਸ ਅੰਮ੍ਰਿਤ ਨੂੰ ਗ੍ਰਹਿਣ ਕਰਨ ਦੀ ਲੈਣ ਦੀ ਕੋਸ਼ਿਸ਼ ਕਰੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਇਹ ਮੇਰੀ ਬੇਨਤੀ ਇੰਨੀਆਂ ਕੁ ਆਓ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਫਿਰ ਗੁਰੂ ਪਾਤਸ਼ਾਹ ਦੀ ਬਖਸ਼ੀ ਮੁਕੱਦਸ ਫਤਿਹ ਬੁਲੰਦ ਕਰੀਏ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ